ਸਭ ਤੋਂ ਪਹਿਲਾਂ ਮੈਂ ਆਪ ਸੰਗਤਾਂ ਨੂੰ, ਇੱਥੋਂ ਦੇ ਪ੍ਰਬੰਧਕ ਵੀਰਾਂ ਨੂੰ, ਜਿੰਨੇ ਵੀ ਤੁਸੀਂ ਮਾਈ ਭਾਈ ਜੁੜ ਬੈਠੇ ਹੋ, ਸਾਰਿਆਂ ਨੂੰ ਆਪਣੇ ਵੱਲੋਂ, ਆਪਣੀ ਸੰਸਥਾ ਵੱਲੋਂ ਸਭ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੰਦਾ ਹਾਂ। ਸਤਿਗੁਰੂ ਰਹਿਮਤ ਕੀਤੀ ਹੈ, ਅਸੀਂ ਜੁੜ ਕੇ ਬੈਠੇ ਹਾਂ, ਆਓ ਕੋਸ਼ਿਸ਼ ਕਰੀਏ ਗਰੀਬ ਨਵਾਜ ਸਤਿਗੁਰੂ ਦੀ ਅੰਮ੍ਰਿਤ ਬਾਣੀ ਨੂੰ ਜਿੰਨਾ ਕੁ ਚਿਰ ਆਪਾਂ ਬੈਠਣਾ ਹੈ ਧਿਆਨ ਨਾਲ ਪੜ੍ਹੀਏ, ਧਿਆਨ ਨਾਲ ਸੁਣੀਏ, ਸਮਝਣ ਦਾ ਯਤਨ ਕਰੀਏ। ਔਰ ਸਭ ਤੋਂ ਜ਼ਰੂਰੀ ਬਾਤ ਜਿਹੜੀ ਹੈ ਉਹ ਇਹ ਹੈ ਕਿ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਸਮਝਦੇ ਹਾਂ, ਜਿਹੜੀ ਗੱਲ ਸਾਡੀ ਸਮਝ ਵਿੱਚ ਆ ਰਹੀ ਹੈ ਉਹਨੂੰ ਆਪਣੇ ਜੀਵਨ ਵਿੱਚ, ਆਪਣੇ ਘਰ ਵਿੱਚ, ਆਪਣੇ ਸਮਾਜ ਵਿੱਚ ਲਾਗੂ ਕਰਨ ਦਾ ਯਤਨ ਕਰੀਏ। ਕਿਉਂਕਿ ਜਿੰਨੀ ਦੇਰ ਤੱਕ ਅਸੀਂ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਵਿੱਚ, ਆਪਣੇ ਜੀਵਨ ਦਾ ਹਿੱਸਾ, ਆਪਣੇ ਸੁਭਾਅ ਦਾ ਹਿੱਸਾ ਨਹੀਂ ਬਣਾ ਲੈਂਦੇ, ਖਿਮਾ ਕਰਿਓ, ਜਿਸ ਸਤਿਗੁਰੂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਬੈਠੇ ਹਾਂ, ਗਰੀਬ ਨਵਾਜ ਸਤਿਗੁਰੂ ਬਖਸ਼ਿਸ਼ ਕਰਦਿਆਂ ਹੋਇਆਂ ਆਖਦੇ, ਤੇਰਾ ਇਹ ਸਾਰਾ ਕੀਤਾ ਹੋਇਆ ਉਪਰਾਲਾ ਮੈਂ ਪ੍ਰਵਾਨ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ ਨੇ, ਔਰ ਸਾਡਾ ਇਹ ਕੀਤਾ ਹੋਇਆ ਉਪਰਾਲਾ, ਸਾਡੀਆਂ ਕੀਤੀਆਂ ਸੇਵਾਵਾਂ ਤਾਂ ਹੀ ਸਫਲ ਨੇ, ਤਾਂ ਹੀ ਗੁਰੂ ਦੇ ਦਰ ਦੇ ਪ੍ਰਵਾਨ ਨੇ, ਜੇ ਅਸੀਂ ਗੁਰੂ ਕੀ ਆਗਿਆ ਨੂੰ ਸਤ ਸਤ ਕਰਕੇ ਮੰਨ ਲਈਏ। ਕਿਉਂ ਜੀ, ਇਹ ਬਾਣੀ ਦਾ ਹੀ ਵਾਕ ਹੈ ਨਾ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਰੱਬ ਜੀ ਉਹਨਾਂ ਦਾ ਗਾਵਿਆ ਸੁਣਿਆ ਪ੍ਰਵਾਨ ਕਰਦੇ ਆ, ਥਾਂ ਪਾਉਂਦੇ ਆ, ਜਿਨ ਸਤਿਗੁਰ ਕੀ ਆਗਿਆ, ਜਿਨ ਸਤਿਗੁਰ ਕੀ ਆਗਿਆ। ਸਤਿੰਗ ਤਾਂ ਆਉਂਦਾ ਹੋਣਾ ਤੁਹਾਨੂੰ ਵੀ, ਆਪਾਂ ਰਲ ਕੇ ਦੇਖੋ ਗੱਲਬਾਤ, ਜਿੰਨੀ ਬਾਣੀ ਦੇ ਬਾਬਤ ਆਪਾਂ ਕਰਨੀ, ਮਹਿਮਾ ਕਰਨੀ, ਸਤਿਗੁਰੂ ਦੀ ਵਡਿਆਈ ਕਰਨੀ, ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ। ਇਹ ਨਾ ਸੋਚੋ, ਕਿਉਂਕਿ ਇਹ ਸਾਡੇ 'ਚ ਬੜੀ ਵੱਡੀ ਖੜੋਤ ਹੈ, ਅਸੀਂ ਸੋਚਦੇ ਹਾਂ ਇਹ ਕੰਮ ਭਾਈਆਂ ਦਾ, ਭਾਈ ਸੱਦੇ ਆ, ਭਾਈ ਆਪਣੇ ਕਰਦੇ ਰਹਿਣ, ਆਪਾਂ ਸੁਣ ਕੇ ਜਕਾਰਾ ਛੱਡ ਕੇ ਅਖੀਰ ਦੇ ਘਰ ਨੂੰ ਚਲੇ ਜਾਵਾਂਗੇ। ਨਹੀਂ, ਆਪਾਂ ਸਭ ਨੂੰ ਰਲ ਮਿਲ ਕੇ ਸਤਿਗੁਰੂ ਦੀ ਇਸ ਵਡਿਆਈ ਦੇ ਵਿੱਚ ਸ਼ਾਮਲ ਹੋਣਾ ਪਏਗਾ। ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰ ਮੰਨੇ, ਹਾਂ ਸ਼ਾਬਾਸ਼, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਜਿਨ੍ਹਾਂ ਨੇ ਗੁਰੂ ਕੀ ਆਗਿਆ ਨੂੰ ਮੰਨ ਲਿਆ, ਜਿਨ੍ਹਾਂ ਨੇ ਗੁਰੂ ਕੀ ਆਗਿਆ ਨੂੰ ਮੰਨ ਲਿਆ। ਅੱਜ ਇੱਥੇ ਤੁਰਨ ਤੋਂ ਪਹਿਲਾਂ ਜਦੋਂ ਮੈਂ ਲੁਧਿਆਣੇ ਤੋਂ ਤੁਰਨਾ ਸੀ ਤਾਂ ਮੈਨੂੰ ਆਪ ਸੰਗਤਾਂ ਦਾ ਸੁਨੇਹਾ ਪਹੁੰਚਿਆ ਸੀ, ਵੀਰ ਗੁਰਮੀਤ ਸਿੰਘ ਜੀ ਉਹਨਾਂ ਦੇ ਰਾਹੀਂ, ਕਿ ਅੱਜ ਦਾ ਇਹ ਜਿਹੜਾ ਵਿਸ਼ਾ ਹੈ ਉਹ ਤੁਸੀਂ ਇਸ ਤਰ੍ਹਾਂ ਦਾ ਰੱਖ ਲਿਓ, ਦਾਤ ਪਿਆਰੀ ਵਿਸਰਿਆ ਦਾਤਾ। ਇਹਦੇ ਨਾਲ ਸੰਬੰਧਿਤ ਇੱਕ ਸਲੋਕ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਕੀ ਵਾਰ ਵਿੱਚੋਂ ਮੈਂ ਆਪ ਜੀ ਨਾਲ ਸਾਂਝਾ ਕੀਤਾ। ਆਓ
ਹੋਵੇ ਸੰਬੰਧਿਤ ਵਿਸ਼ੇ ਨਾਲ ਅਤੇ ਬਾਕੀ ਹੋਰ ਗੁਰਮਤ ਦੀਆਂ ਸਾਰੀਆਂ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਗੁਰੂ ਦਰਬਾਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਸਾਰੇ ਰਲ ਕੇ ਇਸ ਵਾਰੀ ਫਤਿਹ ਦੀ ਸਾਂਝ ਕਰੀਏ। ਸਾਰੇ ਵੀਰ ਭੈਣਾਂ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਸੁਭਾਅ ਬੜਾ ਅਜੀਬੋ ਗਰੀਬ ਹੈ। ਜਦੋਂ ਮਨੁੱਖ ਦੇ ਸੁਭਾਅ ਨੂੰ ਤੱਕਦੇ ਹਾਂ, ਮਨੁੱਖ ਦੇ ਸੁਭਾਅ ਬਾਰੇ ਪੜ੍ਹਦੇ ਹਾਂ, ਕਦੀ ਇਤਿਹਾਸ ਦੇ ਪੰਨਿਆਂ ਨੂੰ ਖਰੋੜ ਕੇ ਦੇਖੋ, ਕਦੀ ਸਤਿਗੁਰੂ ਦੀ ਬਾਣੀ ਨਾਲ ਮਨ ਚਿੱਤ ਇਕਾਗਰ ਕਰਕੇ ਬੈਠੋ, ਸਮਾਜ ਦੇ ਕਾਰ ਵਿਹਾਰ ਵੱਲ ਗੁਰੂ ਕੀ ਬਾਣੀ ਦੇ ਰਾਹੀਂ ਗੁਰੂ ਦੀ ਬਾਣੀ ਦੀ ਰੌਸ਼ਨੀ ਵਿੱਚ ਧਿਆਨ ਮਾਰ ਕੇ ਦੇਖੋ। ਇੱਕ ਗੱਲ ਬੜੀ ਸਪਸ਼ਟ ਦਿਸਦੀ ਹੈ ਕਿ ਬੰਦਾ ਨਿਮਾਣ ਨੂੰ ਬੜੀ ਛੇਤੀ ਤੁਰਦਾ ਹੈ। ਕੋਈ ਚੰਗੀ ਗੱਲ ਸਿੱਖਣੀ ਹੋਵੇ, ਸਮਝਣੀ ਹੋਵੇ, ਉਹਦੇ ਲਈ ਸਮਾਂ ਚਾਹੀਦਾ, ਬਹਿਣਾ ਪੈਂਦਾ, ਦਿਮਾਗ ਖਰਚ ਹੁੰਦਾ, ਉਹਦੇ ਲਈ ਜ਼ੋਰ ਲੱਗਦਾ ਹੈ, ਕੋਈ ਵਿਉਂਤਬੰਦੀ ਕਰਨੀ ਪੈਂਦੀ ਹੈ। ਪਰ ਜੇ ਕੋਈ ਕੰਮ ਮਾੜਾ ਸਿੱਖਣਾ ਆ ਤਾਂ ਮਾੜਾ ਕੰਮ ਸਿੱਖਣ ਲੱਗਿਆਂ ਬਹੁਤੀ ਵਾਰੀ ਤੁਹਾਨੂੰ ਦੇਖੋਗੇ ਓਨੀ ਮਿਹਨਤ ਨਹੀਂ ਕਰਨੀ ਪੈਂਦੀ ਜਿੰਨਾ ਚੰਗਾ ਸਿੱਖਣ ਲਈ ਕਰਨੀ ਪੈਂਦੀ ਹੈ। ਮੰਨ ਲਓ ਕੋਈ ਸਕੂਟਰ ਹੈ, ਗੱਡੀ ਹੈ, ਕਿਸੇ ਵੀ ਅਣਜਾਣ ਬੰਦੇ ਨੂੰ ਲਾ ਦਿਓ ਵੀ ਜਿੰਨੇ ਇਹਦੇ ਨੱਟ ਲੱਗੇ ਹਨ, ਆਹ ਚਾਬੀਆਂ ਪਈਆਂ, ਆਹ ਸਾਜੋ ਸਮਾਨ ਪਿਆ, ਇਹਨੂੰ ਖੋਲ੍ਹਣਾ ਹੈ, ਉਹ ਜਿਹੜੀਆਂ ਜਿਹੜੀਆਂ ਚਾਬੀਆਂ ਉਹਨਾਂ ਨਟਾਂ ਨੂੰ ਫਿੱਟ ਆਉਣਗੀਆਂ ਨਾ, ਉਹ ਵਾਰੀ ਵਾਰੀ ਲਾ ਲਾ ਕੇ ਸਹਿਜ ਸਹਿਜ ਉਹਨਾਂ ਨੂੰ ਖੋਲ੍ਹੀ ਜਾਏਗਾ, ਰੱਖੀ ਜਾਏਗਾ। ਜੇ ਉਹਨੂੰ ਕਹੋ ਵੀ ਹੁਣ ਫਿੱਟ ਕਰ ਦਿਓ, ਉਹ ਔਖਾ ਕੰਮ ਹੈ, ਖੋਲ੍ਹ ਤਾਂ ਹੋ ਸਕਦਾ ਹੈ, ਤੋੜ ਤਾਂ ਹੋ ਸਕਦਾ ਹੈ, ਪਰ ਜੇ ਉਹਦੇ ਵਰਗਾ ਉਹਨੇ ਬਣਾਉਣਾ ਹੋਵੇ ਤਾਂ ਉਹ ਛੇਤੀ ਕੀਤਿਆਂ ਉਸ ਤਰ੍ਹਾਂ ਦਾ ਬਣਾ ਨਹੀਂ ਸਕੇਗਾ। ਸੌਖੀ ਜੀ ਮਿਸਾਲ ਹੈ, ਆਪਣੇ ਸਾਰਿਆਂ ਦੇ ਗੁੱਟ 'ਤੇ ਤਕਰੀਬਨ ਆਪਾਂ ਘੜੀ ਬੰਨ੍ਹ ਕੇ ਰੱਖਦੇ ਹਾਂ, ਘੜੀ ਦੀ ਵਰਤੋਂ ਕਰਦੇ ਹਾਂ ਟਾਈਮ ਵਾਸਤੇ। ਘੜੀ ਗੁੱਟ 'ਤੇ ਲੱਗੀ ਹੈ, ਖੋਲ੍ਹਣੀ ਹੋਵੇ, ਪੁਰਜਾ ਪੁਰਜਾ ਕਰਨੀ ਹੋਵੇ, ਇਹਦੀਆਂ ਗਰਾਰੀਆਂ ਕੱਢਣੀਆਂ ਆਉਣ 'ਤੇ ਆਪਾਂ ਘਰੇ ਬਹਿ ਕੇ ਕੱਢਦੇ ਹਾਂ, ਪਰ ਜੇ ਜੋੜਨੀ ਹੋਵੇ ਤਾਂ ਫਿਰ ਸਾਡੇ ਵੱਸ ਦਾ ਮਸਲਾ ਨਹੀਂ ਨਾ। ਗਿਰਾਵਟ ਵਾਲੇ ਪਾਸੇ ਨੂੰ ਬੰਦਾ ਛੇਤੀ ਤੁਰਦਾ, ਬੁਰੀਆਂ ਆਦਤਾਂ ਬੰਦਾ ਛੇਤੀ ਸਿੱਖਦਾ, ਪਰ ਜੋ ਚੰਗਾ ਸਿੱਖਣ ਦੀ ਲੋੜ ਹੈ ਉਹਦੇ ਵੱਲ ਮਿਹਨਤ ਕਰਨ ਲਈ ਤਿਆਰ ਛੇਤੀ ਨਹੀਂ ਹੁੰਦਾ। ਔਰ ਜਿਹੜਾ ਬੰਦਾ ਇੱਦਾਂ ਦੇ ਸੁਭਾਅ ਵਾਲਾ ਹੈ, ਤੁਸੀਂ ਤੱਕੋਗੇ ਕਿ ਐਸਾ ਬੰਦਾ ਜਿਹੜਾ ਬੁਰਾਈਆਂ ਸਿੱਖਣ ਲਈ ਹਰ ਵਕਤ ਤਿਆਰ ਰਵੇ, ਬੁਰਾਈਆਂ ਸਿੱਖਣ ਲਈ ਉਤਸ਼ਾਹਤ ਰਵੇ, ਚੰਗਿਆਈ ਸਿੱਖਣ ਲਈ ਪੈਰ ਪਛਾਹ ਨੂੰ ਖਿੱਚੇ, ਆਲਾ ਕਾਲਾ ਕਰੇ, ਜਿਹੜਾ ਬੰਦਾ ਚੰਗਿਆਈ ਸਿੱਖਣ ਲਈ, ਭਲਿਆਈ ਸਿੱਖਣ ਲਈ ਬਹਾਨੇ ਕਰਨ ਲੱਗ ਜਾਏ, ਬਾਣੀ ਕਹਿੰਦੀ ਐਸਾ ਬੰਦਾ ਸਹਿਜ ਸਹਿਜ ਆਪਣੇ ਆਲੇ ਦੁਆਲੇ ਐਸੀਆਂ ਪਰੇਸ਼ਾਨੀਆਂ ਇਕੱਠੀਆਂ ਕਰ ਲੈਂਦਾ ਹੈ
ਜਿਨ੍ਹਾਂ ਪਰੇਸ਼ਾਨੀਆਂ ਦਾ ਉਹਦੇ ਕੋਲ ਕੋਈ ਹੱਲ ਨਹੀਂ ਹੈ, ਕੋਈ ਹੱਲ ਨਹੀਂ ਹੈ। ਤੁਸੀਂ ਦੇਖੋ ਕਿ ਧਿਆਨ ਨਾਲ ਕਦੀ ਅਸੀਂ ਆਪਣੇ ਆਪ ਦੀ ਕਰੋੜਾ ਫਰਾਲੀ ਕਰਕੇ ਦੇਖੀਏ, ਕਦੀ ਅਸੀਂ ਆਪਣੇ ਅੰਤਰ ਝਾਤ ਪਾ ਕੇ ਦੇਖੀਏ, ਜਿਸ ਬਾਬਤ ਸਾਨੂੰ ਸਤਿਗੁਰੂ ਦੀ ਬਾਣੀ ਬੜੇ ਪਿਆਰ ਨਾਲ ਸਮਝਾਉਂਦੀ ਹੈ। ਬੰਦਿਓ, ਬਾਹਰ ਬਹੁਤ ਕੁਝ ਤੁਸੀਂ ਦੇਖਦੇ ਹੋ, ਬੜਾ ਕੁਝ ਇਹਨਾਂ ਕੰਨਾਂ ਨਾਲ ਸੁਣਦੇ ਹੋ, ਬੜਾ ਕੁਝ ਇਹਨਾਂ ਹੱਥਾਂ ਨਾਲ ਕਰਦੇ ਹੋ, ਇਸ ਜ਼ੁਬਾਨ ਨਾਲ ਬਹੁਤ ਕੁਝ ਬੋਲਦੇ ਹੋ। ਜਿੰਨਾ ਤੁਸੀਂ ਇਹ ਸਾਰਾ ਸਰੀਰ ਨਾਲ ਸਮਾਜ ਵਿੱਚ ਰਹਿੰਦਿਆਂ ਕਾਰ ਵਿਹਾਰ ਕਾਰੋਬਾਰ ਕੰਮ ਕਾਰ ਕਰਦੇ ਹੋ, ਭਾਈ ਕਮਾਲ ਹੈ ਜਿੰਨੀ ਤੁਸੀਂ ਤਰੱਕੀ ਕੀਤੀ ਹੈ। ਪਰ ਸਤਿਗੁਰੂ ਦੀ ਬਾਣੀ ਦੂਜੇ ਪਾਸਿਓਂ ਮਨੁੱਖ ਨੂੰ ਫਿਰ ਘੇਰ ਕੇ ਇਸ ਪਾਸੇ ਲਿਆਉਂਦੀ, ਠੀਕ ਹੈ ਤੂੰ ਬਾਹਰ ਬਹੁਤ ਕੁਝ ਦੇਖਦਾ, ਤੈਨੂੰ ਬੜੀਆਂ ਬਰੀਕੀਆਂ ਸਮਝ ਵਿੱਚ ਆ ਰਹੀਆਂ ਨੇ, ਤੂੰ ਬਹੁਤ ਕੁਝ ਪੜ੍ਹ ਲਿਖ ਲਿਆ ਹੈ, ਬਹੁਤ ਕੁਝ ਬੋਲਣਾ ਸਿੱਖ ਲਿਆ, ਹੱਥਾਂ ਨਾਲ ਕਰਨਾ ਸਿੱਖ ਲਿਆ, ਪਰ ਆ ਕਦੀ ਲੈ ਤੈਨੂੰ ਮੈਂ ਅੰਤਰ ਝਾਤ ਪਾਉਣੀ ਵੀ ਸਿਖਾਵਾਂ, ਤੂੰ ਆਪਣੇ ਆਪ ਨੂੰ ਪੜ੍ਹਨਾ ਵੀ ਸਿੱਖ ਲੈ, ਤੂੰ ਆਪਣੇ ਆਪ ਨੂੰ ਦੇਖਣਾ ਵੀ ਸਿੱਖ ਲੈ, ਤੂੰ ਆਪਣੇ ਆਪ ਨੂੰ ਸੁਣਨਾ ਵੀ ਸਿੱਖ, ਤੇਰੇ ਅੰਦਰ ਵੀ ਕੁਝ ਹੈ ਜੋ ਤੈਨੂੰ ਆਪਣੇ ਆਪ ਵਿੱਚ ਸਮਝ ਨਹੀਂ ਲੱਗ ਰਿਹਾ, ਆ ਬੈਠ ਤੈਨੂੰ ਸਮਝਾਵਾਂ। ਆ ਬੋਲ ਬਾਣੀ ਦੇ ਆ ਨਾ, ਬੰਦੇ ਖੋਜ ਦਿਲ ਹਰ ਰੋਜ਼ ਨਾ ਫੇਰ ਪਰੇਸ਼ਾਨੀ ਮਾਹੇ। ਫਿਰ ਸਭ ਤੋਂ ਇਸ ਤਰ੍ਹਾਂ ਵੀ ਆਖਦੇ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਇਹ ਜਿਹੜਾ ਭਰਮ ਦਾ ਜਾਲਾ ਤੇਰੇ ਅੰਦਰ ਬਣਿਆ ਹੋਇਆ ਨਾ, ਇਹ ਮਿਟਣਾ ਨਹੀਂ ਹੈ, ਇਹ ਲੱਥਣਾ ਨਹੀਂ ਹੈ, ਇਹ ਭਰਮ ਦਾ ਜਾਲਾ ਤੇਰਾ ਤਾਂ ਲੱਥੇਗਾ ਜਦੋਂ ਤੂੰ ਆਪਣੇ ਅੰਦਰ ਝਾਤ ਪਾ ਕੇ ਦੇਖੇਗਾ। ਬਾਬਾ ਫਰੀਦ ਜੀ ਦੇ ਬੋਲ ਤਾਂ ਮੇਰਾ ਖਿਆਲ ਸਾਰਿਆਂ ਨੂੰ ਆਉਂਦੇ ਹੋਣਗੇ, ਬਾਬਾ ਫਰੀਦ ਜੀ ਦੇ ਸਲੋਕ ਤਾਂ ਅਸੀਂ ਸਾਰੇ ਆਮ ਤੌਰ 'ਤੇ ਬੜੇ ਸੌਖੇ ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ, ਸਮਝ ਵਿੱਚ ਆ ਜਾਂਦੇ ਹਾਂ। ਬਾਬਾ ਫਰੀਦ ਜੀ ਆਖਦੇ ਨੇ ਨਾ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਉਹ ਬੰਦਿਆ ਬਾਹਰ ਬਹੁਤ ਕੁਝ ਦੇਖੀ ਜਾਂਦਾ, ਆਪਣੀ ਬੁੱਕਲ ਵਿੱਚ ਵੀ ਝਾਤ ਮਾਰ, ਆਪਣੀ ਬੁੱਕਲ ਵਿੱਚ ਵੀ ਝਾਤ ਮਾਰ, ਆਪਣੇ ਅੰਦਰ ਝਾਤ ਮਾਰ ਕੇ ਦੇਖ ਕੀ ਕੁਝ ਤੇਰੇ ਕੋਲ ਪਿਆ। ਔਰ ਜਦੋਂ ਐਸੇ ਬਾਣੀ ਦੇ ਸੁੰਦਰ ਉਪਦੇਸ਼ ਸਾਹਮਣੇ ਰੱਖਦਿਆਂ, ਸੁਰਤ ਵਿੱਚ ਰੱਖਦਿਆਂ, ਸੱਚਮੁੱਚ ਕਿਤੇ ਧਿਆਨ ਮਾਰ ਕੇ ਦੇਖੋ ਕਿ ਬੰਦਾ ਜਨਮ ਤੋਂ ਲੈ ਕੇ ਅਖੀਰਲੀ ਉਮਰ ਤੱਕ ਜਿੰਨਾ ਕੁਝ ਸੁਣਦਾ ਸੁਣਦਾ ਹੈ ਨਾ ਜੀ, ਜਨਮ ਤੋਂ ਲੈ ਕੇ ਜਿਉਂ ਸੁਣਨ ਲੱਗਦਾ, ਸਹਿਜ ਸਹਿਜ ਜਿਵੇਂ ਜਿਵੇਂ ਵੱਡਾ ਹੋਇਆ, ਸੁਣਨ ਦਾ ਦਾਇਰਾ ਵੱਡਾ ਹੋ ਗਿਆ, ਢੰਗ ਤਰੀਕਾ ਬਦਲ ਗਿਆ, ਪਰ ਜਨਮ ਤੋਂ ਲੈ ਕੇ ਸਹਿਜ ਸਹਿਜ ਸੁਣਨਾ ਸਿੱਖਦਾ ਸਿੱਖਦਾ ਅਖੀਰਲੀ ਉਮਰ ਤੱਕ ਕਿੰਨਾ ਕੁਝ ਸਿੱਖ ਗਿਆ, ਕਿੰਨਾ ਕੁਝ ਸੁਣਿਆ ਇਹਨੇ। ਵੇਖਦਾ ਵੇਖਦਾ ਬੰਦਾ ਸਹਿਜ ਸਹਿਜ ਜਨਮ ਤੋਂ ਲੈ ਕੇ ਵੇਖਣਾ ਸ਼ੁਰੂ ਕੀਤਾ ਤੇ ਅਖੀਰਲੇ ਪੜਾਅ ਤੱਕ ਕਿੰਨਾ ਕੁਝ ਇਹਨੇ ਵੇਖਿਆ। ਬੋਲਣਾ ਸਿੱਖਿਆ ਸਹਿਜ ਸਹਿਜ, ਕਿੰਨਾ ਕੁਝ ਅਖੀਰਲੀ ਉਮਰ ਤੱਕ ਇਹਨੇ ਬੋਲ ਲਿਆ। ਕੰਮ ਕਰਨਾ ਸਿੱਖਿਆ, ਤੁਰਨਾ ਸਿੱਖਿਆ, ਸਾਰੀ ਜ਼ਿੰਦਗੀ ਤੁਰਦਾ ਰਿਹਾ, ਸਾਰੀ ਜ਼ਿੰਦਗੀ ਕੰਮ ਕਰਦਾ ਰਿਹਾ। ਪਰ ਸਤਿਗੁਰੂ ਦੀ ਬਾਣੀ ਦਾ ਮੁੱਖ ਵਾਕ ਆਪਣੀ ਸੁਰਤ ਵਿੱਚ ਰੱਖ ਕੇ ਇੱਕ ਵਾਰੀ ਆਪਣੇ ਅੰਤਰ ਝਾਤ ਮਾਰ ਕੇ ਦੇਖੀਏ ਤੇ ਇਹ ਗੱਲ ਇੱਕ ਸੌਖਿਆਂ ਸਮਝ ਵਿੱਚ ਆਉਂਦੀ ਬਾਣੀ ਦੇ ਰਾਹੀਂ।
ਜਿੰਨਾ ਕੁਝ ਬੰਦੇ ਨੇ ਸੁਣਨਾ ਸਿੱਖਿਆ, ਜੇ ਉਹ ਸਾਰਾ ਫਰੋਲਾ ਫਰਾਲੀ ਕਰਕੇ ਵੇਖੀ ਜਾਏ ਜਿੰਨਾ ਇਹਨੇ ਸਾਂਭਿਆ ਹੋਇਆ ਸੁਣ ਕੇ, ਉਹਦੇ ਵਿੱਚੋਂ ਬਹੁਤਾ ਇਹਦੇ ਕੰਮ ਆਉਣ ਵਾਲਾ ਨਹੀਂ ਹੈ, ਉਹਦੇ 'ਚ ਬਹੁਤਾ ਇਹਦੇ ਕੰਮ ਆਉਣ ਵਾਲਾ ਨਹੀਂ। ਜਿੰਨਾ ਕੁਝ ਦੇਖਿਆ ਜੇ ਉਹ ਸਾਰੀ ਫਰੋਲਾ ਫਰਾਲੀ ਕੀਤੀ ਜਾਏ ਤੇ ਉਹਦੇ ਵਿੱਚੋਂ ਬਹੁਤਾ ਕੁਝ ਜੋ ਵੇਖ ਕੇ ਇਹਨੇ ਚੇਤੇ 'ਚ ਰੱਖਿਆ ਹੋਇਆ ਉਹ ਇਹਦੇ ਕੰਮ ਆਉਣ ਵਾਲਾ ਨਹੀਂ, ਸਿਰਫ ਇਹਨੂੰ ਪਰੇਸ਼ਾਨੀਆਂ ਦੇਣ ਵਾਲਾ। ਕਿਹੜੀਆਂ ਗੱਲਾਂ ਚੇਤੇ ਰੱਖਦੇ ਆ? ਦੁਸ਼ਮਣੀਆਂ, ਵੈਰ ਭਾਵਨਾ, ਈਰਖਾ, ਮਾੜੀਆਂ ਆਦਤਾਂ, ਇਹ ਕੁਝ ਬਹੁਤੀ ਵਾਰੀ ਚੇਤੇ ਵਿੱਚ ਰਹਿ ਜਾਂਦਾ। ਔਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਆਖਦੇ, ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ। ਜਦੋਂ ਇਹ ਜਿਹੜੀਆਂ ਪੰਡਾਂ ਬੰਨ ਕੇ ਬੈਠਾ ਹੋਇਆ ਨਾ, ਜਦੋਂ ਪੰਡਾਂ ਦੀ ਗੰਢ ਖੁੱਲੀ ਤੇ ਸੁੱਖ ਨਾ ਨਿਕਲਿਓ ਕੋਈ, ਵਿੱਚੋਂ ਨਿਕਲਿਆ ਕੁਝ ਵੀ ਨਹੀਂ। ਔਰ ਐਸੀਆਂ ਪਰੇਸ਼ਾਨੀਆਂ ਦਾ, ਐਸੀਆਂ ਭੈੜੀਆਂ ਆਦਤਾਂ ਦਾ, ਔਗਣਾਂ ਦਾ, ਵਿਕਾਰਾਂ ਦਾ ਮਾਰਿਆ ਹੋਇਆ ਬੰਦਾ, ਜਿਹਨੇ ਕੰਨਾਂ ਰਾਹੀਂ, ਅੱਖਾਂ ਰਾਹੀਂ, ਬੋਲਾਂ ਰਾਹੀਂ, ਕੰਮਕਾਰ ਦੇ ਰਾਹੀਂ, ਜਿਹਨੇ ਸਭ ਪੁੱਠਾ ਹੀ ਸਿੱਖਿਆ, ਹਰ ਵੇਲੇ ਵਿਗਾੜ ਹੀ ਸਿੱਖਿਆ, ਗਲਤ ਹੀ ਸਿੱਖਿਆ, ਸਤਿਗੁਰੂ ਆਖਦੇ ਇਹੋ ਜਿਹਾ ਪਰੇਸ਼ਾਨੀਆਂ ਦਾ ਦੁਖੀ, ਪਰੇਸ਼ਾਨੀਆਂ ਦਾ ਮਾਰਿਆ ਹੋਇਆ ਬੰਦਾ, ਦੁਖੀ ਬੰਦਾ, ਫਿਰ ਜਦੋਂ ਕਦੀ ਹੱਲ ਲੱਭਦਾ ਹੈ ਨਾ ਤੇ ਸੁਣ ਸੁਣਾ ਕੇ ਵੇਖਾ ਵੇਖੀ, ਫਿਰ ਧਰਮ ਵੱਲ ਨੂੰ ਮੂੰਹ ਕਰਦਾ ਵੀ ਚਲੋ ਜੇ ਪਰੇਸ਼ਾਨੀਆਂ ਜਾਂ ਆਹ ਔਗਣ ਜਾਂ ਆਹ ਬੋਝ ਜ਼ਿੰਦਗੀ 'ਚ ਹੋ ਗਿਆ ਤੇ ਚਲੋ ਧਰਮ ਦਾ ਰਾਹ ਹੈ। ਸੁਣ ਸੁਣਾ ਕੇ ਵੇਖਾ ਵੇਖੀ ਫਿਰ ਧਰਮ ਦੇ ਵੱਲ ਮੂੰਹ ਕਰਨ ਦੀ ਕੋਸ਼ਿਸ਼ ਕਰਦਾ, ਪਰ ਸਮਝ ਸੋਝੀ ਕੋਈ ਨਹੀਂ। ਦੁੱਖਾਂ ਦਾ ਮਾਰਿਆ, ਪਰੇਸ਼ਾਨੀਆਂ ਦਾ ਮਾਰਿਆ ਹੋਇਆ ਬੰਦਾ ਫਿਰ ਜਦੋਂ ਖਹਿੜਾ ਛਡਾਉਣ ਵਾਸਤੇ ਸੋਚਦਾ ਹੈ ਨਾ ਤੇ ਇੰਨਾ ਛੇਤੀ ਕਾਹਲੀ ਵਿੱਚ ਕਦਮ ਪੁੱਟਦਾ, ਪਖੰਡੀਆਂ ਦੇ ਜਾ ਡਿੱਗਦਾ, ਕਰਮ ਕਾਂਡਾਂ ਦਾ ਸ਼ਿਕਾਰ ਹੁੰਦਾ, ਵਹਿਮ ਭਰਮ ਦਾ ਸ਼ਿਕਾਰ ਹੁੰਦਾ। ਤੁਸੀਂ ਦੇਖੋ ਸ਼ਾਰਟਕੱਟ ਰਾਹ ਲੋਕਾਂ ਨੇ ਲੱਭੇ, ਪੱਗ ਡੰਡੀਆਂ ਲੱਭੀਆਂ, ਭਾਈ ਜੇ ਧਰਮ ਹੀ ਮੈਨੂੰ ਸੁੱਖ ਦੇ ਸਕਦਾ ਹੈ, ਜੇ ਰੱਬ ਵਾਲਾ ਰਾਹ ਹੀ ਸੁੱਖ ਦੇ ਸਕਦਾ ਤੇ ਰੱਬ ਵਾਲਾ ਰਾਹ ਸੌਖਾ ਇਹ ਹੈ ਕਿ ਤੀਰਥਾਂ ਤੇ ਇਸ਼ਨਾਨ ਕਰ ਲਓ, ਪੁੰਨ ਦਾਨ ਕਰ ਲਓ, ਧਰਮ ਸਥਾਨਾਂ ਦੀ ਯਾਤਰਾ ਕਰ ਲਓ, ਮੱਥੇ ਤੇ ਤਿਲਕ ਲਾ ਲਓ, ਗਲ ਚ ਮਾਲਾ ਪਾ ਲਓ। ਇਹੀ ਕੁਛ ਹੈ ਨਾ, ਕਿਸੇ ਇਕਾਂਤ ਵਿੱਚ ਜਾ ਕੇ ਅੱਖਾਂ ਬੰਦ ਕਰਕੇ ਕੁਝ ਮਿੰਟ ਕੁਝ ਘੰਟੇ ਇਕਾਗਰ ਮਨ ਹੋ ਕੇ ਸਮਾਧੀ ਲਾ ਲਓ, ਇਹੋ ਜਿਹਾ ਕੁਛ ਕਰਦਾ ਹੈ। ਉਦੋਂ ਅਗਲੇ ਪੜਾਅ ਆਉਂਦੇ ਆ। ਜੇ ਤੁਸੀਂ ਅੱਗੇ ਤੁਰਨਾ ਚਾਹੁੰਦੇ ਹੋ, ਪਰਿਵਾਰ ਛੱਡ ਦਿਓ, ਇਕੱਲੇ ਜੰਗਲਾਂ ਵਿੱਚ ਰਹੋ, ਜੇ ਉਦੋਂ ਅੱਗੇ ਤੁਰਨਾ ਚਾਹੁੰਦੇ ਹੋ, ਤੁਸੀਂ ਖਾਣਾ ਪੀਣਾ ਛੱਡ ਦਿਓ, ਇਹ ਬਹੁਤ ਮਾੜੀ ਚੀਜ਼ ਹੈ, ਇਹ ਤੁਹਾਡੇ ਸਰੀਰ ਵਿੱਚ ਵਿਕਾਰ ਪੈਦਾ ਕਰਦਾ ਖਾਣਾ ਪੀਣਾ। ਖਾਣਾ ਪੀਣਾ ਛੱਡ ਕੇ ਤੁਸੀਂ ਘਾਹ ਫੂਸ ਖਾਓ, ਪੱਤੇ ਖਾਓ, ਦਰਖਤਾਂ ਦੀਆਂ ਛਿੱਲਾਂ ਖਾਓ। ਪਰ ਜਦੋਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਨਾਲ ਜੁੜਦੇ ਹਾਂ ਤੇ ਮਹਾਰਾਜ ਆਖਦੇ ਆ, ਜਿਨ੍ਹਾਂ ਨੇ ਇਹ ਰਾਹ ਅਪਣਾਇਆ ਪਰੇਸ਼ਾਨੀਆਂ ਦੇ ਹੱਲ ਲਈ, ਜਿਨ੍ਹਾਂ ਨੇ ਇਹ ਰਾਹ ਅਪਣਾਇਆ ਤੀਰਥ ਇਸ਼ਨਾਨਾਂ ਵਾਲਾ, ਪਰਿਵਾਰ ਛੱਡਣ ਵਾਲਾ, ਜਿਨ੍ਹਾਂ ਨੇ ਦਰਖਤਾਂ ਦੇ ਪੱਤੇ ਤੇ ਛਿੱਲਾਂ ਖਾਣ ਵਾਲਾ ਇਹ ਰਾਹ ਅਪਣਾਇਆ ਕਿ ਅਸੀਂ ਧਰਮੀ ਬਣ ਜਾਈਏ, ਉਹ ਹੋਰ ਪਰੇਸ਼ਾਨ ਹੋਏ।
ਉਹ ਪਰੇਸ਼ਾਨੀਆਂ ਤੋਂ ਛੁੱਟ ਨਹੀਂ ਸਕੇ। ਉਹ ਦੁਖੀ ਸੀ ਤੇ ਦੁਖੀ ਰਹੇ, ਉਹ ਵਿਲਕਦੇ ਸੀ ਤੇ ਵਿਲਕਦੇ ਹੀ ਰਹੇ, ਕਲਪਦੇ ਸੀ ਤੇ ਕਲਪਦੇ ਹੀ ਰਹੇ, ਉਹ ਖਾਲੀ ਸਨ ਤੇ ਖਾਲੀ ਰਹੇ, ਉਹ ਅਗਿਆਨਤਾ ਵਿੱਚ ਫਸੇ ਹੋਏ ਸਨ ਤੇ ਅਗਿਆਨਤਾ ਹੀ ਧੋਂਦੇ ਰਹੇ, ਉਹ ਹਨੇਰੇ ਦੇ ਵਿੱਚ ਧੱਕੇ ਖਾ ਰਹੇ ਸਨ ਤੇ ਹਨੇਰੇ ਦੀ ਪੂਜਾ ਕਰਦੇ ਰਹੇ, ਅਸਲੀਅਤ ਵਾਲੇ ਪਾਸੇ ਮੂੰਹ ਨਹੀਂ ਕਰ ਸਕੇ। ਮੈਂ ਕਹਿੰਦਾ ਸਾਡੇ ਕਿੱਡੇ ਵੱਡੇ ਭਾਗ ਹੈ, ਸਾਨੂੰ ਕਰਨਾ ਕੁਝ ਨਹੀਂ ਪੈ ਰਿਹਾ, ਸਾਨੂੰ ਬਾਣੀ ਨੇ ਸਤਿਗੁਰੂ ਦੇ ਜਿਹੜੇ ਮਹਾਨ ਉੱਤਮ ਵੱਡੇ ਤਜਰਬੇ ਸਨ ਉਹ ਬਾਣੀ ਨੇ ਸਾਨੂੰ ਦੇ ਦਿੱਤੇ। ਸਤਿਗੁਰਾਂ ਨੇ ਉਹ ਸਾਰੇ ਤਜਰਬੇ ਜਿਹੜੇ ਲੋਕ ਕਰ ਰਹੇ ਸਨ ਉਹ ਸਾਡੇ ਸਾਹਮਣੇ ਲਿਆਂਦੇ। ਆਹ ਦੇਖੋ ਜੋਗੀ ਸਵਾਹ ਮਲ ਕੇ ਤੁਰਿਆ ਫਿਰਦਾ ਸੀ, ਨਾ ਕੰਨਾਂ ਵਿੱਚ ਮੁੰਦਰਾਂ ਪਾਉਂਦਾ ਸੀ, ਨਾ ਹੱਥ ਵਿੱਚ ਡੰਡਾ ਰੱਖਦਾ ਸੀ, ਪਰਿਵਾਰ ਉਹਨੇ ਛੱਡਿਆ ਸੀ, ਜੰਗਲਾਂ 'ਚ ਜਾ ਕੇ ਪਹਾੜਾਂ 'ਤੇ ਚੜ੍ਹ ਕੇ ਉਹ ਕਈ ਤਰ੍ਹਾਂ ਦੇ ਆਸਣ ਸਿੱਖ ਕੇ ਸਮਾਧੀਆਂ ਲਾਉਂਦਾ ਸੀ। ਪਰ ਮਹਾਰਾਜ ਨੇ ਜਿਹੜਾ ਤਜਰਬਾ ਉਹਨਾਂ ਵਾਲਾ ਸੀ ਉਹ ਸਾਹਮਣੇ ਰੱਖ ਕੇ ਆਪਣਾ ਵਿਚਾਰ ਨਾਲ ਪੇਸ਼ ਕੀਤਾ ਅਤੇ ਉਹਨੂੰ ਆਖਿਆ ਗੱਲੇ ਯੋਗ ਨਾ ਹੋਏ, ਯੋਗ ਨਾ ਹੋਏ। ਜਪਜੀ ਸਾਹਿਬ ਦਾ ਪਾਠ ਤਾਂ ਆਪਾਂ ਕਰਦੇ ਹੀ ਹੋਣੇ ਹਾਂ, ਵੈਸੇ ਹੁਣ ਅਸੀਂ ਘੱਟ ਕਰਦੇ ਹਾਂ, ਸਾਨੂੰ ਆਦਤ ਪੈ ਗਈ, ਅਸੀਂ ਵਪਾਰੀ ਜੇ ਬਣ ਗਏ ਹਾਂ, ਅਸੀਂ ਕੀਤੇ ਕਿਰਾਏ ਦੇ ਉੱਤੇ ਬਹੁਤਾ ਵਿਸ਼ਵਾਸ ਕਰਨ ਲੱਗੇ। ਤੁਸੀਂ ਕਰ ਦਿਓ, ਤੁਸੀਂ ਕਰ ਦਿਓ, ਪੈਸੇ ਦੇ ਕੇ ਕੰਮ ਕਰਵਾਉਣ ਵਾਲਾ ਕੰਮ ਬਹੁਤਾ ਸੌਖਾ ਹੈ, ਉਹ ਅਸੀਂ ਅਪਣਾ ਲਿਆ ਹੈ, ਉਹ ਸਾਡੇ ਹੱਡਾਂ 'ਚ ਵੜ ਗਿਆ ਹੈ। ਅੱਜ ਅਸੀਂ ਆਪਣੇ ਘਰਾਂ ਦੇ ਅੰਦਰ ਆਪਣੇ ਧਰਮ ਦੀ ਮਰਿਆਦਾ ਨਿਭਾਉਣ ਲਈ ਤਿਆਰ ਨਹੀਂ ਹਾਂ। ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਆਪਾਂ ਵੇਖੋ ਧਿਆਨ ਨਾਲ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਡੰਡਾ ਨਾ ਫੜ, ਪ੍ਰਤੀਤ ਨੂੰ ਡੰਡਾ ਬਣਾ, ਪ੍ਰਤੀਤ ਨੂੰ ਵਿਸ਼ਵਾਸ ਨੂੰ। ਕੰਨ ਪਾੜ ਕੇ ਮੁੰਦਰਾਂ ਪਾਉਣ ਦੀ ਲੋੜ ਨਹੀਂ, ਇਹ ਮੁੰਦਰਾਂ ਤੇ ਜੋਗੀ ਵੀ ਪਾਈ ਫਿਰਦੇ ਸੀ। ਬੰਦਿਆ ਜੇ ਕੁਝ ਕਰਨਾ ਚਾਹੁੰਦਾ ਤੇ ਆਪਣੇ ਮਨ ਨੂੰ ਸੰਤੋਖ ਦੀਆਂ ਮੁੰਦਰਾਂ ਪਾ, ਜੇ ਵਿੰਨਣਾ ਚਾਹੁੰਦਾ ਤੇ ਕੰਨ ਨਾ ਵਿੰਨ, ਆਪਣੇ ਮਨ ਨੂੰ ਵਿੰਨ ਕੇ ਇਹਦੇ 'ਚ ਸੰਤੋਖ ਨੂੰ ਲੰਘਾ, ਸੰਤੋਖ ਨੂੰ ਪਰੋ, ਤੇਰਾ ਇਹ ਜੀਵਨ ਉੱਚਾ ਸੁੱਚਾ ਅਤੇ ਪਰੇਸ਼ਾਨੀਆਂ ਤੋਂ ਮੁਕਤ ਹੋਏਗਾ। ਪਰ ਅਸੀਂ ਤੁਰਦੇ ਨਹੀਂ। ਮਹਾਰਾਜ ਨੇ ਦੂਜਾ ਤਜਰਬਾ ਸਾਡੇ ਸਾਹਮਣੇ ਲਿਆਂਦਾ, ਤੁਸੀਂ ਨਾ ਕਰਿਓ। ਇਹ ਤਜਰਬਾ ਸਦੀਆਂ ਤੋਂ ਲੋਕ ਕਰਦੇ ਆ ਰਹੇ ਹੈ, ਸਦੀਆਂ ਤੋਂ ਜਿਨ੍ਹਾਂ ਨੇ ਸਦੀਆਂ ਇਹ ਤਜਰਬਾ ਕੀਤਾ, ਭਲੇ ਉਹ ਮੈਂ ਤੁਹਾਡੇ ਸਾਹਮਣੇ ਰੱਖ ਕੇ ਤੁਹਾਨੂੰ ਮੱਤ ਦੇਣੀ ਚਾਹੁੰਦਾ। ਗੁਰੂ ਕਹਿੰਦਾ, ਗੁਰੂ ਕਹਿੰਦਾ ਮੈਂ ਤੁਹਾਨੂੰ ਮੱਤ ਦੇਣੀ ਚਾਹੁੰਦਾ। ਆਹ ਤਜਰਬਾ ਸਦੀਆਂ ਤੋਂ ਸਾਡੇ ਸਮਾਜ ਨੇ ਸਾਡੇ ਲੋਕਾਂ ਨੇ ਹੰਢਾਇਆ, ਇਹ 'ਚੋਂ ਨਿਕਲਿਆ ਕੁਝ ਨਹੀਂ, ਇਸ ਕਰਕੇ ਤੁਸੀਂ ਇਹ ਤਜਰਬਾ ਨਾ ਕਰਿਓ। ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਆਹ ਕਰਿਓ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ। ਕਿਉਂ ਜੀ, ਦੁਨੀਆਂ ਨੇ ਤਜਰਬਾ ਕੀਤਾ ਜਲ ਕੈ ਮਰਜਨ, ਤੁਸੀਂ ਤਾਂ ਮੈਨੂੰ ਲੱਗਦਾ ਮੇਰੇ ਨਾਲ ਨਾਰਾਜ਼ ਹੋ, ਤੁਸੀਂ ਬੋਲਦੇ ਹੀ ਨਹੀਂ, ਸਪੀਕਰਾਂ ਦੀ ਆਵਾਜ਼ ਆਉਂਦੀ ਹੈ ਜੀ।
ਕੀ ਪ੍ਰਕਾਸ਼ ਪੁਰਬ ਮੈਂ ਇਕੱਲਾ ਮਨਾਉਣਾ ਹੈ? ਤੁਸੀਂ ਵੀ ਤਾਂ ਘਰਾਂ ਤੋਂ ਆਏ, ਕਿੱਡੀ ਦੂਰੋਂ ਦੂਰੋਂ ਚੱਲ ਕੇ ਕੰਮ ਕਾਰ ਛੱਡ ਕੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਹੀ ਆਏ ਹੋ, ਤੁਸੀਂ ਵਿਹਲੇ ਥੋੜ੍ਹੀ ਹੋ। ਅਤੇ ਜੇ ਆਏ ਹਾਂ ਤਾਂ ਹੁਣ ਬਾਣੀ ਨਾ ਪੜ੍ਹੀਏ ਜਾਂ ਬਾਣੀ ਵਾਲੇ ਪਾਸੇ ਧਿਆਨ ਨਾ ਦੇਈਏ ਤਾਂ ਫਿਰ ਆਪਣਾ ਫਾਇਦਾ ਕੀ ਹੋਏਗਾ? ਇਹਦੂ ਅੱਗੇ ਹੁਣ ਮੈਂ ਨਹੀਂ ਕਹਿਣਾ, ਵਾਰ ਵਾਰ ਕਹਿੰਦਾ ਮੈਂ ਚੰਗਾ ਵੀ ਨਹੀਂ ਲੱਗਦਾ। ਜੇ ਤੁਹਾਨੂੰ ਇਹ ਮਨਜ਼ੂਰ ਹੈ ਕਿ ਤੂੰ ਇਕੱਲਾ ਸੱਦਿਆ, ਤੈਨੂੰ ਸੱਦਿਆ ਬਈ ਤੇਰੀ ਡਿਊਟੀ ਹੈ ਤੂੰ ਬੋਲ, ਫਿਰ ਮੈਂ ਬੋਲੀ ਜਾਂਦਾ ਭਾਈ, ਕਿਉਂ ਜੀ ਠੀਕ ਹੈ ਤਾਂ ਕਿ ਰਲ ਮਿਲ ਕੇ ਆਪਾਂ ਪਾਠ ਕਰੀਏ। ਆਓ ਫਿਰ ਪੜ੍ਹੀਏ, ਜਲ ਕੇ ਮੱਜਣ ਜੇ ਗੱਤ ਹੋਵੇ, ਜੇ ਪਾਣੀ ਦੇ ਨਾਤਿਆਂ ਮੁਕਤੀ ਹੁੰਦੀ ਹੈ ਤਾਂ ਨਿਤ ਨਿਤ ਮੇਢਕ ਨਾਵੇਂ, ਨਿਤ ਨਿਤ ਜੈਸੇ ਮੇਢਕ। ਕਈ ਵਾਰੀ ਨਾ ਸਾਧਾਂ ਦੀ ਸਿਖਾਈ ਹੋਈ ਸਿੱਖਿਆ ਜਿਹੜੀ ਸਾਡੇ ਸਿਰ ਚੜ੍ਹ ਬੋਲਦੀ, ਅਸੀਂ ਕਹਿੰਦੇ ਵੇਖੋ ਜੀ ਇਹ ਤੀਰਥਾਂ ਨੂੰ ਨਹੀਂ ਮੰਨਦੇ। ਭਾਈ ਅਸੀਂ ਨਹੀਂ ਕੁਛ ਵੀ ਕਹਿੰਦੇ, ਬਾਣੀ ਕਹਿ ਰਹੀ ਹੈ। ਅਖੇ ਕਹਿੰਦੇ ਲੈ ਤੀਰਥਾਂ ਦੇ ਨਹਾਉਣ ਨਾਲ ਫਾਇਦਾ ਨਹੀਂ, ਅਸੀਂ ਨਹੀਂ ਕੁਛ ਵੀ ਕਹਿੰਦੇ, ਸਾਨੂੰ ਕੀ ਲੋੜ ਹੈ ਕਹਿਣ ਦੀ? ਮੈਂ ਇਸੇ ਕਰਕੇ ਬਾਣੀ ਦਾ ਪ੍ਰਮਾਣ ਤੁਹਾਨੂੰ ਕਹਿ ਰਿਹਾ, ਤੁਸੀਂ ਨਾਲ ਬੋਲੋ ਤਾਂ ਕਿ ਮੇਰੇ ਆਲੇ ਦੁਆਲੇ ਗੁੱਸਾ ਕਰਨ ਵਾਲਿਆਂ ਦੀ ਗਿਣਤੀ ਘਟੇ, ਗੁੱਸਾ ਕਰ ਜਾਂਦੇ। ਜਲ ਕੈ ਮੱਜਣ ਜੇ ਗੱਤ ਹੋਵੇ, ਨਿਤ ਨਿਤ ਮੇਢਕ ਨਾਵੇਂ, ਜੈਸੇ ਮੇਢਕ ਤੈਸੇ ਕੋਏ ਨਾਰ, ਜਿਹੋ ਜਿਹੇ ਡੱਡੂ ਉਹੋ ਜਿਹੋ ਬੰਦੇ ਜਿਹੜੇ ਪਾਣੀ ਦੇ ਵਿੱਚ ਰਹਿ ਕੇ ਮੁਕਤੀ ਲੱਭਦੇ ਆ। ਹਾਲਾਂਕਿ ਡੱਡੂ ਪਾਣੀ 'ਚ ਮੁਕਤੀ ਨਹੀਂ ਲੱਭਦਾ, ਡੱਡੂ ਕੋ ਮੱਥਿਆ ਪੁੰਨਿਆ ਨਹਾਉਣ ਨਹੀਂ ਜਾਂਦਾ, ਡੱਡੂ ਤਾਂ ਜੰਮਿਆ ਹੀ ਪਾਣੀ 'ਚ ਹੈ ਅਤੇ ਪਾਣੀ 'ਚ ਹੀ ਰਹਿੰਦਾ ਅਤੇ ਪਾਣੀ 'ਚ ਹੀ ਮਰਦਾ, ਪਰ ਬੰਦਾ ਪਾਣੀ 'ਚ ਮੁਕਤੀ ਲੈਣ ਜਾਂਦਾ। ਕਬੀਰ ਜੀ ਕਹਿੰਦੇ ਆ ਦੇਖੋ ਧਿਆਨ ਨਾਲ, ਭਲਿਓ ਲੋਕੋ ਡੱਡੂ ਜਿਉਂ ਧਰਤੀ ਕਿਤੇ ਬਣੀ, ਸ੍ਰਿਸ਼ਟੀ ਬਣੀ ਡੱਡੂ ਪਾਣੀ ਦਾ ਵਸ਼ਿੰਦਾ ਹੈ। ਉਹ ਪਾਣੀ 'ਚ ਹੀ ਜੰਮਿਆ, ਪਾਣੀ 'ਚ ਹੀ ਰਿਹਾ ਅਤੇ ਪਾਣੀ 'ਚ ਹੀ ਅਖੀਰ ਮਰਦਾ ਹੈ, ਸਾਰੀ ਜ਼ਿੰਦਗੀ ਉਹਦੀ ਪਾਣੀ ਨਾਲ ਸੰਬੰਧਿਤ ਹੈ। ਉਹ ਪਾਣੀ 'ਚ ਰਹਿਣ ਵਾਲਾ ਇੱਕ ਛੋਟਾ ਜਿਹਾ ਜੀਵ ਕੀ ਪਾਣੀ 'ਚ ਰਹਿਣ ਕਰਕੇ ਜਾਲਾ ਖਾਣਾ ਛੱਡ ਗਿਆ? ਕੀ ਪਾਣੀ 'ਚ ਰਹਿੰਦਿਆਂ ਹੋਇਆਂ ਉਹਨੂੰ ਕਮਲ ਫੁੱਲ ਅਤੇ ਚਿੱਕੜ ਦੀ ਪਛਾਣ ਕਰਨੀ ਆਈ ਹੈ? ਕੀ ਉਹ ਪਹਿਲਾਂ ਵੀ ਸਦੀਆਂ ਤੋਂ ਚਿੱਕੜ ਖਾ ਰਿਹਾ ਸੀ ਅਤੇ ਅੱਜ ਵੀ ਉਹ ਚਿੱਕੜ ਹੀ ਨਹੀਂ ਖਾ ਰਿਹਾ ਪਾਣੀ 'ਚ ਰਹਿ ਕੇ? ਕੀ ਜਾਲਾ ਹੀ ਨਹੀਂ ਖਾ ਰਿਹਾ? ਅਤੇ ਜਿਹੜਾ ਬੰਦਾ ਪਾਣੀ 'ਚ ਨਹਾ ਕੇ ਮੁਕਤੀ ਲੱਭਦਾ, ਜੇ ਡੱਡੂ ਨੂੰ ਉਹ ਪਾਣੀ ਮੁਕਤੀ ਨਹੀਂ ਦੇ ਸਕਿਆ ਤਾਂ ਭਲਿਆ ਤੂੰ ਪਾਣੀ ਤੋਂ ਬਾਹਰ ਰਹਿ ਕੇ ਜ਼ਿੰਦਗੀ ਜਿਉਣ ਵਾਲਿਆ, ਤੂੰ ਪਾਣੀ 'ਚ ਜਾ ਕੇ ਹੁਣ ਚੁੱਭੀਆਂ ਲਾ ਕੇ ਮੁਕਤੀ ਭਾਲਦਾ, ਜੇ ਡੱਡੂ ਨੂੰ ਪਾਣੀ ਨੇ ਮੁਕਤੀ ਨਹੀਂ ਦਿੱਤੀ ਤੈਨੂੰ ਦੇ ਦੇਗਾ? ਕੀ ਤੇਰਾ ਜਾਲਾ ਖਾਣ ਵਾਲਾ ਸੁਭਾਅ ਹਟ ਜਾਏਗਾ? ਕੀ ਪਾਣੀ 'ਚ ਨਹਾ ਕੇ ਤੂੰ ਦਾਜ ਮੰਗਣੋਂ ਹਟ ਜਾਏਗਾ? ਕੀ ਪਾਣੀ 'ਚ ਨਹਾ ਕੇ ਤੂੰ ਸ਼ਰਾਬ ਛੱਡ ਦੇਗਾ? ਕੀ ਪਾਣੀ 'ਚ ਨਹਾ ਕੇ ਤੂੰ ਬੇਈਮਾਨੀ ਛੱਡ ਦੇਗਾ, ਵੱਧ ਘੱਟ ਤੋਲਣਾ ਛੱਡ ਦੇਗਾ, ਪਰਾਇਆ ਰੂਪ ਵੇਖਣਾ ਛੱਡ ਦੇਗਾ? ਬਾਣੀ ਨੇ ਆਖਿਆ ਇਹ ਕੰਮ ਤੁਹਾਡੇ ਲਈ ਰਾਸ ਨਹੀਂ। ਕੀ ਰਾਸ ਹੈ? ਆਖਿਆ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਮਣ ਗੁਰ ਕੀ ਸੇਵਾ। ਆਇਆ ਸੱਚਾ ਨਹਾਉਣ ਗੁਰੂ ਕੀ ਸੇਵਾ, ਇੱਥੇ ਨਹਾਓ
ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਨਹਾਉਣਾ ਤੇ ਇੱਥੇ ਨਹਾਇਓ। ਇੱਥੇ ਜਿਹੜਾ ਤੁਸੀਂ ਆ ਜਿਹੜਾ ਸਮਾਜ ਦਾ ਵੇਖਦੇ ਹੋ, ਸਤਿਗੁਰੂ ਨੇ ਤਜਰਬਾ ਸਾਡੇ ਸਾਹਮਣੇ ਰੱਖਿਆ, ਸੰਸਾਰ ਨੇ ਸਦੀਆਂ ਇਹ ਤਜਰਬਾ ਅਪਣਾਇਆ ਤੇ ਅੱਜ ਵੀ ਲੈ ਕੇ ਚੱਲ ਰਹੇ ਆ, ਇਹਦੇ ਚੋਂ ਨਿਕਲ ਕੁਝ ਨਹੀਂ ਰਿਹਾ। ਜੇ ਕੁਝ ਕੱਢਣਾ ਚਾਹੁੰਦੇ ਹੋ, ਪਰੇਸ਼ਾਨੀਆਂ ਤੋਂ ਛੁੱਟਣਾ ਚਾਹੁੰਦੇ ਹੋ, ਤੇ ਭਲਿਓ ਆਹ ਤਜਰਬਾ ਛੱਡ ਕੇ ਤੁਸੀਂ ਆਹ ਤਜਰਬਾ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਤੁਸੀਂ ਲੈ ਲਿਓ। ਕਿਉਂ ਜੀ ਗੁਰੂ ਇੱਦਾਂ ਕਹਿੰਦਾ ਨਾ, ਅਸੀਂ ਉਸ ਰਾਹ ਤੇ ਤੁਰਦੇ ਨਹੀਂ। ਤੀਰਥ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ, ਇਸ ਨੂੰ ਤੀਰਥ ਬਣਾ, ਇਹਦੇ 'ਚ ਚੁੱਭੀਆਂ ਲਾਇਆ ਕਰ, ਨਹਾਇਆ ਕਰ। ਇੱਥੋਂ ਅਸੀਂ ਦੌੜਦੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਸਾਨੂੰ ਚਾਹੀਦਾ ਸੌਖਾ ਕੰਮ, ਸੌਖਾ ਕੰਮ, ਸੌਖਾ ਕੰਮ। ਲੱਭਦਿਆਂ ਲੱਭਦਿਆਂ ਤੇ ਅਸੀਂ ਆਪਣੇ ਆਲੇ ਦੁਆਲੇ ਇੰਨੀਆਂ ਦੁਕਾਨਾਂ ਪੈਦਾ ਕਰ ਲਈਆਂ, ਦੁੱਖਾਂ ਦੇ ਮਾਰੇ, ਪਰੇਸ਼ਾਨੀਆਂ ਦੇ ਮਾਰੇ। ਉਹਨਾਂ ਪਰੇਸ਼ਾਨੀਆਂ ਨੂੰ, ਦੁੱਖਾਂ ਦੀ ਜੜ੍ਹ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ, ਭੱਜ ਕੇ ਚੌਂਕੀ ਲਾਉਣ ਚਲੇ ਜਾਂਦੇ ਆ, ਜਾਂਦੇ ਆ ਨਾ। ਅੱਗੋਂ ਬਾਬਾ ਜੀ ਸੌਖਾ ਰਾਹ ਦੱਸਦੇ ਆ, ਆਹ ਧਾਗਾ ਲੈ ਜਾਓ, ਡੌਲੇ ਨਾ ਬੰਨ ਲਿਓ, ਆਹ ਸਵਾਹ ਦੀ ਕੁੜੀ ਲੈ ਜਾਓ, ਇਹ ਸਵਾਹ ਦੀ ਕੁੜੀ ਪਾਣੀ 'ਚ ਘੋਲ ਕੇ ਜਦੋਂ ਸੱਸ ਸੁੱਧੀ ਹੋਊਗੀ ਨਾ, ਉਹਦੇ ਸਰਾਣੇ ਵਾਲੇ ਪਾਸੇ ਤਰੌਂਕ ਦੇਣੀ, ਆਪੇ ਬੱਸ ਵਿੱਚ ਆ ਜਾਣੀ, ਬੋਲਣ ਉਹ ਹਟ ਜੂਗੀ, ਤੰਗ ਕਰਨ ਉਹ ਛੱਡ ਦੂਗੀ। ਕਰ ਰਹੇ ਨਾ ਸਾਰਾ ਕੁਛ, ਸਾਡਾ ਆਲਾ ਦੁਆਲਾ ਇਸ ਚੀਜ਼ ਨਾਲ ਭਰ ਗਿਆ। ਹੋਰ ਵੇਖੋ, ਇੱਕ ਬੰਦੇ ਨੇ ਮੱਥਾ ਟੇਕਣ ਆਇਆ ਤੇ ਉਹਦੇ ਨਾ ਆ ਆ ਆ ਚਾਰੇ ਉਂਗਲਾਂ, ਚਾਰੇ ਆ ਮੁੰਦਰੀਆਂ ਨਾਲ ਭਰੀਆਂ ਹੋਈਆਂ, ਨਗਾਂ ਵਾਲੀਆਂ ਮੁੰਦਰੀਆਂ, ਆਹ ਜਿਹੜੇ ਨਾਗ ਉਹਨੇ ਪਾਏ ਨੇ, ਐਂ ਜਦੋਂ ਹੱਥ ਰੱਖ ਕੇ ਉਹਨੇ ਮੱਥਾ ਟੇਕਿਆ, ਲਾਈਟ ਦੇ ਚਾਨਣੇ ਉਹ ਲਿਸ਼ਕੇ। ਬਾਅਦ ਚ ਮੈਂ ਪੁੱਛਿਆ, ਮੈਂ ਕਿਹਾ ਭਾਜੀ ਇੰਨੀਆਂ ਮੁੰਦਰੀਆਂ, ਕੋਈ ਵਾਹਵਾ ਹੀ ਟੌਰ ਸ਼ੌਰ ਕੱਢਿਆ ਤੁਸੀਂ, ਵਾਹਵਾ ਹੀ ਸ਼ੌਕੀਨ ਲੱਗਦੇ ਹੋ। ਨਹੀਂ, ਕਹਿੰਦਾ ਬਾਬਾ ਜੀ ਟੌਰ ਵਾਲਾ ਮਸਲਾ ਕੋਈ ਨਹੀਂ, ਇਹ ਤੇ ਬੜੀਆਂ ਮਹਿੰਗੀਆਂ ਨੇ। ਮੈਂ ਕਿਹਾ ਜੀ ਪਾਈਆਂ ਕਿਉਂ ਆ, ਕਿਉਂ ਇੰਨੀਆਂ ਮਹਿੰਗੀਆਂ ਪਾਈਆਂ, ਕੀ ਲੋੜ ਪੈ ਗਈ? ਬਾਬਾ ਦੱਸੀ ਮੈਨੂੰ ਵੀ ਜਿਹੜੀਆਂ ਰੰਗ ਬਿਰੰਗੇ ਨਾਗ ਦਿਸਦੇ ਆ, ਗੱਲ ਤਾਂ ਕੋਈ ਹੋਰ ਹੈ, ਪਰ ਮੈਂ ਉਹਨੂੰ ਪੁੱਛਣਾ ਸੀ ਵੀ ਇਹ ਗੱਲ ਕੀ ਹੈ, ਇੰਨੀਆਂ ਮੁੰਦਰੀਆਂ ਪਾਈਆਂ, ਇੰਨੀਆਂ ਮਹਿੰਗੀਆਂ ਪਾਈਆਂ, ਖਰੀਦ ਕੇ ਪਾਈਆਂ, ਕਿਉਂ? ਇੱਕ ਨਾ ਵੀ ਸਰਦਾ, ਦੋ ਨਾ ਵੀ ਸਰਦਾ। ਕਹਿੰਦਾ ਨਹੀਂ ਜੀ, ਅੱਜ ਕੱਲ੍ਹ ਦੇ ਜ਼ਮਾਨੇ 'ਚ ਤੁਹਾਨੂੰ ਪਤਾ ਹੈ ਬੜੀਆਂ ਪਰੇਸ਼ਾਨੀਆਂ, ਬੜੇ ਕਲੇਸ਼, ਬੜੇ ਝਮੇਲੇ ਆ ਦੁਨੀਆ 'ਚ, ਜਿਉਣ ਲਈ ਬੜਾ ਕੁਝ ਕਰਨਾ ਪੈਂਦਾ ਆ, ਸਰੀਰ ਨੇ ਠੀਕ ਰਹਿੰਦਾ ਆਹ ਮੁੰਦਰੀ ਉਹਦੇ ਲਈ ਪਾਈ ਆ, ਆਹ ਕਾਰੋਬਾਰ 'ਚ ਲਮਠਾ ਰਹਿੰਦਾ ਸੀ ਉਹਦੇ ਲਈ ਪਾਈ ਆ, ਆਹ ਘਰ 'ਚ ਕਲੇ ਕਲੇਸ਼ ਰਹਿੰਦਾ ਉਹਦੇ ਲਈ। ਗਿਣ ਦਿੱਤੀਆਂ ਉਹਨੇ ਜੀ, ਅੱਠਦੀਆਂ ਅੱਠ ਗਿਣ ਦਿੱਤੀਆਂ, ਇਹ ਮੁੰਦਰੀਆਂ ਹੱਲ ਹੈਗੀਆਂ। ਜੇ ਮੁੰਦਰੀਆਂ ਹੱਲ ਆ ਤੇ ਫਿਰ ਤੇ ਸਰਕਾਰ ਨੂੰ ਸਬਸਿਡੀ ਤੇ ਸਾਰੇ ਆਪਣੇ ਇਸ ਦੇਸ਼ ਦੇ ਅੰਦਰ ਵੰਡ ਦੇਣੀਆਂ ਚਾਹੀਦੀਆਂ, ਤਾਂ ਕਿ ਸਾਰੀਆਂ ਪਰੇਸ਼ਾਨੀਆਂ ਹੱਲ ਹੋ ਜਾਣ। ਸੌਖਾ ਕੰਮ ਹੈ, ਸਬਸਿਡੀ ਤੇ ਵੰਡ ਦੇਣ, ਖਰੀਦ ਕੇ ਉਹਨੂੰ ਸਰਕਾਰੀ ਮਹਿਕਮਾ 'ਚ ਕਲੀਅਰ ਕਰ ਦੇਣ ਕਿ ਇਹ ਸਰਕਾਰੀ ਮਹਿਕਮਾ ਹੈ, ਇਹਦੇ 'ਚੋਂ ਤੁਹਾਨੂੰ ਸਬਸਿਡੀ ਤੇ ਆਹ ਸਾਰਾ ਕੁਝ ਮਿਲੇਗਾ, ਇਹਨਾਂ ਬੰਦਿਆਂ ਨੂੰ ਭਰਤੀ ਕਰ ਲੈਣ, ਤਨਖਾਹਾਂ ਦੇਣ। ਬੜੇ ਸੌਖੇ ਲੋਕਾਂ ਨੇ ਢੰਗ ਲੱਭੇ,
ਇੰਨਾ ਪਖੰਡ ਸਾਡੇ ਆਲੇ ਦੁਆਲੇ ਫੈਲ ਰਿਹਾ, ਅਸੀਂ ਅੱਖਾਂ ਬੰਦ ਕਰਕੇ ਬੈਠੇ ਹੋਏ, ਅਸੀਂ ਉਸ ਪਖੰਡ ਦੇ ਸ਼ਿਕਾਰ ਹੋ ਰਹੇ ਹਾਂ। ਉਸ ਪਖੰਡ ਨੂੰ ਵਧਾਉਣ ਵਿੱਚ ਕਿਤੇ ਨਾ ਕਿਤੇ ਹਾਂ ਧਾਂ ਮਿਲਾ ਕੇ ਜਾਂ ਆਪਣੀ ਚੁੱਪ ਧਾਰਨ ਕਰਕੇ ਉਹਨੂੰ ਹੱਲਾਸ਼ੇਰੀ ਦੇ ਰਹੇ ਹਾਂ, ਜਾਂ ਹਾਂ ਧਾਂ ਮਿਲਾ ਰਹੇ ਹਾਂ ਜਾਂ ਚੁੱਪ ਧਾਰਨ ਕਰਕੇ ਉਹਨੂੰ ਹੱਲਾਸ਼ੇਰੀ ਦੇ ਰਹੇ ਹਾਂ। ਪਖੰਡ ਨੂੰ ਦੇਖ ਲਓ, ਬਾਬਾ ਜੀ ਕਾਰੋਬਾਰ ਨਹੀਂ ਚੱਲਦਾ, ਸਮੋਸਾ ਖਾਇਆ ਜੀ? ਖਾਇਆ। ਹਰੀ ਚਟਨੀ ਕੇ ਸਾਥ ਖਾਇਆ ਕਿ ਲਾਲ ਕੇ ਸਾਥ ਖਾਇਆ? ਨਹੀਂ ਜੀ, ਹਰੀ ਕੇ ਸਾਥ ਖਾਇਆ। ਲਾਲ ਕੇ ਸਾਥ ਖਾਓ, ਕਿਰਪਾ ਸ਼ੁਰੂ ਹੋ ਜਾਏਗੀ। ਆਹ ਤਿਉਹਾਰ ਸਾਡੇ ਆਲੇ ਦੁਆਲੇ ਇਹਨਾਂ ਨੇ ਬਣਾ ਰੱਖਿਆ। ਲੋਕ ਇਹਨਾਂ ਗੱਲਾਂ ਦੇ ਵਿੱਚ ਵੇਖੋ ਕਿਵੇਂ ਭੀੜਾਂ ਦੀਆਂ ਭੀੜਾਂ ਫਸਦੀਆਂ, ਭੀੜਾਂ ਦੀਆਂ ਭੀੜਾਂ। ਇੱਕ ਸਾਰੇ ਹਿੰਦੁਸਤਾਨ ਦਾ ਬਾਪੂ ਬਣਦਾ ਬਣਦਾ ਜੇਲ੍ਹ 'ਚ ਚਲੇ ਗਿਆ ਸੀ, ਇੱਕ ਆ ਹੁਣ ਹਿੰਦੁਸਤਾਨ ਦੀ ਮਾਂ ਉੱਠ ਖਲੋਤੀ ਹੈ, ਬੜਾ ਰੌਲਾ ਹੈ। ਦੁੱਖ ਤਾਂ ਉਦੋਂ ਹੁੰਦਾ ਜਦੋਂ ਸਾਡੇ ਗਾਤਰੇ ਵਾਲੇ ਉਹਨੂੰ ਸਰੋਪੇ ਦੇ ਕੇ ਅਤੇ ਉਹਦੇ ਲਾਗੇ ਹੱਥ ਜੋੜ ਕੇ ਦੰਦੀਆਂ ਕੱਢਦੇ ਆ। ਦੇਖਿਆ ਹੋਣਾ ਤੁਸੀਂ ਉਹ ਸਾਰਾ ਕੁਝ ਜਿੰਨਾ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਰਿਹਾ, ਇਹ ਸਾਰਾ ਕੁਝ ਇਹੋ ਹੀ ਬਿਆਨ ਕਰਦਾ ਕਿ ਸਾਡੇ ਲੋਕ ਧਰਮ ਚਾਹੁੰਦੇ ਆ ਪਰ ਸ਼ਾਰਟਕੱਟ ਚਾਹੁੰਦੇ, ਵੀ ਫੂਕ ਮਾਰ ਕੇ ਸਿਰ 'ਤੇ ਹੱਥ ਰੱਖ ਕੇ ਕੋਈ ਇੱਦਾਂ ਹੀ ਧਰਮੀ ਬਣਾ ਦੇਵੇ, ਸਾਡੀਆਂ ਪਰੇਸ਼ਾਨੀਆਂ ਦਾ ਹੱਲ ਕਰ ਦੇਵੇ, ਸਾਡੇ ਦੁੱਖਾਂ ਦਾ ਹੱਲ ਕਰ ਦੇਵੇ। ਪਰ ਬਾਣੀ ਕਹਿੰਦੀ ਹੈ ਜੇ ਦੁੱਖਾਂ ਤਕਲੀਫਾਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਹੋ ਪਹਿਲਾਂ ਨਿਸ਼ਾਨਦੇਹੀ ਕਰੋ ਇਹਨਾਂ ਦੁੱਖਾਂ ਤਕਲੀਫਾਂ ਦੀ ਜੜ੍ਹ ਕੀ ਹੈ, ਜੜ੍ਹ ਕੀ ਹੈ। ਸਤਿਗੁਰੂ ਨੇ ਜੜ੍ਹ ਲੱਭੀ ਸੀ। ਜੇ ਲੋਕ ਧਾਰਮਿਕ ਤੌਰ 'ਤੇ ਗਰਕੇ ਹੋਏ ਆ, ਜੇ ਧਾਰਮਿਕ ਤੌਰ 'ਤੇ ਲੋਕ ਡੁੱਬੇ ਹੋਏ ਆ, ਧਰਮ ਨਾਲੋਂ ਟੁੱਟੇ ਹੋਏ ਆ, ਪਖੰਡ ਵਿੱਚ ਫਸੇ ਹੋਏ ਆ, ਜੇ ਲੋਕ ਵਹਿਮ ਭਰਮ ਕਰ ਰਹੇ ਆ, ਮਹਾਰਾਜ ਨੇ ਜੜ੍ਹ ਲੱਭੀ ਸੀ। ਜੜ੍ਹ ਕਿ ਨਹੀਂ ਲੱਭੀ ਸੀ ਦੇਖ ਲਓ। ਨਹੀਂ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਤੀਨੇ ਉਜਾੜੇ ਕਾ ਬੰਦ, ਤਿੰਨੇ ਹੀ ਉਜਾੜੇ ਦਾ ਥਾਂ ਆ, ਲੱਭੀ ਨਾ ਜੜ੍ਹ। ਆਹ ਜਿਹੜੇ ਬੰਦੇ ਬੈਠੇ ਆ ਨਾ, ਜਿਹੜੇ ਧਰਮ ਨੂੰ ਅਗਵਾਈ ਦੇ ਰਹੇ, ਜਿਹੜੇ ਧਰਮ ਦੀ ਕਮਾਂਡ ਕਰ ਰਹੇ ਆ, ਜਿਹੜੇ ਧਰਮ ਦੇ ਤੁਸੀਂ ਠੇਕੇਦਾਰ ਬਿਠਾਏ ਆ, ਇਹਨਾਂ ਦਾ ਬੇੜਾ ਕਰਕੇ ਤਾਂ ਤੁਸੀਂ ਸਾਰੇ ਦੁਖੀ ਹੋ, ਤਾਂ ਤੁਹਾਨੂੰ ਧਰਮ ਸਮਝ ਨਹੀਂ ਲੱਗ ਰਿਹਾ। ਮਹਾਰਾਜ ਦੇ ਸਾਹਮਣੇ ਤਿੰਨ ਮੁੱਖ ਧਿਰਾਂ ਖੜੀਆਂ ਸਨ, ਮਹਾਰਾਜ ਨੇ ਤਿੰਨੇ ਹੀ ਇੱਕੇ ਥਾਂ 'ਤੇ ਧਰ ਲਈ, ਲਿਹਾਜ ਤਾਂ ਨਹੀਂ ਕਿਸੇ ਦਾ ਕੀਤਾ। ਜੇ ਅੱਜ ਸਾਡੇ ਆਲੇ ਦੁਆਲੇ ਇਹ ਪਖੰਡ ਫੈਲਿਆ, ਪਖੰਡ ਉਭਰਿਆ, ਸਾਡੇ ਆਲੇ ਦੁਆਲੇ ਪਖੰਡ ਨੇ ਸਾਨੂੰ ਘੇਰਾ ਪਾਇਆ, ਜੇ ਅਸੀਂ ਸੱਚ ਧਰਮ ਨਾਲੋਂ ਦੂਰ ਹੋਏ ਹਾਂ, ਤੇ ਜੇ ਗੁੱਸਾ ਨਾ ਕਰੋ ਤੇ ਚੌਥੀ ਢੇਰ ਹੁਣ ਅਸੀਂ ਸ਼ਾਮਿਲ ਨਹੀਂ ਹੋਏ ਵਿੱਚ। ਕਾਦੀ ਬ੍ਰਾਹਮਣ ਜੋਗੀ ਤੇ ਚੌਥੀ ਹੁਣ ਸਾਡੇ ਧਰਮ ਦੇ ਠੇਕੇਦਾਰਾਂ ਦੀ ਵਾਲੀ, ਠੇਕੇਦਾਰਾਂ ਵਾਲੀ ਨਹੀਂ, ਜਿਹੜੇ ਸਾਡੇ ਧਰਮ ਦੇ ਚੌਧਰੀ ਬਣ ਕੇ ਬੈਠੇ, ਕੀ ਇਹ ਨਹੀਂ ਅੱਜ ਦਾ ਨੌਜਵਾਨ ਕਿੱਧਰ ਜਾ ਰਿਹਾ, ਕੀ ਉਪਰਾਲਾ ਹੋ ਰਿਹਾ।
ਅੱਜ ਦੀਆਂ ਕਮੇਟੀਆਂ ਗੁਰਦੁਆਰੇ ਦੀਆਂ ਕਮੇਟੀਆਂ ਵੇਖੋ ਕੀ ਹਾਲ ਹੋ ਰਿਹਾ, ਕੋਈ ਕਿਸੇ ਕੋਲੋਂ ਖੋ ਰਿਹਾ, ਕੋਈ ਕਿਤੇ ਕੇਸ ਕਰ ਰਿਹਾ, ਕੋਈ ਕਿਸੇ ਨਾਲ ਜੁੱਤੀ ਹੋ ਜੁੱਤੀ ਹੋ, ਕਿਉਂ ਹੋ ਰਿਹਾ ਕਿਉਂ ਹੋ ਰਿਹਾ? ਪਹਿਲੀ ਕਮੇਟੀ ਨਗਰ ਕੀਰਤਨ, ਦੂਜੀ ਵੀ ਨਗਰ ਕੀਰਤਨ ਤੇ ਜ਼ੋਰ ਦਏਗੀ, ਉਹਨੇ ਉਹਦੇ ਕੋਲ ਹੋਰ ਆਪਸ਼ਨ ਹੈ ਕੀ? ਪਹਿਲੀ ਪ੍ਰਭਾਤ ਫੇਰੀ ਤੇ ਚਾਹ ਚੌਂ ਥਾਈ ਪਿਆਉਂਦੀ ਸੀ, ਇਹਨਾਂ ਨੇ ਕਿਹਾ ਸੀ ਦੋ ਥਾਵਾਂ ਤੇ ਹੋਰ ਪ੍ਰਬੰਧ ਕਰਾਂਗੇ, ਉਹ ਨਿਬੜ ਗਿਆ ਕੰਮ। ਜੋ ਕੁਝ ਅਸੀਂ ਕਰ ਰਹੇ ਹਾਂ ਉਹਦੇ ਤੋਂ ਨਵਾਂ ਸਾਡੇ ਕੋਲ ਕੀ ਹੈ? ਬੱਚਿਆਂ ਨੂੰ ਸੰਭਾਲਣ ਲਈ ਸਾਡੇ ਕੋਲ ਪ੍ਰਬੰਧ ਕੀ ਹੈ? ਦੁਖੀ ਤੇ ਅਸੀਂ ਸਾਰੇ ਹੀ ਹਾਂ, ਬੱਚੇ ਪਤਿਤ ਹੋ ਗਏ, ਨਸ਼ਿਆਂ 'ਚ ਲੱਗ ਗਏ, ਦੇਖੋ ਜੀ ਸਰਕਾਰ ਨੇ ਆਹ ਕਰ ਦਿੱਤਾ, ਫਲਾਣੇ ਨੇ ਆਹ ਕਰ ਦਿੱਤਾ, ਜੋ ਵੀ ਕੀਤਾ ਸਾਡੇ ਸਾਹਮਣੇ ਆ। ਦੂਜੇ ਪਾਸੇ ਅਸੀਂ ਦੇਖੀਏ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਕੀ ਕੀਤਾ ਹੈ। ਮੈਨੂੰ ਦਿਸਦਾ ਮੈਨੂੰ ਧੱਕਾ ਮਾਰਨ ਵਾਲਾ ਇਹ ਫਲਾਣਾ ਬੰਦਾ ਪਿੱਛੇ ਖੜਾ ਆ, ਮੈਨੂੰ ਦਿਸਦਾ ਉਹ ਧੱਕਾ ਮਾਰਨ ਵਾਲਾ ਮੈਨੂੰ ਖੜਾ ਆ, ਪਿੱਛੇ ਖੜਾ, ਉਹਨੇ ਮੌਕਾ ਲੱਗਦੇ ਧੱਕਾ ਮਾਰਨਾ ਆ, ਪਰ ਮੈਂ ਆਪਣੇ ਆਪ ਨੂੰ ਬਚਾਉਣ ਲਈ ਕੀ ਕਰ ਰਿਹਾ? ਧੱਕਾ ਮਾਰਨ ਵਾਲਾ ਮੈਨੂੰ ਦਿਸਦਾ ਪਰ ਮੈਂ ਬਚਾਅ ਲਈ ਕੀ ਕੀਤਾ ਹੈ? ਕੀ ਜ਼ਿੰਮੇਵਾਰੀ ਮੇਰੀ ਨਹੀਂ ਬਣਦੀ? ਇਕੱਲੇ ਨਾਅਰੇ ਲਾਉਣ ਨਾਲ, ਇਕੱਲਾ ਰੌਲਾ ਪਾਉਣ ਨਾਲ ਹੀ ਕੁਝ ਨਹੀਂ ਬਣ ਜਾਣਾ, ਸਾਨੂੰ ਕੁਝ ਕਰਨਾ ਪਏਗਾ, ਕੁਝ ਕਰਨਾ ਪਏਗਾ। ਸਤਿਗੁਰੂ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਆਓ ਕੋਸ਼ਿਸ਼ ਕਰੀਏ ਅਸੀਂ ਬਾਣੀ ਖੁਦ ਪੜ੍ਹੀਏ, ਬਾਣੀ ਨੂੰ ਵਿਚਾਰੀਏ, ਆਪਣੀਆਂ ਬੱਚਿਆਂ ਨਾਲ ਅਸੀਂ ਬਾਣੀ ਦੇ ਉਪਦੇਸ਼, ਬਾਣੀ ਦੀਆਂ ਸੁੰਦਰ ਵਿਚਾਰਾਂ ਸਾਂਝੀਆਂ ਕਰੀਏ। ਬੱਚਿਆਂ ਦੇ ਮਾਹੌਲ ਨੂੰ ਸਾਹਮਣੇ ਰੱਖਦਿਆਂ ਹੋਇਆਂ ਅਸੀਂ ਉਹਨਾਂ ਦੇ ਉੱਤਰ ਦੇਣ ਜੋਗੇ ਹੋਈਏ। ਅੱਜ ਬੱਚੇ ਸਵਾਲ ਕਰਦੇ ਮਾਪਿਆਂ ਕੋਲ ਉੱਤਰ ਨਹੀਂ ਆ, ਮਾਪਿਆਂ ਕੋਲ ਉੱਤਰ ਨਹੀਂ ਆ। ਜੋ ਮਾਪੇ ਕਰ ਰਹੇ ਆ ਉਹਦੇ ਵਿੱਚੋਂ ਉਹਨਾਂ ਦੇ ਮਨ 'ਚ ਕਈ ਸਵਾਲ ਨੇ ਜਿਨ੍ਹਾਂ ਦੇ ਉਹ ਉੱਤਰ ਦੇਣ ਦੇ ਸਮਰੱਥ ਨਹੀਂ। ਜਦੋਂ ਉੱਤਰ ਉਹਨਾਂ ਨੂੰ ਸਹੀ ਨਹੀਂ ਮਿਲਦਾ ਤੇ ਬੱਚੇ ਅੱਗੋਂ ਕਈ ਤਰ੍ਹਾਂ ਦੇ ਉਟੰਕਣ ਖੜੇ ਕਰਕੇ ਪਾਸੇ ਰਾਹ ਹੋਰ ਤਲਾਸ਼ਣ ਦਾ ਯਤਨ ਕਰ ਰਹੇ, ਉਹਨਾਂ ਨੂੰ ਸਹੀ ਦਿਸ਼ਾ ਨਹੀਂ ਅਸੀਂ ਦੇ ਰਹੇ। ਕਸੂਰ ਬੱਚਿਆਂ ਦਾ ਨਹੀਂ, ਕਸੂਰ ਨੌਜਵਾਨਾਂ ਦਾ ਨਹੀਂ। ਜੇ ਅਸੀਂ ਦੱਸਣ ਵਾਲੇ ਹੋਈਏ, ਉਹਨਾਂ ਦੇ ਖਾਨੇ 'ਚ ਪਾਉਣ ਵਾਲੇ ਹੋਈਏ ਤੇ ਗੁਰੂ ਸਵਾਰਿਓ, ਸਾਡੇ ਕੋਲ ਇੰਨਾ ਮਹਾਨ ਵਿਰਸਾ ਹੈ ਜਿਹਦੇ ਬਰਾਬਰ ਤੇ ਦੁਨੀਆ ਭਰ ਵਿੱਚ ਕੋਈ ਵੀ ਮੁਕਾਬਲੇ ਤੇ ਨਹੀਂ ਹੈ। ਇਹ ਸਿਰਫ ਇਸ ਕਰਕੇ ਨਹੀਂ ਕਿ ਮੈਂ ਪ੍ਰਚਾਰਕ ਜਾਂ ਸਿੱਖ ਧਰਮ ਦੀ ਮੈਂ ਵਡਿਆਈ ਕਰਨੀ ਹੈ, ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹਦੇ ਬਰਾਬਰ ਤੇ ਦੁਨੀਆ ਭਰ ਵਿੱਚ ਬਾਕੀ ਸਾਰਿਆਂ ਕੋਲ ਕੋਈ ਵੀ ਇਹੋ ਜਿਹਾ ਨਹੀਂ ਹੈ। ਕਿ ਮਾਤਾ ਗੁਜਰ ਕੌਰ ਜੈਸੀ ਦਾਦੀ ਦੁਨੀਆ ਦੇ ਇਤਿਹਾਸ 'ਚ ਤੁਹਾਨੂੰ ਦਿਖਾਈ ਦਿੰਦੀ ਹੈ? ਕੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਬਰਾਬਰ ਦਾ ਕੋਈ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਰਾਬਰ ਦਾ ਕੋਈ ਗ੍ਰੰਥ ਦੁਨੀਆ ਭਰ ਵਿੱਚ ਤੁਹਾਨੂੰ ਦਿਖਾਈ ਦਿੰਦਾ? ਤੁਸੀਂ ਸਾਰੇ ਪਾਸੇ ਧਿਆਨ ਮਾਰ ਕੇ ਦੇਖ ਲਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਰਮ ਬਾਰੇ ਜਿਹੜੇ ਖਿਆਲ ਦਿੰਦੀ ਆ ਕਿੰਨੇ ਸੋਹਣੇ ਤੇ ਦਲੀਲ ਪੂਰਵਕ ਆ। ਇਹਦੇ ਦਲੀਲ ਦੇ ਮੁਕਾਬਲੇ ਬਾਕੀ ਧਰਮ ਗ੍ਰੰਥ ਤੇ ਬਾਕੀ ਵਿਚਾਰ ਭਰਾਵਾਂ ਪੜ੍ਹ ਕੇ ਦੇਖੋ ਉਹ ਕੀ ਕਹਿੰਦੇ ਆ। ਜਿਹੜਾ ਧਰਮ ਉਹਨਾਂ ਗ੍ਰੰਥਾਂ ਨੇ ਦਿੱਤਾ ਉਹ ਸਾਹਮਣੇ ਰੱਖ ਲਓ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਧਰਮ ਸਾਨੂੰ ਸਮਝਾਇਆ ਉਹ ਸਾਹਮਣੇ ਰੱਖ ਲਓ, ਆਪਣੇ ਆਪ ਪਤਾ ਲੱਗ ਜਾਏਗਾ ਕਿ ਫਿਰ ਅਸੀਂ ਕਿੱਥੇ ਚੁਕਾਉਣਾ ਹੈ।
ਇੱਕ ਹੋਰ ਵੇਖੋ, ਮਿਸਾਲ ਹੋਰ ਦਿੰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਰੱਬ ਕਿੰਨਾ ਕਮਾਲ ਦਾ ਹੈ, ਕਿੰਨਾ ਕਮਾਲ ਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਭੁਲੇਖੇ ਚ ਨਾ ਰਹੋ, ਤੁਹਾਡਾ ਰੱਬ ਤੁਹਾਡੇ ਕੋਲ ਹੈ, ਤੁਹਾਡੇ ਅੰਦਰ ਵੱਸਦਾ ਹੈ, ਤੁਹਾਨੂੰ ਉਹ ਵੇਖਦਾ ਹੈ, ਤੁਹਾਨੂੰ ਉਹ ਸੁਣਦਾ ਹੈ, ਤੁਹਾਡੇ ਉਹ ਨਾਲ ਨਾਲ ਹੈ। ਉਹ ਕਿਤੇ ਉੱਤੇ ਨਹੀਂ ਰਹਿੰਦਾ, ਉਹ ਕਿਤੇ ਵੱਖਰੇ ਥਾਂ ਤੇ ਨਹੀਂ ਰਹਿੰਦਾ, ਉਹ ਕਿਸੇ ਬਿਲਡਿੰਗ ਚਾਰ ਦੀਵਾਰੀ ਵਿੱਚ ਨਹੀਂ ਰਹਿੰਦਾ, ਉਹ ਤੁਹਾਡੇ ਵਿੱਚ ਰਹਿੰਦਾ। ਕਿਉਂ ਜੀ, ਬਾਣੀ ਕਹਿੰਦੀ ਹੈ ਨਾ, ਘਾਟ ਘਾਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਭਲਿਓ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਾਟ ਘਾਟ ਮਾਧੋ ਜੀਆਂ। ਉਹ ਤੁਹਾਡੇ ਵਿੱਚ ਹੈ, ਤੁਹਾਡੇ ਤੋਂ ਦੂਰ ਨਹੀਂ, ਨੇੜਾ ਹੈ, ਦੂਰ ਨਾ ਜਾਣਿਓ। ਨਿਤ ਸਾਰੇ ਸੰਭਾਲੇ, ਆਹ ਪੌੜੀ ਤੇ ਚੇਤੇ ਹੀ ਹੋਏਗੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ। ਚਾਹੋ ਤੁਹਾਡੇ ਵਿੱਚ ਆਸਣ ਲਾ ਕੇ ਬੈਠਾ ਭਲਿਓ, ਉਹ ਤੁਹਾਡੇ ਤੋਂ ਦੂਰ ਨਹੀਂ। ਹੁਣ ਇਹਦੇ ਮੁਕਾਬਲੇ ਤੇ ਤੁਸੀਂ ਬਾਕੀ ਵਿਚਾਰਧਾਰਾਵਾਂ, ਬਾਕੀ ਗ੍ਰੰਥ ਪੜ੍ਹ ਕੇ ਵੇਖੋਗੇ, ਉਹ ਕੋਈ ਕਹਿੰਦਾ ਸੱਤਵੇਂ ਅਸਮਾਨ ਤੇ ਰਹਿੰਦਾ, ਕੋਈ ਕਹਿੰਦਾ ਵੀ ਜਦੋਂ ਤੁਹਾਨੂੰ ਭੀੜ ਬਣੂਗੀ, ਤੁਹਾਡਾ ਇਹ ਸਮਾਜ ਉਜੜ ਜਾਏਗਾ, ਉਦੋਂ ਉਹ ਅਵਤਾਰ ਲੈ ਕੇ ਆਏਗਾ। ਜਦੋਂ ਭੀੜ ਬਣਦੀ, ਪਾਪ ਵੱਧਦੇ ਆ, ਧਰਤੀ ਤੇ ਬੋਝ ਵੱਧਦਾ ਆ, ਕਿ ਮੈਂ ਉਦੋਂ ਆਉਣਾ, ਕੋਈ ਇੱਦਾਂ ਕਹੇਗਾ। ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ, ਪਰ ਜਿਹੜਾ ਰੱਬ ਸਤਿਗੁਰੂ ਦੀ ਬਾਣੀ ਨੇ ਦਿੱਤਾ, ਇਹਦੇ ਮੁਕਾਬਲੇ ਤੇ ਜਦੋਂ ਤੁਸੀਂ ਉਹ ਬਾਕੀ ਵਾਲਾ ਦੇਖੋਗੇ, ਤੇ ਆਪਣੇ ਆਪ ਹੀ ਸਿਰ ਝੁਕ ਜਾਣਾ ਵੀ ਨਹੀਂ ਮਹਾਰਾਜ, ਆਹ ਜਿਹੜਾ ਰੱਬ ਤੁਸਾਂ ਸਾਨੂੰ ਸਮਝਾਇਆ, ਗੁਣੀ ਨਿਧਾਨ ਜਿਹੜਾ ਸਾਨੂੰ ਤੁਸੀਂ ਰੱਬ ਬਖਸ਼ਿਸ਼ ਕੀਤਾ ਹੈ, ਇਹ ਸਾਨੂੰ ਜਿਹੜਾ ਰਾਹ ਵਿਖਾਇਆ ਹੈ ਮਹਾਰਾਜ, ਸਾਨੂੰ ਇਹ ਬੜਾ ਹੀ ਚੰਗਾ ਲੱਗਦਾ ਹੈ। ਕਿਧਰੇ ਨਰਕ ਸਵਰਗ ਦੇ ਝਮੇਲੇ, ਆਹ ਕੰਮ ਕਰੋ ਤੁਸੀਂ ਸਵਰਗ ਵਿੱਚ ਜਾਓਗੇ, ਆਹ ਕੰਮ ਕਰੋ ਤੁਸੀਂ ਨਰਕ ਵਿੱਚ ਜਾਓਗੇ, ਤੁਸੀਂ ਮੱਥਾ ਨਹੀਂ ਮੈਨੂੰ ਟੇਕਿਆ, ਤੁਸੀਂ ਨਰਕਾਂ ਦੇ ਭਾਗੀ ਬਣੋਗੇ, ਤੁਸੀਂ ਮੈਨੂੰ ਮੱਥਾ ਟੇਕਿਆ, ਹੱਥ ਜੋੜੇ ਆ, ਪੁੰਨ ਨਾਨ ਮੈਨੂੰ ਕੀਤਾ ਆ, ਤੁਸੀਂ ਸਵਰਗਾਂ ਨੂੰ ਜਾਓਗੇ। ਇੱਦਾਂ ਦੇ ਝਮੇਲੇ ਸੀ ਨਾ, ਪਰ ਸਤਿਗੁਰੂ ਦੀ ਬਾਣੀ ਨੇ ਆਖਿਆ ਕਾਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਜੇ, ਦੋਵੇਂ ਹੀ ਰਾਜੇ ਆ, ਅਸੀਂ ਨਹੀਂ ਮੰਨਦੇ। ਕਹੋ ਕਬੀਰ ਇਹ ਕਹੀਏ ਕਾਹੇ, ਇਹ ਸਵਰਗ ਨਰਕ ਦੇ ਝਮੇਲੇ ਜੇ ਰੱਦ ਕਰਨੇ ਆ, ਜੇ ਬਾਹਰ ਕੱਢਣੇ ਆ, ਪੁਜਾਰੀ ਦਾ ਜੂੜਾ ਗਲੋਂ ਲਾਉਣਾ ਹੈ, ਤੇ ਫਿਰ ਨਰਕ ਸਵਰਗ ਵਾਲੀ ਗੱਲ ਜੇ ਪਾਸੇ ਕਰਨੀ ਹੈ, ਤੇ ਫਿਰ ਸਵਰਗ ਦੀ ਗੱਲ ਕਹੀਏ ਕਿੱਥੇ, ਕੀ ਹੈ ਫਿਰ ਸਵਰਗ, ਸਵਰਗ ਕਿਹਨੂੰ ਕਿਹਾ ਜਾਂਦਾ ਹੈ। ਕਹੋ ਕਬੀਰ ਇਹ ਕਹੀਏ ਕਾਹੇ, ਕਹਿੰਦੇ ਨੇ ਸਾਧ ਸੰਗਤ ਬੈਕੁੰਠ ਹੈ ਆਹੇ, ਆ ਸਾਧ ਸੰਗਤ ਹੀ ਤੁਹਾਡਾ ਬੈਕੁੰਠ ਹੈ, ਇਹਦੇ ਤੋਂ ਖੁੰਝ ਨਾ ਜਾਇਓ, ਇਹਦਾ ਰਾਹ ਨਾ ਛੱਡ ਲਿਓ। ਪਰ ਅਸੀਂ ਛੱਡ ਬੈਠੇ ਹਾਂ, ਸਾਧ ਸੰਗਤ ਗੁਰੂ ਦੀ ਸੰਗਤ ਅਸੀਂ ਭੁਲਾਉਂਦੇ ਤੁਰੇ ਜਾ ਰਹੇ ਹਾਂ। ਔਰ ਫਿਰ ਗੱਲ ਜਿਹੜੀ ਉੱਥੇ ਆ ਜਾਂਦੀ ਹੈ, ਮੈਂ ਉੱਥੇ ਲੈ ਆਵਾਂ ਕਿ ਸਾਡੇ ਲੋਕ ਅੱਜ ਗੁਰੂ ਨਾਲ ਸੌਦੇਬਾਜ਼ੀਆਂ ਕਰਕੇ ਧਰਮ ਲੱਭਣਾ ਚਾਹੁੰਦੇ ਆ, ਸੌਦੇਬਾਜ਼ੀਆਂ ਕਰਕੇ ਜੇ ਆਉਂਦੇ ਆ
ਜਿਹੜਾ ਸਾਧ ਸੰਗਤ ਗੁਰੂ ਦੀ ਸੰਗਤ ਕਰਨ ਵਾਲਾ ਮਸਲਾ ਸੀ ਉਹ ਅਸੀਂ ਭੁਲਾ ਲਿਆ। ਜੇ ਲੱਭਣਾ ਚਾਹੁੰਦੇ ਹਾਂ ਤਾਂ ਅਸੀਂ ਗੁਰੂ ਨੂੰ ਵੀ ਉੱਦਾਂ ਹੀ ਵਰਤਣਾ ਚਾਹੁੰਦੇ ਹਾਂ ਜਿੱਦਾਂ ਪਹਿਲਾਂ ਪੁਜਾਰੀਆਂ ਨੇ ਆਪਣੇ ਆਪਣੇ ਧਰਮ ਮੁਤਾਬਕ ਆਪਣੀ ਆਪਣੀ ਵਿਚਾਰ ਦੇ ਮੁਤਾਬਕ ਧਰਮ ਨੂੰ ਵਰਤਿਆ ਸੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਉੱਦਾਂ ਵਰਤਣਾ ਚਾਹੁੰਦੇ ਹਾਂ। ਮਹਾਰਾਜ ਭੇਟਾ ਰੱਖਾਂਗੇ, ਰੁਮਾਲਾ ਵਧੀਆ ਚੜ੍ਹਾਵਾਂਗੇ, ਦੇਗ ਲਿਆਣ ਕੇ ਰੱਖਾਂਗੇ, ਲੰਗਰ ਲਵਾ ਦਿਆਂਗੇ। ਮਹਾਰਾਜ ਹੋਰ ਵੀ ਕੋਈ ਸੇਵਾ ਛੋਟੀ ਮੋਟੀ ਹੋਈ ਅਸੀਂ ਉਹਦੇ 'ਚ ਵੀ ਹਿੱਸਾ ਪਾ ਦਿਆਂਗੇ। ਮਹਾਰਾਜ ਕਹਿੰਦੇ ਸਭ ਮੁਬਾਰਕ ਹੈ, ਚੰਗੀ ਗੱਲ ਹੈ ਤੂੰ ਸੇਵਾ ਬਾਰੇ ਸੋਚਦਾ ਹੈ, ਚੰਗੀ ਗੱਲ ਹੈ ਤੂੰ ਸੇਵਾ ਬਾਰੇ ਇੰਨੇ ਸੋਹਣੇ ਖਿਆਲ ਰੱਖਦਾ ਹੈ, ਤੇਰੇ ਅੰਦਰ ਇਹ ਸੇਵਾ ਲਈ ਚਾਹ ਹੈ। ਪਰ ਇੱਕ ਗੱਲ ਰੱਖ, ਧਿਆਨ 'ਚ ਰੱਖ, ਜੇ ਰੱਬ ਦੀਆਂ ਖੁਸ਼ੀਆਂ ਦਾ ਪਾਤਰ ਬਣਨਾ ਚਾਹੁੰਦਾ ਤੇ ਰੱਬ ਦੀਆਂ ਖੁਸ਼ੀਆਂ ਤੈਨੂੰ ਦੌਲਤ ਬਦਲੇ ਨਹੀਂ ਮਿਲਣੀਆਂ। ਰੱਬ ਨੂੰ ਤੂੰ ਪੈਸਿਆਂ ਨਾਲ ਨਹੀਂ ਖਰੀਦ ਸਕਦਾ। ਇਹ ਭੁਲੇਖਾ ਮਨ ਚੋਂ ਕੱਢ ਦੇ ਕੇ ਦਾਤਾਂ ਗੁਰੂ ਅੱਗੇ ਰੱਖ ਕੇ ਤੂੰ ਦਾਤਾਂ ਦੇ ਨਾਲ ਗੁਰੂ ਨੂੰ ਪ੍ਰਸੰਨ ਕਰ ਲਏਗਾ, ਇਹ ਤੇਰਾ ਵੱਡਾ ਇੱਕ ਭੁਲੇਖਾ ਹੈ। ਇਹ ਰਾਹ ਸਹੀ ਨਹੀਂ, ਇਹ ਤੇਰੀ ਇੱਛਾ ਹੈ ਕਿ ਮੈਂ ਦਾਤਾਂ ਰੱਖ ਕੇ ਗੁਰੂ ਨੂੰ ਖੁਸ਼ ਕਰ ਲਵਾਂ, ਪਰ ਗੁਰੂ ਕਹਿੰਦਾ ਇਹਨਾਂ ਦਾਤਾਂ ਦੀ ਮੈਨੂੰ ਲੋੜ ਨਹੀਂ, ਮੈਂ ਤੇਰੀਆਂ ਦਾਤਾਂ ਦਾ ਭੁੱਖਾ ਨਹੀਂ। ਕਿਉਂ ਜੀ, ਜਪਜੀ ਸਾਹਿਬ ਦੀ ਚੌਥੀ ਪੌੜੀ ਕੀ ਕਹਿੰਦੀ ਹੈ? ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ, ਉਹ ਆਪ ਸੱਚਾ ਹੈ, ਸਦਾ ਰਹਿਣ ਵਾਲਾ ਹੈ, ਉਹਦਾ ਨਿਆਂ ਵੀ ਸੱਚਾ ਹੈ, ਉਹਦੀ ਬੋਲੀ ਪਿਆਰ ਵਾਲੀ ਹੈ, ਉਹ ਬੇਅੰਤ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ, ਆਖੇ ਐਸੇ ਸਹਿਬ ਦੇ ਦਰ ਤੇ ਖਲੋ ਕੇ ਜੀਵ ਆਖਦੇ ਹਨ, ਮੰਗੈ ਮੰਗਦੇ ਹਨ, ਦੇ ਦੇ ਸਾਨੂੰ ਦੇ ਸਾਨੂੰ ਦੇ। ਰੱਬ ਕੋਲੋਂ ਦਾਤਾਂ ਮੰਗਦੇ ਆ ਜੀਵ, ਆਖੈ ਮੰਗੈ ਦੇ ਦੇ ਦਾਤ ਕਰੇ, ਇਹ ਦਾਤਾਂ ਸਾਰੀਆਂ ਦਾਤਾਰ ਦੇ ਰਿਹਾ। ਤੇ ਹੁਣ ਸਵਾਲ ਫਿਰ ਮਹਾਰਾਜ ਨੇ ਆਪੇ ਹੀ ਖੜਾ ਕੀਤਾ, ਆਖਦੇ ਨੇ ਫੇਰ ਕਿ ਅੱਗੇ ਰੱਖੀ ਹੈ ਜਿੱਤ ਦਿੱਤਾ ਦਰਬਾਰ, ਜੇ ਦਿੱਤਾ ਹੀ ਉਹਨੇ ਸਾਰਾ ਕੁਝ ਮੰਗਿਆ ਉਹਦੇ ਕੋਲੋਂ ਆ ਤੇ ਉਹਦੇ ਅੱਗੇ ਰੱਖੀਏ ਕੀ, ਉਹਨੂੰ ਭੇਟਾ ਕੀ ਕਰੀਏ? ਜੋ ਕੁਝ ਸਾਡੇ ਕੋਲ ਹੈ ਸਭ ਉਹਦਾ ਹੀ ਦਿੱਤਾ ਹੋਇਆ, ਈਵਨ ਸਰੀਰ ਵੀ ਤੇ ਉਹਦਾ ਹੀ ਹੈ। ਕਿਉਂ ਜੀ, ਸਰੀਰ ਵੀ ਤੇ ਉਸੇ ਦਾ ਹੀ ਦਿੱਤਾ ਹੋਇਆ ਨਾ, ਇਹ ਵੀ ਤੇ ਉਹਦੀ ਕੀਮਤੀ ਦਾਤ ਹੈ ਨਾ। ਜੇ ਸਭ ਕੁਝ ਦਿੱਤਾ ਹੀ ਉਹਨੇ ਹੈ ਤੇ ਫਿਰ ਉਹਦੇ ਅੱਗੇ ਰੱਖੀਏ ਕੀ, ਭੇਟਾ ਕੀ ਕਰੀਏ? ਕੀ ਭੇਟਾ ਕਰੀਏ? ਅਸੀਂ ਬੋਲ ਕਿਹੜੇ ਬੋਲੀਏ? ਉਹ ਪਿਆਰ ਵਾਲੀ ਬੋਲੀ ਜਾਣਦਾ ਹੈ, ਅਸੀਂ ਭੜਕਣ ਵਾਲੀ ਜਾਣਦੇ ਹਾਂ। ਸਾਡੀ ਬੋਲੀ ਵਿੱਚ ਨਫ਼ਰਤ ਹੈ, ਈਰਖਾ ਹੈ, ਪਰ ਉਹਦੀ ਬੋਲੀ 'ਚ ਪਿਆਰ ਹੈ, ਭਾਖਿਆ ਭਾਓ। ਅਸੀਂ ਕੀ ਕਰੀਏ? ਕਿਹੜਾ ਬੋਲ ਬੋਲੀਏ? ਮੋਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆ, ਜਿਹਦੇ ਨਾਲ ਉਹ ਸਾਨੂੰ ਪਿਆਰ ਕਰੇ, ਕਿਹੜਾ ਬੋਲ ਬੋਲੀਏ? ਅਤੇ ਮਹਾਰਾਜ ਨੇ ਕਿੰਨੇ ਸੁੰਦਰ ਵਿਚਾਰ ਸਾਡੇ ਲਈ ਬਖਸ਼ਿਸ਼ ਕੀਤੇ। ਭਲਿਓ, ਜੇ ਕਰਨਾ ਚਾਹੁੰਦੇ ਹੋ ਤੇ ਆਪਣੀ ਜ਼ਿੰਦਗੀ ਅੰਦਰ ਆ ਕਰਨ ਜ਼ਰੂਰ ਕਰਿਓ, ਜ਼ਰੂਰ ਕਰਿਓ।
ਅਸੀਂ ਅੰਮ੍ਰਿਤ ਵੇਲੇ ਉੱਠੇ ਹਾਂ, ਅੰਮ੍ਰਿਤ ਬਾਣੀ ਪੜ੍ਹੀ ਆ, ਪਰ ਜੇ ਸਾਡਾ ਜੀਵਨ ਅੰਮ੍ਰਿਤ ਨਹੀਂ ਹੈ ਤਾਂ ਖਿਮਾ ਕਰਿਓ, ਐਸਾ ਉੱਠਣਾ ਐਸੀ ਹਾਜ਼ਰੀ ਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ। ਮੈਂ ਪਹਿਲਾਂ ਵੀ ਕਿਹਾ ਸੀ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਉੱਠ ਬਾਣੀ ਅੰਮ੍ਰਿਤ ਗਾ। ਬਾਣੀ ਅੰਮ੍ਰਿਤ ਗਾਉਂਦਿਆਂ ਆਪਣਾ ਜੀਵਨ ਅੰਮ੍ਰਿਤ ਬਣਾ ਕੇ ਉਹਦੇ ਸਾਹਮਣੇ ਪੇਸ਼ ਕਰ, ਮਹਾਰਾਜ ਆਹ ਮੈਂ ਕਰ ਸਕਿਆ, ਬਸ ਇੰਨਾ ਹੀ ਕਰ। ਉਹਨੂੰ ਚਾਹੀਦਾ ਕੁਝ ਨਹੀਂ, ਨਾ ਮੰਗਦਾ ਹੈ ਨਾ ਤੂੰ ਦੇ ਸਕਦਾ, ਪਰ ਜੇ ਕਰ ਸਕਦਾ ਆਪਣਾ ਜੀਵਨ ਅੰਮ੍ਰਿਤ ਬਣਾ ਕੇ ਜਿੱਦਾਂ ਦਾ ਉਹ ਚਾਹੁੰਦਾ ਉਦਾਂ ਦਾ ਬਣ ਕੇ ਉਹਦੇ ਸਾਹਮਣੇ ਖਲੋ ਜਾ, ਮਹਾਰਾਜ ਆ ਰੱਖਿਆ ਸੀ ਤੁਸਾਂ ਨਕਸ਼ਾ, ਇਹਦੇ ਵੱਲ ਵੇਖ ਕੇ ਮੈਂ ਇੰਨਾ ਕੁ ਕਰ ਸਕਿਆ, ਇੱਦਾਂ ਦਾ ਮੈਂ ਬਣਾ ਸਕਿਆ। ਤੂੰ ਆਪਣਾ ਆਪ ਉਹਦੇ ਅੱਗੇ ਪੇਸ਼ ਕਰ, ਆਪਣਾ ਆਪ ਪੇਸ਼ ਕਰ। ਅੰਮ੍ਰਿਤ ਬਾਣੀ ਪੜ੍ਹਦਿਆਂ ਜੀਵਨ ਅੰਮ੍ਰਿਤ ਬਣ ਜਾਏ, ਇਹ ਹੈ ਸਚਿਆਰ ਦੇ ਰਾਹ 'ਤੇ ਤੁਰਨ ਲਈ, ਇਹ ਹੈ ਸਚਿਆਰ ਬਣ ਲਈ ਅਸਲੀ ਰਾਹ। ਪਰ ਅਸੀਂ ਦਾਤਾਂ ਦਾ ਜ਼ੋਰ ਲਾ ਰਹੇ, ਦਾਤਾਂ ਦਾ। ਬੜਾ ਪਿਆਰਾ ਮੁਖਵਾਕ ਜਿਹੜਾ ਮੈਨੂੰ ਇਹਨਾਂ ਨੇ ਕਿਹਾ ਸੀ, ਸੰਗਤਾਂ ਦੇ ਯਾਦ ਵੀ ਹੈ, ਆਮ ਤੌਰ 'ਤੇ ਸੁਣਦੇ ਪੜ੍ਹਦੇ ਰਹਿੰਦੇ ਹਾਂ, ਦਾਤ ਪਿਆਰੀ ਬਿਸਰਿਆ ਹੁੰਦਾ ਤਾਰਾ। ਮੁੰਡੇ ਦਾ ਵਿਆਹ ਹੋਵੇ, ਧੀ ਦਾ ਵਿਆਹ ਹੋਵੇ, ਅਤੇ ਉਦੋਂ ਹੁਣ ਫਿਰ ਸਾਨੂੰ ਧੀ ਅਤੇ ਪੁੱਤਰ ਉਹੀ ਸਭ ਕੁਝ ਦਿਸਦਾ ਇਹਨਾਂ ਦੇ, ਇਹਨਾਂ ਦੇ ਆਨੰਦ ਕਾਰਜ, ਇਹਨਾਂ ਦੇ ਵਿਆਹ 'ਤੇ ਅਸੀਂ ਇਹ ਸਭ ਕੁਝ ਖਰਚ ਕਰਨਾ, ਆਹ ਖੁਸ਼ੀਆਂ ਕਰਨੀਆਂ, ਇੱਦਾਂ ਨੱਚਣਾ, ਇੱਦਾਂ ਭੰਗੜਾ ਪਾਉਣਾ, ਆਹ ਖਾਣਾ, ਇੱਦਾਂ ਪਹਿਨਣਾ, ਇੱਦਾਂ ਹਾਰ ਸ਼ਿੰਗਾਰ ਕਰਨਾ ਆ, ਇਹੀ ਕੁਝ ਯਾਦ ਰਹਿ ਜਾਂਦਾ ਕਿ ਸਾਡਿਆਂ ਵਿਆਹਾਂ ਵਿੱਚ ਆਨੰਦ ਕਾਰਜਾਂ ਵਿੱਚ ਰੱਬ ਸ਼ਾਮਲ ਹੁੰਦਾ ਜੀ। ਸਾਡਿਆਂ ਵਿਆਹਾਂ ਵਿੱਚ ਆਨੰਦ ਕਾਰਜਾਂ ਵਿੱਚ ਰੱਬ ਸ਼ਾਮਲ ਹੁੰਦਾ। ਅਰਦਾਸ ਅਸੀਂ ਬੜੀ ਕਰਦੇ ਹਾਂ ਮਹਾਰਾਜ, ਜਿਹਦੇ ਘਰੇ ਵੀ ਵਿਆਹ ਹੋਵੇ, ਆਨੰਦ ਕਾਰਜ ਹੋਵੇ ਬੱਚੇ ਬੱਚੀ ਦਾ, ਸਤਿਗੁਰੂ ਗਰੀਬ ਨਿਵਾਜ ਦਾ ਕਈ ਵਾਰੀ ਪਾਠ ਵੀ ਕਰਵਾਉਂਦੇ ਹਾਂ। ਜੇ ਨਾ ਪਾਠ ਕਰਵਾਉਣ ਦੀ ਸਮਰੱਥਾ ਹੋਵੇ ਤਾਂ ਜਦੋਂ ਬਰਾਤ ਚੜ੍ਹਨੀ ਹੋਵੇ ਉਦੋਂ ਅਰਦਾਸ ਕਰਨ ਮੱਥਾ ਟੇਕਣ ਗੁਰਦੁਆਰੇ ਲਾੜਾ ਜ਼ਰੂਰ ਆਉਂਦਾ ਹੈ, ਆ ਜਾਂਦਾ। ਫਿਰ ਆਨੰਦ ਕਾਰਜ ਤਾਂ ਅਸੀਂ ਗੁਰਦੁਆਰੇ ਕਰਨਾ ਹੀ ਆ, ਉਹ ਤਾਂ ਮਹਾਰਾਜ ਦੇ ਸਰੂਪ ਦੇ ਸਾਹਮਣੇ ਜਾਣਾ ਹੀ ਪਏਗਾ। ਉਹ ਜਦੋਂ ਹੁਣ ਅਸੀਂ ਉੱਥੇ ਜਾਂਦੇ ਹਾਂ ਤਾਂ ਦੇਖੋ ਅਰਦਾਸ ਕੀ ਹੁੰਦੀ ਆ, ਹੇ ਸੱਚੇ ਪਾਤਸ਼ਾਹ ਫਲਾਨਾ ਸਿੰਘ ਦੇ ਬੱਚੇ ਦਾ ਆਨੰਦ ਕਾਰਜ, ਪਰਿਵਾਰ ਸਾਰੇ ਓਟ ਆਸਰੇ ਛੱਡਦਾ ਹੋਇਆ ਗਰੀਬ ਨਿਵਾਜ ਆਪ ਜੀ ਦੇ ਚਰਨਾਂ ਵਿੱਚ ਪਹੁੰਚਿਆ। ਮਹਾਰਾਜ ਸੇਵਕਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ ਅਤੇ ਰਹਿੰਦੇ ਕਾਰਜ ਨਿਰਵਿਘਨਤਾ ਸਹਿਤ, ਹਾਂਜੀ, ਸੰਪੂਰਨ ਕਰਿਓ। ਥੋੜ੍ਹਾ ਜਿਹਾ ਗੌਰ ਨਾਲ ਦੇਖਿਓ, ਮੈਂ ਅਰਦਾਸ ਤੋਂ ਨਹੀਂ ਮਨਾ ਕਰਦਾ, ਅਰਦਾਸ ਤਾਂ ਅਸੀਂ ਕਰਨੀ ਹੈ ਮਹਾਰਾਜ। ਵਿਘਨ ਨਾ ਕੋਈ ਪਵੇ, ਸਾਡੇ ਵਿਘਨ ਤੋਂ ਬਿਨਾਂ ਸਾਰੇ ਕਾਰਜ ਸੰਪੂਰਨ ਹੋ ਜਾਣ। ਕਿਹਨੂੰ ਕਿਹਾ? ਗੁਰੂ ਨੂੰ। ਮੈਂ ਪਹਿਲਾਂ ਕਿਹਾ ਮੈਂ ਅਰਦਾਸ ਤੋਂ ਨਹੀਂ ਮਨਾ ਕਰ ਲੱਗਾ, ਧਿਆਨ ਨਾਲ ਸੁਣਿਓ। ਗੁਰੂ ਤਾਂ ਤੁਹਾਡੇ ਕਿਸੇ ਕੰਮ 'ਚ ਵਿਘਨ ਪਾਉਣ ਗਿਆ ਹੀ ਨਹੀਂ ਸੀ, ਕਿਉਂ ਜੀ ਗੁਰੂ ਨੇ ਕੋਈ ਵਿਘਨ ਪਾਇਆ? ਗੁਰੂ ਸਿੱਖ ਦਾ ਕੰਮ ਵਿਗਾੜਦਾ? ਸਤਿਗੁਰ ਗੁਰੂ ਵਿਗਾੜਦਾ? ਗੁਰੂ ਤਾਂ ਨਹੀਂ ਵਿਗਾੜਦਾ, ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਸਤਿਗੁਰੂ ਤੇ ਸਭ ਦਾ ਹੀ ਭਲਾ ਚਾਹੁੰਦਾ ਹੈ।
ਅਸੀਂ ਤੇ ਗੁਰੂ ਦੇ ਡਰ ਤੋਂ ਇੱਥੇ ਆ ਕੇ ਵੀ ਇਹੋ ਸਾਰੇ ਗੁਰੂ ਕੋਲੋਂ ਸਿੱਖਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਗੁਰੂ ਤੇ ਸਾਨੂੰ ਵੀ ਸਿਖਾ ਰਿਹਾ ਸਰਬੱਤ ਦੇ ਭਲੇ ਦੀ ਬਾਤ, ਗੁਰੂ ਕਿਉਂ ਬੁਰਾ ਕਰੇਗਾ ਕਿਸੇ। ਅਸੀਂ ਗੁਰੂ ਨੂੰ ਕਿਹਾ ਮਹਾਰਾਜ ਸਾਡੇ ਕਾਰਜਾਂ ਵਿੱਚ ਵਿਘਨ ਨਾ ਪਵੇ। ਤੇ ਜਿਹੜਾ ਮਾਮਾ ਸ਼ਰਾਬ ਪੀ ਕੇ ਵਿਘਨ ਪਾਇਆ ਕਿੰਨੇ ਹੋਣ, ਫੁੱਫੜ ਨੇ, ਮਾਮੇ ਨੇ, ਮਾਸੜ ਨੇ, ਦੋਸਤਾਂ ਨੇ, ਕੌਣ ਸੀਗਾ ਉਹ, ਕੌਣ ਸੀ ਜਿਹੜਾ ਸਾਨੂੰ ਮਜਬੂਰ ਕਰ ਗਿਆ ਭਾਈ ਕੋਈ ਗੱਲ ਨਹੀਂ ਯਾਰ, ਨੱਚਣ ਟੱਪਣ ਦਾ, ਹੱਸਣ ਦਾ, ਖੁਸ਼ੀਆਂ ਦਾ ਮੌਕਾ ਆਇਆ, ਜੇ ਅੱਜ ਨਾ ਪੀਓਗੇ ਤੇ ਕਦੋਂ ਪੀਓਗੇ। ਕੌਣ ਸੀ ਉਹ, ਵਿਘਨ ਵਾਲੇ ਪਾਸੇ ਸਾਨੂੰ ਤੋਰਿਆ ਕਿੰਨੇ, ਅੱਗੇ ਖੁਸ਼ੀਆਂ ਦਾ ਮੌਕਾ, ਇਹ ਖੁਸ਼ੀਆਂ ਇਹੋ ਹੀ ਖੁਸ਼ੀਆਂ ਨੇ, ਇਹਨੂੰ ਖੁਸ਼ੀਆਂ ਦੇ ਆ ਵੀ ਸਾਰੀ ਬਰਾਤ ਚੰਗੀ ਭਲੀ ਗਈ, ਪੱਗਾਂ ਬੰਨ ਕੇ ਗਏ, ਨਹਾ ਧੋ ਕੇ ਗਏ, ਐ ਸਾਰੇ ਨਹਾਤੇ ਧੋਤੇ, ਚੋਪੜੇ ਸੋਹਣੇ ਇਹ ਲਿਸ਼ਕ ਪੁਸ਼ਕ ਕੇ ਗਏ, ਤੇ ਜਦੋਂ ਵਾਪਸ ਆਏ ਅੱਧੀ ਬਰਾਤ ਗੱਡੀਆਂ ਦੇ ਵਿੱਚ ਲੰਮੇ ਪਾ ਕੇ ਸੁੱਟ ਕੇ ਲਿਆਉਂਦੀ ਹੈ ਤੇ ਪੱਗਾਂ ਕਿਸੇ ਦੇ ਸਿਰ ਤੇ ਹੈ ਨਹੀਂ। ਇਹੀ ਕੁਛ ਹੋ ਰਿਹਾ। ਗੁਰਦੁਆਰੇ ਆਨੰਦ ਕਾਰਜ ਕਰਨ ਜਾਣਾ ਹੋਵੇ, ਦਸ ਬੰਦੇ ਧੱਕੇ ਨਾ ਲਿਆਉਂਦੇ, ਧੱਕੇ ਨਾ, ਕਿਸੇ ਨੂੰ ਚੇਤੇ ਚੇਤਾ ਹੀ ਨਹੀਂ। ਪੈਲਸ ਦੇ ਵਿੱਚ ਇੰਨੀ ਮਸਤੀ ਆ, ਉੱਥੇ ਇਹੋ ਜਿਹਾ ਮਾਹੌਲ ਬਣਾਇਆ ਅਗਲਿਆਂ ਨੇ, ਹਿਲਦਾ ਹੀ ਨਹੀਂ ਉੱਥੋਂ ਕੋਈ। ਕੀ ਕਰਨਾ ਇਹ ਭਲਾ ਆਨੰਦ ਕਾਰਜ, ਆਨੰਦ ਕਾਰਜ ਹੋਣਾ ਕਿੱਥੇ ਆ। ਸਾਰੇ ਬੀਬੀਆਂ, ਬੱਚੇ, ਮਾਈਆਂ, ਬੱਚੇ, ਜਿੰਨੇ ਵੀ ਸਾਰੇ ਗਏ ਆ, ਸਾਰੇ ਗਏ ਆ, ਅਸੀਂ ਵਿਆਹ ਆਏ, ਆਨੰਦ ਕਾਰਜ ਆ, ਆਨੰਦ ਕਾਰਜ ਹੋਣਾ ਕਿੱਥੇ ਆ, ਪਕੌੜਿਆਂ ਨਾਲ, ਚਾਹ ਨਾਲ, ਗੁਲਾਬ ਜਾਮਨੂਆਂ ਨਾਲ ਆਨੰਦ ਕਾਰਜ ਤੇ ਭਲਿਓ। ਗੁਰਦੁਆਰੇ ਹੋਣਾ ਉੱਥੇ ਤੁਸੀਂ ਗਏ ਹੀ ਨਹੀਂ, ਉਹ ਵੀ ਡੇਢ ਦੋ ਵਜੇ, ਭਾਈ ਸਾਹਿਬ ਨੇ ਦੋ ਤਿੰਨ ਵਾਰੀ ਉਦੋਂ ਤੱਕ ਦੇਖ ਵੀ ਤੱਤੀ ਕਰ ਲਈ, ਉਹ ਸਵੇਰ ਦਾ ਬੈਠਾ ਉਡੀਕਣ ਡਿਆ, ਅਜੇ ਵੀ ਆ ਜਾਣਾ, ਅਜੇ ਕੀ ਕਰੇ ਭਾਈ, ਕਿਹੜੇ ਪਾਸੇ ਜਾਵੇ। ਜੇ ਉਹ ਚਲੇ ਜਾਂਦਾ ਕਿਸੇ ਪਾਸੇ ਵੀ, ਇੰਨਾ ਟਾਈਮ ਤੁਸੀਂ ਦਿੱਤਾ, ਤੁਸੀਂ ਲੇਟ ਹੋ ਗਏ ਹੋ, ਜਾਓ ਹੁਣ, ਮੈਂ ਨਹੀਂ ਕਰਾਉਂਦਾ, ਤੁਸੀਂ ਕਹਿਣਾ ਵੀ ਚੁੱਕ ਮੋਰੀ ਇਸ ਤਰ੍ਹਾਂ। ਭਾਈ ਨੂੰ ਤਾਂ ਅਸੀਂ ਕੁਛ ਸਮਝਦੇ ਹੀ ਨਹੀਂ। ਕਮੇਟੀਆਂ ਧੌਣੋਂ ਫੜਦੀਆਂ ਨੇ, ਸੰਗਤਾਂ ਉੱਤੋਂ ਦਬਾਅ ਪਾਉਂਦੀਆਂ ਨੇ, ਉਹਦੇ 'ਤੇ ਪੈਰ ਹੀ ਨਹੀਂ ਲੱਗਦੇ, ਸਾਡੇ ਸਾਡੀ ਗੱਲ ਸੁਣਦਾ ਕੌਣ ਹੈ। ਉੱਦਾਂ ਗੱਲੀ ਬਾਤੀ ਕਰਨਗੇ, ਤੁਸੀਂ ਗੁਰੂ ਕੇ ਵਜ਼ੀਰ, ਕਾਹਦੇ ਵਜ਼ੀਰ ਹਾਂ ਅਸੀਂ। ਹਾਲ ਤਾਂ ਤੁਸੀਂ ਸਾਡੀ ਏਡੀ ਮਾੜੀ ਕੀਤੀ ਹੋਈ ਆ, ਨੁਕਰੇ ਬਿਠਾਇਆ, ਕੋਈ ਵੇਖ ਲਓ ਅਖੰਡ ਪਾਠ ਕਰਨਾ ਹੋਵੇ, ਕੁਛ ਕਰਨਾ ਹੋਵੇ, ਸਾਰੇ ਬੰਦੇ ਆਪੋ ਆਪਣੇ, ਭੈਣਾਂ ਮਾਈਆਂ ਆਪਣੀ। ਭਾਈ ਇਹ ਘੜਾ ਖੱਬੇ ਪਾਸੇ ਰੱਖਣਾ, ਤੈਨੂੰ ਕੀ ਪਤਾ ਘੜਾ ਕਿੱਥੇ ਰੱਖਣਾ, ਸਾਡਾ ਰੋਜ਼ ਦਾ ਕੰਮ, ਤੁਸੀਂ ਸਾਲ ਬਾਅਦ ਅਖੰਡ ਪਾਠ ਪਤਾ ਨਹੀਂ ਦਸਾਂ ਸਾਲਾਂ ਬਾਅਦ ਕਰਾਇਆ ਹੋਣਾ, ਤੁਸੀਂ ਕਦੀ ਕਦਾਈ ਗੁਰਦੁਆਰੇ ਆਉਣ ਵਾਲੇ, ਅਸੀਂ ਰੋਜ਼ ਗੁਰਦੁਆਰੇ ਰਹਿਣ ਵਾਲੇ, ਸਾਨੂੰ ਪੁੱਛੋ ਮਰਿਆਦਾ ਕੀ ਹੈ। ਭਾਈ ਇਹਦੇ ਨਾਲ ਧਾਗਾ ਐ ਨੂੰ ਨਾ ਲਪੇਟੀ, ਇਹਨੂੰ ਐ ਨੂੰ ਲਪੇਟੀ, ਇਹਨੂੰ ਕਿਹਨੇ ਕਿਹਾ ਐ ਨੂੰ ਲਪੇਟਣਾ, ਬਾਬਾ ਜੀ ਨੇ ਕਿਹਾ, ਤੇ ਬਾਬਾ ਜੀ ਕੋਲ ਜਾ ਕੇ ਕਰਾਓ। ਮਤਲਬ ਇੰਨਾ ਪੁੱਠਾ ਅਸੀਂ ਪੜ੍ਹੇ ਹੋਏ ਹਾਂ, ਇੰਨਾ ਪੁੱਠਾ ਤੁਰ ਰਹੇ ਹਾਂ, ਮਤਲਬ ਸਾਨੂੰ ਸਮਝ ਹੀ ਕੁਛ ਨਹੀਂ ਲੱਗਦਾ, ਅਸੀਂ ਕੀ ਕਰ ਰਹੇ ਹਾਂ। ਉਹ ਡੇਢ ਦੋ ਵਜੇ ਚੇਤਾ ਆਇਆ ਵੀ ਆਨੰਦ ਕਾਰਜ ਕਰਨਾ, ਅਜੇ ਵਿਚੋਲੇ ਨੇ ਪਿਓ ਨੂੰ ਉੱਜ ਮਾਰੀ, ਭਾਈਆ ਜਾਣਾ ਨਹੀਂ, ਅਖੇ ਜਾਣਾ ਤਾਂ ਆ, ਚੱਲਦੇ ਹਾਂ ਚਾਹ ਪਾਣੀ ਪੀ ਲੈਣਾ, ਅਖੇ ਪੀ ਲਿਆ ਤਾਂ ਵਿਹਲੇ ਹੋ ਕੇ ਬੈਠੇ ਹਾਂ,
ਕਹਿ ਇੱਥੇ ਦੋ ਚਾਹੁਣ ਜਿਹਨੂੰ ਨਾਲ ਖੜਨਾ, ਚਲੋ ਮਾਮੇ ਵੱਲ ਹੋਇਆ, ਮਾਮਾ ਮਾਮੇ ਨੂੰ ਅੱਗੇ ਆ ਬਈ ਇੱਥੇ ਆਨੰਦ ਕਾਰਜ ਕਰ ਆਈਏ ਮੁੰਡੇ ਤੋਂ। ਉਹ ਕਹਿੰਦਾ ਮੈਂ ਤਾਂ ਨਹਾ ਕੇ ਨਹੀਂ ਆਇਆ ਅੱਜ। ਇਹੋ ਜਿਹੇ ਬੰਦੇ ਦੱਸੋ ਗੁਰੂ ਅੱਗੇ ਅਰਦਾਸਾਂ ਕਰੀ ਜਾਂਦੇ ਹਾਂ ਵੀ ਸੱਚੇ ਪਾਤਸ਼ਾਹ ਨਿਰਵਿਘਨਤਾ ਸਹਿਤ ਕਾਰਜ ਸੰਪੂਰਨ ਕਰਿਓ, ਅਤੇ ਬੰਦੇ ਅਸੀਂ ਆਲੇ ਦੁਆਲੇ ਉਹ ਇਕੱਠੇ ਕੀਤੇ ਆ, ਅਸੀਂ ਆਖੇ ਉਹਨਾਂ ਦੇ ਲੱਗਦੇ ਹਾਂ, ਪ੍ਰਵਾਹ ਅਸੀਂ ਉਹਨਾਂ ਦੇ ਕਰ ਰਹੇ ਹਾਂ ਜਿਹੜੇ ਬਰਾਤੇ ਵੀ ਨਹਾ ਕੇ ਨਹੀਂ ਗਏ ਹੋਏ। ਖਿੱਚ ਧੂ ਕੇ ਪੰਜ ਸੱਤ ਉਹਨੇ ਬੰਦੇ ਇਕੱਠੇ ਕੀਤੇ, ਕੁਝ ਦੋ ਚਾਰ ਬੀਬੀਆਂ ਇਕੱਠੀਆਂ ਹੋਈਆਂ, ਅਤੇ ਉੱਥੇ 10-12 ਬੰਦੇ ਆਨੰਦ ਕਾਰਜ ਕਰਨ ਚਲੇ ਗਏ, ਬਾਕੀ ਸਾਰੇ ਦਾ ਸਾਰਾ ਢਾਣਾ ਉਹ ਪੈਲਸ ਵਿੱਚ ਬੈਠਾ ਰਿਹਾ। ਕਿਸੇ ਨੂੰ ਨਹੀਂ ਪਤਾ ਵੀ ਉੱਥੇ ਕੀ ਹੋਇਆ, ਕਿਸੇ ਨੂੰ ਨਹੀਂ ਪਤਾ ਕਿੰਨਾ ਟਾਈਮ ਲੱਗਾ। ਜਿਹੜੇ ਉਹ ਗਏ ਗੁਰਦੁਆਰੇ, ਧਿਆਨ ਉਹਨਾਂ ਦਾ ਵੀ ਪਿੱਛੇ ਹੈ, ਉਹ ਵੀ ਭਾਈ ਨੂੰ ਜਾ ਕੇ ਕਹਿੰਦੇ ਛੇਤੀ ਕਰਦੀ, ਉੱਥੇ ਪ੍ਰਾਹੁਣੇ ਉਡੀਕਦੇ ਆ, ਤੁਸੀਂ ਪਹਿਲਾਂ ਆ ਜਾਂਦੇ, ਇੰਨੀ ਛੇਤੀ ਆ ਤੇ ਤੁਸੀਂ ਉੱਥੇ ਹੀ ਕਿਸੇ ਬੁਰਜੀਤ ਵਾਲੇ ਘੁੰਮ ਲੈਣਾ ਸੀ। ਜੇ ਘੁੰਮਣ ਹੀ ਆਏ ਹੋ, ਇਕੱਲਾ ਤੁਹਾਡਾ ਘੁੰਮਣਾ ਹੀ ਮਨੋਰਥ ਹੈ, ਤੇ ਉੱਥੇ ਹੀ ਕਿਸੇ ਕੁਰਸੀ ਦੁਆਲੇ ਘੁੰਮ ਲੈਂਦੇ। ਤੁਸੀਂ ਗੁਰੂ ਦੀ ਗੱਲ ਤੇ ਸੁਣੋ, ਗੁਰੂ ਕੋਲ ਆਏ ਹੋ, ਗੁਰੂ ਕੋਲ ਆ ਕੇ ਵੀ ਤੁਸੀਂ ਬਹਿਣ ਨੂੰ ਤਿਆਰ ਨਹੀਂ, ਕੌਣ ਵਿਘਨ ਪਾਉਂਦਾ? ਫਿਰ ਗੁਰੂ ਅੱਗੇ ਅਰਦਾਸ, ਮਹਾਰਾਜ ਸੁੱਖ ਸ਼ਾਂਤੀ ਬਖਸ਼ੋ। ਕਾਹਦੀ ਸੁੱਖ ਸ਼ਾਂਤੀ? ਤੁਸੀਂ ਗੁਰੂ ਦੀ ਗੱਲ ਸੁਣੀ? ਮੈਂ ਪਹਿਲਾਂ ਵੀ ਕਿਹਾ ਅਰਦਾਸ ਤੋਂ ਮੈਂ ਮਨਾ ਨਹੀਂ ਕਰ ਰਿਹਾ, ਮੇਰੇ ਇਹਨਾਂ ਲਫ਼ਜ਼ਾਂ ਨੂੰ ਦੂਜੇ ਪਾਸੇ ਆਪੇ ਅਰਥ ਨਾਲ ਕੱਢ ਲਿਓ। ਅਰਦਾਸ ਤੇ ਅਸੀਂ ਕਰਨੀ ਆ, ਕੋਈ ਵੀ ਅਰਦਾਸ ਕਰਦੇ ਹਾਂ। ਮੰਨ ਲਓ ਆਪਾਂ ਡਾਕਟਰ ਕੋਲ ਗਏ, ਡਾਕਟਰ ਨੂੰ ਆਪਾਂ ਜਾ ਕੇ ਕਿਹਾ ਵੀ ਡਾਕਟਰ ਸਾਹਿਬ ਮੇਰੇ ਸਰੀਰ ਚੋਂ ਸੇਕ ਨਿਕਲਦਾ ਹੈ, ਪੀੜਾਂ ਨਿਕਲਦੀਆਂ, ਭੁੱਖ ਘੱਟ ਲੱਗਦੀ ਹੈ, ਜੋ ਕੁਝ ਵੀ ਸਮਝ ਵਿੱਚ ਆ ਰਿਹਾ ਸੀ ਨਾ ਆਪਾਂ ਡਾਕਟਰ ਨੂੰ ਦੱਸ ਦਿੱਤਾ। ਡਾਕਟਰ ਕੁਝ ਸਮਝ ਗਿਆ, ਕੁਝ ਉਹਨੇ ਟੈਸਟ ਕਰਾ ਕੇ ਬਿਮਾਰੀ ਲੱਭਣ ਦੀ ਕੋਸ਼ਿਸ਼ ਕੀਤੀ। ਹੁਣ ਜਦੋਂ ਆਪਾਂ ਉਹ ਡਾਕਟਰ ਦੇ ਸਾਹਮਣੇ ਬੋਲਿਆ ਵੀ ਡਾਕਟਰ ਸਾਹਿਬ ਭੁੱਖ ਘੱਟ ਲੱਗਦੀ ਹੈ, ਸਰੀਰ 'ਚ ਪੀੜਾਂ ਨਿਕਲਦੀਆਂ, ਸੇਕ ਨਿਕਲਦਾ, ਆਪਾਂ ਨੂੰ ਡਾਕਟਰ ਦਾ ਇੰਤਜ਼ਾਰ ਰਿਹਾ ਨਾ ਵੀ ਡਾਕਟਰ ਕੀ ਬੋਲਦਾ ਭਲਾ। ਹੁਣ ਕਿਉਂ ਸਾਧ ਸੰਗਤ ਜੀ, ਆਪਾਂ ਡਾਕਟਰ ਦਾ ਇੰਤਜ਼ਾਰ ਕੀਤਾ ਨਾ ਵੀ ਕੀ ਦੱਸੂਗਾ ਹੁਣ, ਉਹਨੇ ਆਖਿਆ ਰਿਪੋਰਟਾਂ ਕਰਾ ਲਿਓ, ਆਪਾਂ ਫਿਰ ਇੰਤਜ਼ਾਰ ਕੀਤਾ ਵੀ ਰਿਪੋਰਟ ਆ ਲੈਣ ਤੋਂ 2 ਘੰਟਿਆਂ ਨੂੰ ਰਿਪੋਰਟ ਮਿਲਣੀ, ਫਿਰ ਪੁੱਛ ਕੇ ਜਾਣੇ ਡਾਕਟਰ ਕੀ ਆਉਂਦਾ, ਇਹ ਹੈ ਕੀ, ਕਿਉਂ ਦਰਦਾਂ ਹੁੰਦੀਆਂ, ਕਿਉਂ ਸੇਕ ਨਿਕਲਦਾ, ਕਿਉਂ ਭੁੱਖ ਘੱਟ ਲੱਗਦੀ ਹੈ। ਡਾਕਟਰ ਕੋਲੋਂ ਪੁੱਛਣ ਲਈ ਉਤਾਵਲੇ ਰਹਿ, ਭੀੜ ਸੀ, ਸਮਾਂ ਨਹੀਂ, ਵਾਰੀ ਨਹੀਂ ਆ ਰਹੀ, ਫਿਰ ਵੀ ਅਸੀਂ ਬੈਠੇ ਰਹਿ, ਪੁੱਛ ਕੇ ਜਾਣਾ ਗੱਲ ਕੀ ਹੈ। ਇੱਥੇ ਅਰਦਾਸ ਕੀਤੀ, ਮਹਾਰਾਜ ਸਾਡੇ ਪਰਿਵਾਰ 'ਚ ਸੁੱਖ ਸ਼ਾਂਤੀ ਦਿਓ। ਹੁਣ ਜਦੋਂ ਗੁਰੂ ਨੇ ਰਹਿ ਦੇਣੀ, ਉਦੋਂ ਘਰ ਪਹੁੰਚ ਗਏ, ਗੁਰੂ ਦੀ ਵੀ ਤਾਂ ਰਹਿ ਲਈਏ ਨਾ ਵੀ ਸੁੱਖ ਸ਼ਾਂਤੀ ਕਿਉਂ ਨਹੀਂ, ਘਰ ਤੋਂ ਸੁੱਖ ਸ਼ਾਂਤੀ ਉੱਡੀ ਹੈ ਤੇ ਕਿਉਂ ਉੱਡੀ ਹੈ, ਜੇ ਸੁੱਖ ਸ਼ਾਂਤੀ ਕਾਇਮ ਹੋਏਗੀ ਤੇ ਕਿੱਦਾਂ ਕਾਇਮ ਹੋਏਗੀ, ਗੁਰੂ ਦੀ ਰਾਇ ਵੀ ਤੇ ਸੁਣੀਏ। ਕਿਉਂ ਜੀ, ਸੁਣਨੀ ਚਾਹੀਦੀ ਕਿ ਨਹੀਂ ਸੁਣਨੀ ਚਾਹੀਦੀ? ਉਹਦੇ ਲਈ ਸਮਾਂ ਕੱਢਣਾ ਪਏਗਾ, ਉਹਦੇ ਲਈ ਤੁਹਾਨੂੰ ਘਰ 'ਚ ਬਹਿਣਾ ਪਏਗਾ, ਆਪ ਕੋਠੀ ਖੋਲ੍ਹਣੀ ਪਏਗੀ, ਗੁਰੂ ਨਾਲ ਗੱਲਾਂ ਕਰਨੀਆਂ ਪੈਣਗੀਆਂ, ਸਮਾਂ ਦੇਣਾ ਪਏਗਾ। ਮਹਾਰਾਜ ਸਾਡੇ ਘਰੋਂ ਸੁੱਖ ਸ਼ਾਂਤੀ ਖੰਭ ਲਾ ਕੇ ਉੱਡ ਗਈ। ਮਹਾਰਾਜ ਕਹਿੰਦੇ ਮੈਂ ਦੱਸਦਾ ਕਿਉਂ ਉੱਡੀ ਹੈ, ਮੈਂ ਦੱਸਦਾ ਕਿਉਂ ਉੱਡੀ ਹੈ। ਲੰਬਾ ਚੌੜਾ ਵਿਸਥਾਰ ਹੈ ਮਹਾਰਾਜ ਨੇ ਜਦੋਂ ਦੱਸਿਆ ਵੀ ਸਾਡੀ ਸੁੱਖ ਸ਼ਾਂਤੀ ਕਿਉਂ ਉੱਡਦੀ ਹੈ। ਜਿਹੜੇ ਤੁਹਾਡੇ 'ਚੋਂ ਸੱਜਣ ਭੈਣਾਂ ਮੇਰੀਆਂ, ਮਾਤਾਵਾਂ ਧੀਆਂ, ਜਿਹੜੇ ਘਰਾਂ 'ਚ ਬਹਿ ਕੇ ਤੁਸੀਂ ਆਪ ਖੁਦ ਪਾਠ ਕਰਦੇ ਹੋ, ਤੁਹਾਨੂੰ ਪਤਾ ਹੋਏਗਾ ਕਿੰਨਾ ਲੰਬਾ ਚੌੜਾ ਵਿਸਥਾਰ ਹੈ। ਜੇ ਸ਼ਾਂਤੀ ਸੁੱਖ ਚਾਹੁੰਦੇ ਹੋ ਘਰਾਂ ਅੰਦਰ, ਆਹ ਕੰਮ ਤੁਹਾਨੂੰ ਕਰਨੇ ਪੈਣਗੇ। ਜੇ ਸੁੱਖ ਸ਼ਾਂਤੀ ਤੁਸੀਂ ਰਵਾਇਤੀ ਚਾਹੁੰਦੇ ਹੋ, ਸਵਾਹ ਨਾਲ, ਧਾਗਿਆਂ ਨਾਲ ਚਾਹੁੰਦੇ ਹੋ,
ਉੱਜੜਨਾ ਹੈ ਭਾਈ ਤੁਹਾਡੀ ਮਰਜ਼ੀ। ਬਾਣੀ ਨੇ ਕੁਝ ਲੁਕਾਇਆ ਨਹੀਂ ਸਾਡੇ ਕੋਲ, ਕੁਝ ਵੀ ਨਹੀਂ ਲੁਕਾਇਆ। ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਂ ਸਲੋਕ ਤੁਹਾਡੇ ਨਾਲ ਸਾਂਝਾ ਕੀਤਾ ਸੀ, ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਦਾਤਾਂ ਸਾਹਿਬ ਦੀਆਂ ਨੇ, ਸਾਹਿਬ ਦਿੰਦਾ ਹੈ, ਮਾਲਕ ਦੀਆਂ ਦਾਤਾਂ ਨੇ, ਮਾਲਕ ਦਿੰਦਾ ਹੈ, ਮਾਲਕ ਦਿੰਦਾ ਹੈ, ਮਾਲਕ ਦੀਆਂ ਦਾਤਾਂ ਮਾਲਕ ਕੋਲੋਂ ਲਈਆਂ, ਇਹ ਮਾਲਕ ਦੀਆਂ ਨੇ, ਸਾਡਾ ਇਹਦੇ ਵਿੱਚ ਕੁਝ ਵੀ ਨਹੀਂ, ਸਾਡਾ ਇਹਦੇ ਵਿੱਚ ਕੁਝ ਵੀ ਨਹੀਂ। ਕਿੰਨੀ ਕਮਾਲ ਦੀ ਬਾਤ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਨੇ ਦਾਤੀ ਸਾਹਿਬ ਸੰਧੀਆਂ, ਇਹ ਸਾਰੀਆਂ ਦਾਤਾਂ ਸਾਹਿਬ ਦੀਆਂ ਆ। ਅਤੇ ਨਾਲ ਅੱਗੇ ਕਹਿੰਦੇ ਨੇ ਕਿਆ ਚੱਲੈ ਇਸ ਨਾਲ, ਕਿਆ ਚੱਲੈ ਇਸ ਨਾਲ, ਇਹ ਦਾਤਾਂ ਦਾ ਜ਼ੋਰ ਭਲਾ ਸਾਹਿਬ ਨਾਲ ਚੱਲ ਸਕਦਾ? ਵੀ ਆਹ ਦਾਤ ਅੱਗੇ ਰੱਖਦੇ ਆ ਤੇ ਸਾਹਿਬ ਨਾਲ ਮੇਰਾ ਜ਼ੋਰ ਚੱਲੇ, ਮੈਂ ਉਹਨੂੰ ਆਖਾਂ ਵੀ ਮਜਬੂਰ ਹੋ ਜਾ, ਹੁਣ ਮੰਨ ਜਾ, ਮੇਰੇ 'ਤੇ ਖੁਸ਼ ਹੋ ਜਾ, ਕਿਆ ਚੱਲੈ ਇਸ ਨਾਲ? ਇਹਨਾਂ ਦਾਤਾਂ ਦਾ ਜ਼ੋਰ ਸਾਹਿਬ ਦੇ ਅੱਗੇ ਨਹੀਂ ਚੱਲਦਾ। ਇਹ ਦਿੱਤੀਆਂ ਹੀ ਉਹਨੇ ਆ, ਇਹਨਾਂ ਦਾ ਮਾਲਕ ਹੀ ਉਹ ਆ। ਅਸੀਂ ਕੀ ਦਾਅਵਾ ਕਰੀਏ ਵੀ ਆਹ ਤੇਰੇ ਅੱਗੇ ਰੱਖ ਕੇ ਦਾਅਵਾ ਕਰੀਏ, ਦੇਖ ਤੂੰ ਆਹ ਦਾਤ ਨਹੀਂ ਸੀ ਦੇਖੀ, ਅਸੀਂ ਤੈਨੂੰ ਦੇ ਕੇ ਚੱਲੇ। ਸਾਡਾ ਆਪਣਾ ਕੀ ਹੈ? ਸਾਡੇ ਕੋਲ ਕੁਝ ਵੀ ਨਹੀਂ, ਸਾਡਾ ਆਪਣਾ ਕੁਝ ਵੀ ਨਹੀਂ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਬੜੀ ਕਮਾਲ ਦੀ ਬਾਤ ਕਹਿੰਦੇ ਨੇ, ਕਹਿੰਦੇ ਇੱਕ ਜਾਗੰਦੇ ਨਾ ਲਹਿਣ, ਇੱਕ ਜਿਹੜੇ ਜਾਗਦੇ ਆ ਨਾ, ਜਾਗਦੇ ਸੁਚੇਤ ਗੁਰੂ ਦੀ ਬਾਤ ਨੂੰ ਸੁਣਨ ਵਾਲੇ, ਸਮਝਣ ਵਾਲੇ, ਮੰਨਣ ਵਾਲੇ, ਉਹ ਇਹਨਾਂ ਦਾਤਾਂ ਦਾ ਆਸਰਾ ਨਹੀਂ ਲੈਂਦੇ ਗੁਰੂ ਨਾਲ ਸਾਂਝ ਬਣਾਉਣੀ, ਉਹ ਇਹਨਾਂ ਦਾਤਾਂ ਦੇ ਜ਼ੋਰ ਤੇ ਨਹੀਂ ਚੱਲਦੇ, ਉਹ ਇਹਨਾਂ ਦਾਤਾਂ ਨੂੰ ਆਧਾਰ ਪੌੜੀਆਂ ਬਣਾ ਕੇ ਗੁਰੂ ਵਾਲੇ ਪਾਸੇ ਨਹੀਂ ਤੁਰਦੇ। ਇੱਕ ਜਾਗੰਦੇ ਨਾ ਲਹਿਣ, ਇੱਕ ਨਾ ਸੁਧਿਆਂ ਦੇ ਉਠਾਲ, ਗੁਰੂ ਤਾਂ ਐਸੀ ਬਖਸ਼ਿਸ਼ ਕਰਦਾ ਇਹਨਾਂ ਦਾਤਾਂ ਦੀਆਂ ਨਿਸ਼ਾਨੀਆਂ ਨੂੰ ਚੇਤੇ ਕਰਵਾ ਕੇ ਸੁੱਤਿਆਂ ਹੋਇਆਂ ਨੂੰ ਵੀ ਜਗਾ ਲੈਂਦਾ, ਭਲਿਓ ਆਓ ਆਪਣਾ ਜੀਵਨ ਸਫਲ ਕਰ ਲਓ, ਸੁੱਤੇ ਨਾ ਰਹਿ ਜਾਇਓ। ਸੁੱਤਿਆਂ ਦੇ ਉਠਾਲ, ਇਹਨਾਂ ਸੁੱਤਿਆਂ ਨੂੰ ਵੀ ਉਠਾਉਂਦਾ ਹੈ, ਜਗਾਉਂਦਾ ਹੈ। ਜਾਗੋ, ਇਹਨਾਂ ਦਾਤਾਂ ਦੇ ਆਸਰੇ ਤੁਹਾਡੀ ਗੱਲ ਨਹੀਂ ਬਣਨੀ, ਗੱਲ ਬਣੇਗੀ ਜਦੋਂ ਮਨ ਵਿੱਚ ਹੈ ਸਤਿਗੁਰ ਕਹਿ ਗੱਲ ਬਣੇਗੀ ਜਦੋਂ ਮਨ ਵਿੱਚ ਹੈ, ਮਨ ਵਿੱਚ ਹੈ ਸਤਿਗੁਰ ਕਹਿ ਪਾਸ। ਕਿਉਂ ਜੀ? ਮਨ ਵੇਚਿਆ ਹੋਵੇ ਸਤਿਗੁਰੂ ਕੋਲ, ਪੜ੍ਹਨਾ ਵੇਖ ਲਓ ਕਿੰਨਾ ਸੌਖਾ ਹੈ। ਗੁੱਸਾ ਨਾ ਕਰੋਗੇ ਤੇ ਇੱਕ ਗੱਲ ਕਹਾਂ, ਸੁਖਮਣੀ ਸੇਵਾ ਸੁਸਾਇਟੀਆਂ ਬਣੀਆਂ, ਸੁਖਮਣੀ ਸਾਹਿਬ ਦਾ ਪਾਠ ਹਰ ਗੁਰਦੁਆਰੇ, ਪਿੰਡਾਂ 'ਚ ਵੀ ਸ਼ੁਰੂ ਹੋਇਆ, ਪਿੰਡਾਂ 'ਚ ਵੀ ਹੋ ਰਿਹਾ, ਗੁਰਦੁਆਰਿਆਂ 'ਚ ਇੱਕ ਦਿਨ ਹਫ਼ਤੇ ਵਿੱਚ ਰੱਖ ਕੇ ਪਾਠ ਹੋ ਰਿਹਾ। ਚੰਗੀ ਗੱਲ ਹੈ, ਮਾੜੀ ਗੱਲ ਨਹੀਂ, ਬੜਾ ਸੋਹਣਾ ਕੰਮ ਕਰਦੇ ਹਾਂ। ਪਾਠ ਤਾਂ ਕਰਦੇ ਹਾਂ ਨਾ, ਗੁਰਦੁਆਰੇ 'ਤੇ ਆਉਂਦੇ ਹਾਂ ਨਾ, ਚਲੋ ਵਧੀਆ ਕੰਮ ਹੈ, ਮਾੜਾ ਨਹੀਂ ਹੈ। ਪਰ ਮੈਂ ਕਹਿੰਦਾ ਵੀ ਜਦੋਂ ਅਸੀਂ ਪਾਠ ਕਰਦੇ ਹਾਂ, ਮੈਂ ਮਾੜਾ ਨਹੀਂ ਕਹਿ ਰਿਹਾ, ਚੰਗੀ ਗੱਲ ਅਸੀਂ ਪਾਠ ਕਰਦੇ, ਮੈਂ ਕਹਿੰਦਾ ਜਦੋਂ ਅਸੀਂ ਪਾਠ ਕਰਦੇ ਕਿਉਂ ਨਹੀਂ ਸਹਿਜ ਨਾਲ ਕਰਦੇ, ਸਮਝ ਕੇ ਕਿਉਂ ਨਹੀਂ ਕਰਦੇ? ਮੈਂ ਜਦੋਂ ਸੁਣਦਾ, ਬਹੁਤ ਵਾਰੀ ਮੌਕਾ ਬਣਦਾ ਜਦੋਂ ਕਦੀ ਜਾ ਕੇ ਬੈਠੋ ਵੀ ਉਹ ਕਈ ਵਾਰੀ ਬੀਬੀਆਂ ਭੈਣਾਂ ਜਾਂ ਵੀਰ ਜਦੋਂ ਰਲ ਕੇ ਪਾਠ ਸੁਖਮਣੀ ਸਾਹਿਬ ਦਾ ਕਰਦੇ ਆ, ਤਾਂ ਉਦੋਂ ਫਿਰ ਉਹ ਕਈ ਵਾਰੀ ਕਹਿ ਦਿੰਦੇ ਵੀ ਇਹਦੇ 20 ਮਿੰਟ ਸਾਨੂੰ ਵਿਆਖਿਆ ਵੀ ਕਰਕੇ ਸਮਝਾਓ। ਉੱਥੇ ਜੇ 10-15 ਮਿੰਟ, 20 ਮਿੰਟ, ਅੱਧਾ ਘੰਟਾ ਜਾ ਕੇ ਬਹਿ ਜਾਓ ਨਾ, ਤਾਂ ਉਹ ਇੰਨਾ ਛੇਤੀ ਛੇਤੀ ਕਾਹਲੀ ਵਿੱਚ ਇੱਦਾਂ ਪਾਠ ਹੋ ਰਿਹਾ, ਗਿਣਤੀਆਂ ਮਿਣਤੀਆਂ ਰੱਖ ਕੇ ਪਾਠ ਹੋ ਰਿਹਾ, ਪਤਾ ਹੀ ਕੁਛ ਨਹੀਂ ਲੱਗਦਾ।
ਉੱਥੇ ਪੜ੍ਹਿਆ ਜਾ, ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਦਾਸ। ਸਹੀਜੇ ਪੜ੍ਹ ਲਓ, ਅੱਜ ਅੱਧਾ ਪੜ੍ਹ ਲਓ ਪੜ੍ਹ ਕੇ, ਜਾਂ ਅਗਲੇ ਹਫ਼ਤੇ ਬਾਕੀ ਅੱਧਾ ਪੜ੍ਹ ਲਿਓ, ਤੁਹਾਡੇ ਕੋਲ ਮਗਰ ਪਿਆ। ਲੁਧਿਆਣੇ ਸਾਲ ਕੁ ਪਹਿਲਾਂ ਦੀ ਗੱਲ ਹੈ, ਪਾਠ ਹੋ ਰਿਹਾ, ਕੁਝ ਬੀਬੀਆਂ ਅੱਗੇ ਪੜ੍ਹਦੀਆਂ, ਕੁਛ ਪਿੱਛੇ ਪੜ੍ਹਦੀਆਂ, ਇੱਕ ਲਾਈਨ ਉਹ ਦੇਖੋ, ਦੇਖੋ ਅਸੀਂ ਕਰਦੇ ਕੀ, ਬਾਣੀ ਨਾਲ ਇੱਦਾਂ ਕਿਉਂ ਕਰਦੇ ਕਿ ਸਾਨੂੰ ਸਹਿਜ ਨਾਲ ਪੜ੍ਹਨਾ ਨਹੀਂ ਆਉਂਦਾ, ਕਿ ਅਸੀਂ ਕਿਸੇ ਦਾ ਲਿਖਿਆ ਦੇਣਾ, ਵੀ ਅਸੀਂ ਕਿਸੇ ਨੂੰ ਜਾ ਕੇ ਚਾਟ ਪਾਉਣਾ, ਵੀ ਆਵੇ ਕੋਈ ਇੰਨਾ ਕਰ ਰਿਹਾ, ਕਿਹਨੂੰ ਵਿਖਾਉਣਾ, ਕਿ ਹੋਮੇ ਨੂੰ ਪੱਠੇ ਪਾਉਣੇ। ਉਹ ਪਾਠ ਹੋ ਰਿਹਾ, ਇੱਕ ਬੀਬੀ ਪੜ੍ਹਦੀ ਹੈ, ਦਸ ਵਸਤੂ ਲੈ ਪਾਤਸ਼ਾਹ ਪਾਵੈ, ਦੂਜੀ ਪੜ੍ਹਦੀ ਹੈ ਏਕ ਵਸਤ ਕਾਰਨ ਵਿਖੋਟ ਗਵਾਵੈ, ਫਿਰ ਉਹ ਪੜ੍ਹਦੀ ਹੈ ਏਕ ਵੀ ਨਾਂਦੇ ਦਸ ਵੀ ਹਿਰਲੇ। ਉਹ ਵਾਰੀ ਵਾਰੀ ਇੱਕ ਉਹ ਅਤੇ ਇੱਕ ਉਹ ਇੱਦਾਂ ਪੜ੍ਹਦੀ ਹੈ, ਏਕ ਵੀ ਨਾਂਦੇ ਦਸ ਵੀ ਹਿਰਲੇ, ਅਤੇ ਇੱਕ ਬੀਬੀ ਫਿਰ ਅੱਗੋਂ ਪੜ੍ਹਦੀ ਹੈ ਉਹ ਜਿਹੜੀ ਉਹਦੇ 'ਚ ਅੱਗੇ ਤੋਕ ਆਉਂਦੀ ਆ, ਵੀ ਜੇ ਜੋ ਹੈ ਰੱਬ ਨੇ ਦਿੱਤਾ ਆ, ਜੇ ਉਹ ਵੀ ਤੇਰੇ ਕੋਲੋਂ ਖੋਹ ਲਵੇ, ਏਕ ਵੀ ਨਾਂਦੇ ਦਸ ਵੀ ਹਿਰਲੇ, ਤਾਂ ਮੂੜਾ ਕਹੋ ਕਹਾ ਕਰੇ। ਸਹੀ ਪਾਠ ਇਹ ਆ, ਉਹ ਪੜ੍ਹਦੀ ਆ ਜਦੋਂ ਬੀਬੀ ਪਹਿਲੀ ਨੇ ਪੜ੍ਹਿਆ ਏਕ ਵੀ ਨਾਂਦੇ ਦਸ ਵੀ ਹਿਰਲੇ, ਤੇ ਉਹ ਆਉਂਦੀ ਤਾਂ ਦੱਸ ਫਿਰ ਮੂੜਾ ਕੀ ਕਰੇ, ਮਤਲਬ ਗੁਟਕਾ ਹੱਥ 'ਚ ਪੜਿਆ ਜੋ ਉਹਦੇ ਮੂੰਹ 'ਚ ਆਇਆ ਪੜ੍ਹੀ ਜਾਂਦਾ। ਉਹ ਸਾਰੀਆਂ ਬੀਬੀਆਂ ਉਹਨੂੰ ਰੋਕਿਆ ਵੀ ਭੈਣੇ ਵੇਖ ਕੇ ਪੜ੍ਹ, ਤੇਰੇ ਕੋਲ ਗੁਟਕਾ ਆ, ਆਹ ਕੀ ਪੜ੍ਹੀ ਜਾਂਦੀਆਂ। ਉਹਨਾਂ 10 ਮਿੰਟ ਉਹਦੇ 'ਤੇ ਲਾਏ। ਹੁਣ ਇਹ ਹਾਲ ਸਾਡਾ ਬਣਿਆ ਪਿਆ, ਅਖੰਡ ਪਾਠ ਕਰਵਾਉਂਦੇ ਹਾਂ, ਭਾਈ ਜੀ ਇਕੱਲੇ ਪਾਠ ਕਰੀ ਜਾਂਦੇ, ਸਾਰਾ ਟੱਬਰ ਭੱਜਾ ਹੀ ਫਿਰਦਾ, ਕੋਈ ਨਹੀਂ ਖਲੋਂਦਾ, ਅੱਗੇ ਬਹਿ ਜਾਂਦੇ ਸੀ ਮੰਜਿਆਂ 'ਤੇ, ਅੱਗੇ ਟੀ ਵੀ ਅੱਗੇ ਘੰਟਾ ਬਹਿ ਜਾਂਦੇ ਸੀ, ਹੁਣ ਪਾਠ ਲਿਖਵਾਇਆ, ਹੁਣ ਕੋਈ ਟੱਬਰ ਦਾ ਜੀ ਨਹੀਂ ਬਹਿ ਰਿਹਾ, ਘਰ ਟੀ ਵੀ ਨਹੀਂ ਰਿਹਾ। ਇੱਕ ਭਾਈ 'ਤੇ ਸਕੂਟਰ 'ਤੇ ਟੰਗਿਆ, ਉਹ ਕਦੀ ਕੁਛ ਲਾਇਆ ਕਦੀ ਕੁਛ ਲਾਇਆ, ਤੂੰ ਪਹਿਲਾਂ ਲਿਆ ਕੇ ਰੱਖ ਲਓ। ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਘਰੇ ਕੀਤਾ, ਬਾਣੀ ਸੁਣਨ ਲਈ ਪ੍ਰਬੰਧ ਕੀਤਾ, ਭਾਈ ਸਾਹਿਬ ਤੁਹਾਡੇ ਘਰ ਆਏ, ਤੁਸੀਂ ਭੱਜੇ ਹੀ ਫਿਰਦੇ ਹੋ, ਕੀ ਹੋ ਗਿਆ ਤੁਹਾਨੂੰ, ਕੀ ਅਸੀਂ ਐਸਾ ਮਾਹੌਲ ਨਹੀਂ ਸਿਰਜ ਸਕਦੇ। ਅੱਗੋਂ ਪਿੱਛੋਂ ਜਦੋਂ ਕਿਸੇ ਦੇ ਘਰ ਜਾਂਦੇ ਹਾਂ, ਮਹਿਮਾਨ ਨਵਾਜੀ ਦੇ ਤੌਰ 'ਤੇ ਕੋਈ ਚਾਹ ਪਾਣੀ ਪਿਆਉਂਦਾ, ਪ੍ਰਸ਼ਾਦਾ ਛਕਾਉਂਦਾ, ਸਾਡੇ ਪੰਜਾਬੀਆਂ ਦੇ ਅੰਦਰ, ਸਿੱਖਾਂ ਦੇ ਅੰਦਰ ਇਹ ਬੜੀ ਵੱਡੀ ਭਾਵਨਾ ਹੈ, ਕੋਈ ਖਾਲੀ ਨਹੀਂ ਘਰੋਂ ਜਾਣ ਦਿੰਦੇ। ਪਰ ਇੱਦਾਂ ਦਾ ਮਾਹੌਲ ਸਿਰਜ ਲਈਏ ਵੀ ਭਾਈ ਹੁਣ ਅਖੰਡ ਪਾਠ ਸਾਹਿਬ ਅਸੀਂ ਆਰੰਭ ਕਰਵਾਇਆ, ਜਿਹਨੂੰ ਕਿਸੇ ਨੂੰ ਲੋੜ ਹੋਈ ਆਹ ਚਾਹ ਪਈ ਆ ਪਾਣੀ ਪਿਆ, ਤੁਸੀਂ ਮੱਥਾ ਟੇਕ ਕੇ ਆਪੇ ਜਿਹਨੂੰ ਲੋੜ ਹੈ ਪੀ ਲਿਓ। ਅਸੀਂ ਪਾਠ ਸੁਣ ਰਹੇ ਹਾਂ, ਬਣਾ ਕੇ ਰੱਖਿਆ ਹੋਇਆ, ਤੁਸੀਂ ਸੁਣ ਲਿਓ, ਪੀ ਲਿਓ, ਪੀ ਕੇ ਚਾਹ ਪਾਣੀ ਅਤੇ ਆ ਲਓ, ਆਪਾਂ ਵੀ ਸਾਰੇ ਬਹਿ ਕੇ ਪਾਠ ਸੁਣੀਏ। ਨਹੀਂ, ਜਿਹੜਾ ਮੱਥਾ ਟੇਕਣ ਆਇਆ, ਇੱਕ ਬਾਪੂ ਜੀ ਉੱਥੇ ਕੜਾਹ ਪ੍ਰਸ਼ਾਦ ਲਾ ਕੇ ਬੈਠੇ ਆ, ਉਹ ਬਹਿਣ ਨਹੀਂ ਦਿੰਦੇ, ਉਹ ਕਹਿੰਦੇ ਜਾਓ ਜਾਓ ਚਾਹ ਪੀਓ। ਬਈ ਚਾਹ ਤਾਂ ਰੋਜ਼ ਪੀਂਦੇ ਆ, ਪਾਠ ਸੁਣ ਲੈਣ ਦਿਓ, ਪੈ ਲੈਣ ਦਿਓ ਕੰਨ 'ਚ। ਅੱਗੋਂ ਫਿਰ ਭਾਈ ਸਾਹਿਬ ਵੀ ਹੁਣ ਇੱਦਾਂ ਦੇ ਗਿੱਜ ਗਏ, ਉਹ ਵੀ ਅਸੀਂ ਇੱਦਾਂ ਦੇ ਬਣਾ ਲੈ, ਉਹ ਵੀ ਇੱਦਾਂ ਹੀ ਪੜ੍ਹੇ ਜਾਂਦੇ ਆ। ਭਈ ਹਮਦਮੰਦ ਪਾਗ ਸਤਨਾਏ ਹਾਰ ਗੁੰਗਾਵੇਂ ਸਾਹਿਬ ਸੁਭਾਜ ਜੂ ਦਾਦਗਾ ਖੋਲ ਦਿੱਤਾ ਜਨ। ਕੀ ਸਮਝ ਲੱਗ ਰਿਹਾ, ਇਹਦੇ ਨਾਲ ਚੰਗਾ ਨਹੀਂ ਸਹਿਜ ਪਾਠ ਕਰ ਲਓ, ਘੰਟਾ ਪਾਠ ਸੁਣੋ, ਸਾਰਾ ਪਰਿਵਾਰ ਬਹਿ ਕੇ ਸੁਣੋ, ਭਾਈ ਸਾਹਿਬ ਨੂੰ ਕਹੋ ਇਹ ਕਾਪੀ 'ਤੇ ਲਿਖ ਦਿਓ ਜੀ, ਕੱਲ੍ਹ ਨੂੰ ਸਵੇਰੇ ਅਸੀਂ ਪ੍ਰਕਾਸ਼ ਕਰਾਂਗੇ, ਅੱਧਾ ਘੰਟਾ ਅਸੀਂ ਆਪ ਪਾਠ ਕਰਾਂਗੇ, ਫਿਰ ਕੰਮ ਕਾਰ 'ਤੇ ਜਾਵਾਂਗੇ, ਸ਼ਾਮ ਨੂੰ ਤੁਸੀਂ ਫਿਰ ਆਣ ਕੇ ਸਾਨੂੰ ਪਾਠ ਸੁਣਾਓ। ਇਹ ਸੌਖਾ ਨਹੀਂ, ਸਿੱਖ ਰਹਿਤ ਮਰਿਆਦਾ ਵਿੱਚ ਸਹਿਜ ਪਾਠ ਦੀ ਵਿਵਸਥਾ ਕਿੱਡੀ ਸੋਹਣੀ ਦਿੱਤੀ ਹੋਈ ਹੈ, ਪਰ ਅਸੀਂ ਕਰਨਾ ਨਹੀਂ ਚਾਹੁੰਦੇ। ਉਹਨਾਂ ਨੇ ਫਿਰ ਅਗਲੀ ਕੱਢ ਲਈ ਵੀ ਜਦੋਂ ਸੁਣਦੇ ਹੀ ਨਹੀਂ, ਜਦੋਂ ਇਹ ਕਰਦੇ ਹੀ ਕੁਝ ਨਹੀਂ,
ਇਹ ਸੂਤਰ ਹੀ ਇੱਦਾਂ ਆਉਂਦੇ ਆ, ਇਹਨਾਂ ਨੂੰ ਲੁੱਟਣ ਦਾ ਢੰਗ ਹੀ ਇਹ ਹੈ। ਉਹਨਾਂ ਨੇ ਫਿਰ ਤਰੀਕਾ ਕੱਢ ਲਿਆ ਵੀ ਮੂੰਹ ਬੰਨ ਕੇ ਪਾੜ ਦਿਓ, ਐਦਾਂ ਦੇ ਬੋਲੇ ਹਿਲਦੇ ਦਿਸਦੇ ਆ, ਐਦਾਂ ਦੇ ਸਿਰ ਸੁਰ ਹਿਲਦਾ ਦਿਸਦਾ ਆ, ਮੂੰਹ ਬੰਨ ਲਓ, ਪਤਾ ਹੀ ਨਾ ਲੱਗੇ ਵੀ ਇਹ ਕਰਦੇ ਵੀ ਆ ਕੁਝ ਕੇ ਨਹੀਂ ਕਰਦੇ। ਆ ਪਿੱਛੇ ਜੇ ਤੁਸੀਂ ਇੱਕ ਇਸ਼ਤਿਹਾਰ ਦੇਖਿਆ ਮੌਨ ਅਖੰਡ ਪਾਠ, ਅਖੰਡ ਪਾਠ ਤੇ ਮੌਨ ਦਾ ਨਾਲ ਕੀ ਸੰਬੰਧ ਹੈ ਉਹਦੇ? ਅਖੇ ਬਾਬਾ ਜੀ ਨੇ ਬੋਲਣਾ ਹੀ ਨਹੀਂ, ਅਤੇ ਜੇ ਬੋਲਣਾ ਹੀ ਨਹੀਂ ਫਿਰ ਬਿਠਾਇਆ ਕੀ ਕਰਨਾ, ਫਿਰ ਬਿਠਾਇਆ ਕੀ ਕਰਨਾ? ਇਹ ਸਾਡੇ ਮਾੜੇ ਹਾਲਾਤ ਨੇ ਜਿਹੜੇ ਅਸੀਂ ਆਪ ਸਿਰਜੇ ਹੈ, ਜਿਹਦੇ ਵਿੱਚ ਅਸੀਂ ਖੁਦ ਸਾਰੇ ਜ਼ਿੰਮੇਵਾਰ ਹਾਂ। ਜਿਹੜਾ ਕੁਝ ਅਸੀਂ ਸਾਰੇ ਰਲ ਮਿਲ ਕੇ ਆਪਣੇ ਆਲੇ ਦੁਆਲੇ ਕਰ ਰਹੇ ਹਾਂ, ਇਹਦੇ 'ਚੋਂ ਸਾਨੂੰ ਨਿਕਲਣਾ ਪੈਣਾ ਹੈ ਗੁਰੂ ਪਿਆਰਿਓ, ਹਿੰਮਤ ਕਰਨੀ ਪੈਣੀ ਹੈ, ਸਾਨੂੰ ਲੋਕ ਲਾਜ ਵਿੱਚੋਂ ਕੱਢਣੀ ਪੈਣੀ ਹੈ, ਤਾਂ ਗੱਲ ਬਣਨੀ ਆ, ਤਾਂ ਗੱਲ ਬਣੇਗੀ। ਭੇਟਾ ਦੇਤੀ ਆ, ਕਿੰਨੀ ਆ? 21,000, 21,000 ਭੇਟਾ ਦੇਤੀ ਆ। ਬਾਬਾ ਜੀ ਅਸੀਂ ਨਾ ਭੋਗ ਵਾਲੇ ਦਿਨ ਆਵਾਂਗੇ, ਆਹੋ ਦੇਖ ਲਿਓ 10 ਵਜੇ ਅਸੀਂ ਭੋਗ ਪਾਉਣਾ, ਜੇ ਟਾਈਮ ਨਾ ਆ ਗਏ ਤਾਂ ਠੀਕ ਆ, ਨਹੀਂ ਤਾਂ ਇੰਝ ਕਰਿਓ ਜੇ ਲੇਟ ਹੋਏ ਨਾ ਫਿਰ ਨਾ ਆਇਓ, ਅਸੀਂ ਚਿੱਠੀ ਨਾਲ ਹੀ ਹੁਕਮਨਾਮਾ ਭੇਜ ਦਿਆਂਗੇ। ਆਹੋ ਵੀ ਤੁਸੀਂ ਕੀ ਕਰਨ ਆਉਣਾ, ਪੈਸੇ ਤੁਹਾਨੂੰ ਦੇ ਦਿੱਤੇ, ਹੁਣ ਕੀ ਕਰਨਾ? ਜੇ ਤੁਸੀਂ ਕਹੋ ਵੀ 21,000 ਭੋਗ ਵਾਲੇ ਦਿਨ ਦਿਆਂਗੇ, ਫਿਰ ਕਹਿਣਗੇ ਵੀ ਵੇਲੇ ਨਾ ਆਇਓ, ਪਰ ਰਹਿੰਦਾ ਜੂ ਹਲੇ ਮਾਲ। ਮੈਂ ਖੁਦ ਪਾਈ ਹਾਂ, ਮੈਂ ਕਿਸੇ ਭਾਈ ਦੇ ਵਿਰੋਧ 'ਚ ਨਹੀਂ ਬੋਲ ਰਿਹਾ, ਮੈਂ ਆਪ ਖੁਦ ਪਾਈ ਹਾਂ। ਪਰ ਇਹ ਸਾਡੇ ਆਲੇ, ਫਿਰ ਸਾਡੇ ਬੱਚੇ ਨਸ਼ੇ ਕਿਉਂ ਨਾ ਕਰਨ? ਫਿਰ ਸਾਡੇ ਬੱਚੇ ਨਸ਼ਿਆਂ ਤੋਂ ਛੱਡ ਕੇ ਨਾਈਆਂ 'ਤੇ ਕਿਉਂ ਨਾ ਬਹਿਣ? ਫਿਰ ਸਾਡੇ ਵਿਆਹਾਂ 'ਤੇ ਗਾਉਣ ਵਾਲੀਆਂ ਕਿਉਂ ਨਾ ਨੱਚਣ? ਫਿਰ ਸਾਡੇ ਰਾਜੇ ਬੇਈਮਾਨ ਕਿਉਂ ਨਾ ਆਉਣ? ਫਿਰ ਸਾਡੇ ਕਾਜ਼ੀ ਰਿਸ਼ਵਤਾਂ ਲੈ ਕੇ ਗਲਤ ਫੈਸਲੇ ਕਿਉਂ ਸੁਣਾਉਣ? ਸੁਣਾਉਣਗੇ ਨਹੀਂ? ਫਿਰ ਸਾਡੇ ਕਾਜ਼ੀ ਵੀ ਤਾਂ ਲਫਾਫਿਆਂ 'ਚੋਂ ਨਿਕਲਣਗੇ, ਨਿਕਲ ਰਹੇ ਆ ਨਾ, ਘਰੇ ਬੈਠੇ ਕਲਪੀ ਜਾਂਦੇ ਆ। ਇਹਦੇ ਲਈ ਗੁਰੂ ਸਵਾਰਿਓ, ਸਾਨੂੰ ਚਾਰ ਦੁਆਰੀ 'ਚੋਂ ਬਾਹਰ ਨਿਕਲਣਾ ਪੈਣਾ, ਆਹ ਜਿਹੜੀਆਂ ਗੁਰਦੁਆਰੇ ਦੀਆਂ ਸੰਸਥਾਵਾਂ ਹੈ ਇਹਨਾਂ ਨੂੰ ਮਜ਼ਬੂਤ ਕਰਨਾ ਪੈਣਾ। ਜੇ ਇਹਨਾਂ ਨੂੰ ਮਜ਼ਬੂਤ ਕਰਾਂਗੇ, ਇੱਥੇ ਬਹਿ ਕੇ ਧਰਮ ਦੀਆਂ ਸਾਰੀਆਂ ਖੁੱਲ੍ਹ ਕੇ ਵਿਚਾਰਾਂ ਕਰਾਂਗੇ, ਤਾਂ ਸਾਡਾ ਇਹ ਸਮਾਜ, ਸਾਡਾ ਇਹ ਭਵਿੱਖ ਸੋਹਣਾ ਬਣ ਸਕਦਾ, ਸੁਨਹਿਰੀ ਬਣ ਸਕਦਾ। ਅਸੀਂ ਉਸੇ ਰਾਹ 'ਤੇ ਤੁਰ ਸਕਦੇ ਹਾਂ ਜਿਸ ਰਾਹ 'ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਤੋਰਨਾ ਚਾਹਿਆ ਸੀ, ਜਿੱਥੋਂ ਅਸੀਂ ਅਜੇ ਪਾਸੇ ਬੈਠੇ ਹਾਂ। ਜੇ ਅਸੀਂ ਨਹੀਂ ਤੁਰਨਾ ਚਾਹੁੰਦੇ ਤਾਂ ਫਿਰ ਭਾਈ ਸਮੋਸੇ ਦੇ ਨਾਲ ਹਰੀ ਚਟਨੀ ਖਾ ਲਓ, ਲਾਲ ਚਟਨੀ ਖਾ ਲਓ, ਖੱਜਲ ਖਰਾਬੀ ਆ, ਧੱਕੇ ਆ, ਜਿੰਨੇ ਮਰਜ਼ੀ ਖਾ ਲਓ, ਨਿਕਲਣਾ ਤਾਂ ਇਹਦੇ ਵਿੱਚੋਂ ਕੁਝ ਵੀ ਨਹੀਂ। ਭਾਈ ਤਾਰੂ ਸਿੰਘ ਕਿੱਥੋਂ ਪੈਦਾ ਹੁੰਦਾ, ਕਦੀ ਵੇਖਿਆ? ਮੈਂ ਤਾਂ ਕਈ ਵਾਰੀ ਇੱਦਾਂ ਵੀ ਕਹਿੰਦਾ ਹੁੰਦਾ ਵੀ ਤੁਸੀਂ ਸ਼ਹੀਦੀ ਦਿਹਾੜੇ ਮਨਾਈ ਜਾਂਦੇ ਹੋ, ਜਕਾਰੇ ਛੱਡੀ ਜਾਂਦੇ ਹੋ, ਇਕੱਲੇ ਸ਼ਹੀਦੀ ਦਿਹਾੜੇ ਮਨਾਉਣ ਤੱਕ ਸੀਮਤ ਨਾ ਰਹੋ, ਸਗੋਂ ਸ਼ਹੀਦੀ ਦਿਹਾੜੇ ਮਨਾਉਂਦਿਆਂ ਧਿਆਨ ਇਸ ਪਾਸੇ ਰੱਖੋ ਜਿਹੜੀਆਂ ਸ਼ਹੀਦੀਆਂ ਹੋਈਆਂ ਉਹਨਾਂ ਸ਼ਹੀਦੀਆਂ ਦੇ ਪਿੱਛੇ ਮਨੋਰਥ ਕੀ ਹੈ, ਕਿਉਂ ਸ਼ਹੀਦ ਹੁੰਦੇ ਹੋ, ਕਾਹਦੇ ਬਦਲੇ ਸ਼ਹੀਦ ਹੁੰਦੇ ਹੈ, ਉਹਨਾਂ ਦਾ ਨਿਸ਼ਾਨਾ ਕੀ ਹੈ ਸ਼ਹੀਦ ਹੋਣ ਵੇਲੇ, ਉਹ ਕੀ ਚਾਹੁੰਦੇ ਸਨ ਸ਼ਹੀਦੀਆਂ ਵੇਲੇ, ਕਿਉਂ ਸਰਕਾਰਾਂ, ਕਿਉਂ ਹਾਕਮ ਉਹਨਾਂ ਦੇ ਮਗਰ ਲੱਠ ਲੈ ਕੇ ਪਏ ਹੋਏ ਸੀ, ਉਹ ਕੌਣ ਸਨ, ਕੀ ਕਰਦੇ ਸਨ, ਲੱਠ ਲੈ ਕੇ ਉਹਨਾਂ ਦੇ ਮਗਰ ਪੈ ਗਏ? ਇਕੱਲਾ ਇਸ ਕਰਕੇ ਨਹੀਂ ਕਿ ਉਹ ਸਤਨਾਮ ਵਾਹਿਗੁਰੂ ਕਹਿੰਦੇ ਸਨ, ਇਕੱਲਾ ਇਸ ਕਰਕੇ ਨਹੀਂ
ਕਿ ਉਹ ਪਾਠ ਕਰਦੇ ਸਨ ਗੁਰਦੁਆਰੇ ਜਾਂਦੇ ਜਾਂ ਪੱਗ ਬੰਨ੍ਹਦੇ ਸਨ ਜਾਂ ਉਹ ਗਾਤਰਾ ਪਾਉਂਦੇ ਸਨ, ਇਸ ਕਰਕੇ ਸਰਕਾਰਾਂ ਮਗਰ ਨਹੀਂ ਸੀ ਪਈਆਂ। ਗੱਲਾਂ ਕੁਝ ਹੋਰ ਨੇ ਜਿਹੜੀਆਂ ਅਸੀਂ ਅਜੇ ਛੱਡ ਕੇ ਭੁੱਲ ਕੇ ਬੈਠੇ ਹੋਏ ਹਾਂ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਦਿਹਾੜਾ ਮਨਾਉਂਦੇ ਹਾਂ, ਕਦੀ ਧਿਆਨ ਗਿਆ ਵੀ ਗੁਰੂ ਅਰਜਨ ਸਾਹਿਬ ਕੀ ਕਿਸੇ ਦਾ ਮਾੜਾ ਕਰਦੇ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੀ ਕਿਸੇ ਨੂੰ ਸਿੱਖਿਆ ਮਾੜੀ ਦਿੰਦੇ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੀ ਕਿਸੇ ਦੀ ਕੋਈ ਜ਼ਮੀਨ ਦੱਬਣ ਲਈ ਕੰਮ ਕਰਦੇ? ਮਹਾਰਾਜ ਦੇ ਸੇਵਾ ਦੇ ਵਿੱਚ ਲੱਗੇ ਹੋਏ ਨੇ, ਉਹ ਬਿਮਾਰਾਂ ਨੂੰ ਚੁੱਕਦੇ ਨੇ, ਉਹ ਭੁੱਖਿਆਂ ਨੂੰ ਰਾਸ਼ਨ ਦਾ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਦਿੰਦੇ ਨੇ। ਮਹਾਰਾਜ ਉੱਜੜ ਚੁੱਕੇ ਲੋਕਾਂ ਨੂੰ ਨਗਰ ਵਸਾ ਵਸਾ ਕੇ ਉਹਨਾਂ ਨੂੰ ਵਸਾਉਣ ਦਾ ਯਤਨ ਕਰ ਰਿਹਾ। ਸਰਕਾਰਾਂ ਉਜਾੜ ਰਹੀਆਂ, ਗੁਰੂ ਘਰ ਨਗਰ ਬਣਾ ਬਣਾ ਕੇ ਉਹਨਾਂ ਨੂੰ ਵਸਾ ਰਿਹਾ ਹੈ। ਕਿਧਰੇ ਅੰਮ੍ਰਿਤਸਰ ਉਸਰਦਾ ਹੈ, ਕਿਧਰੇ ਗੋਂਦਵਾਲ ਉਸਰਦਾ ਹੈ, ਕਿਧਰੇ ਹਰਗੋਬਿੰਦਪੁਰਾ ਉਸਰਦਾ ਹੈ, ਕਿਧਰੇ ਕਰਤਾਰਪੁਰ ਉਸਰਦਾ ਹੈ। ਉਹ ਪਿੰਡ ਵਸਾ ਕੇ, ਸ਼ਹਿਰ ਵਸਾ ਕੇ ਉਜੜੇ ਲੋਕਾਂ ਨੂੰ ਵਸੇਬਾ ਦੇ ਰਹੇ ਆ, ਉਹ ਕਾਰੋਬਾਰ ਖੋਲ੍ਹ ਕੇ ਦੇ ਰਹੇ ਆ, ਆਹ ਵਪਾਰੀ ਇੱਥੇ ਆਓ ਇੱਥੇ ਤੁਹਾਨੂੰ ਕੰਮ ਕਾਰ ਮਿਲੇਗਾ। ਮਹਾਰਾਜ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਆ, ਕੰਮ ਕਾਰ ਦੇ ਰਹੇ, ਰੋਟੀ ਦੇ ਰਹੇ ਆ, ਕੀ ਕਿਸੇ ਦਾ ਮਾੜਾ ਕਰਦੇ ਆ? ਤੇ ਜੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਭਲੇ ਦੀ ਗੱਲ, ਪਰਉਪਕਾਰ ਦੀ ਗੱਲ, ਗਿਆਨ ਦੀ ਗੱਲ, ਸਿੱਖਿਆ ਦੀ ਗੱਲ ਸਤਿਗੁਰੂ ਲੋਕਾਂ ਨੂੰ ਸਮਝਾ ਰਹੇ ਆ, ਤੇ ਸਰਕਾਰ ਦੇ ਹਾਕਮਾਂ ਦੇ ਢਿੱਡ ਪੀੜ ਕਿਉਂ ਉੱਠਦੀ ਆ? ਜੇ ਮਹਾਰਾਜ ਗਿਆਨ ਧਰਮ ਰੱਬ ਦੀ ਬਾਤ ਲੋਕਾਂ ਨੂੰ ਸਮਝਾ ਰਹੇ ਆ ਤੇ ਬਾਹਮਣ ਦੇ ਕਾਜੀ ਦੇ ਢਿੱਡ ਪੀੜ ਕਿਉਂ ਉੱਠਦੀ ਆ? ਕਦੀ ਸੋਚੇ? ਅੱਜ ਵੀ ਸਾਨੂੰ ਕੁਝ ਇਸ ਤਰ੍ਹਾਂ ਦੇ ਸਾਹਮਣੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਗੁਰੂ ਸਵਾਰਿਓ ਆਓ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪੁਕਾਰ ਕੇ, ਆਵਾਜ਼ਾਂ ਮਾਰ ਕੇ ਸਾਡੀ ਉਡੀਕ ਵਿੱਚ ਬੈਠੇ। ਤੁਸੀਂ ਸਾਰੇ ਬੱਚਿਆਂ ਵਾਲੇ, ਘਰਾਂ ਵਾਲੇ, ਪਰਿਵਾਰਾਂ ਵਾਲੇ, ਕੋਈ ਧੀਆਂ ਪੁੱਤਰਾਂ ਵਾਲਾ, ਕੋਈ ਪੋਤਰੇ ਪੋਤਰੀਆਂ ਵਾਲਾ, ਦੋਧੇ ਦੋਧੀਆਂ ਵਾਲਾ, ਅਸੀਂ ਸਾਰੇ ਪਰਿਵਾਰਾਂ ਵਾਲੇ, ਤੁਸੀਂ ਬੱਚੇ ਨੂੰ ਆਵਾਜ਼ ਮਾਰੋ, ਇੱਕ ਵਾਰੀ ਦੋ ਵਾਰੀ ਮਾਰੋ, ਆਪਣੇ ਜਵਾਨ ਪੁੱਤ ਨੂੰ ਆਵਾਜ਼ ਮਾਰ ਕੇ ਉਹਨੂੰ ਕਹੋ, ਪੁੱਤ ਆਹ ਕੰਮ ਨਹੀਂ ਕਰਨਾ, ਤੂੰ ਇੱਧਰ ਜਾਣਾ ਆ, ਤੂੰ ਉਹਨੂੰ ਮਿਲ ਕੇ ਆਉਣਾ ਆ, ਆਹ ਚੀਜ਼ ਲੈ ਕੇ ਆਉਣੀ, ਉਹ ਤੁਹਾਡੀ ਗੱਲ ਹੀ ਨਾ ਸੁਣੇ। ਤੁਸੀਂ ਇੱਕ ਦਿਨ ਬਰਦਾਸ਼ਤ ਕੀਤਾ, ਕੋਈ ਗੱਲ ਨਹੀਂ, ਮੇਰਾ ਪੁੱਤ ਆ, ਲਾਡਲਾ ਆ, ਅੱਜ ਨਹੀਂ ਗਿਆ, ਕੋਈ ਗੱਲ ਨਹੀਂ, ਵਿਗੜ ਗਿਆ ਕੰਮ। ਤੁਸੀਂ ਦੋ ਦਿਨ ਠਹਿਰ ਕੇ ਉਹਨੂੰ ਫਿਰ ਕੋਈ ਕੰਮ ਕਿਹਾ, ਉਹ ਫਿਰ ਨਹੀਂ ਸੁਣਦਾ, ਫਿਰ ਆਖੇ ਨਹੀਂ ਲੱਗਦਾ, ਆਖਿਰ ਕਿੰਨੇ ਦਿਨ ਬਰਦਾਸ਼ਤ ਕਰੋਗੇ ਜੀ? ਕਿੰਨੇ ਦਿਨ ਤੁਹਾਡੇ ਅੰਦਰ ਉਹ ਲਾਡ ਇਸੇ ਤਰ੍ਹਾਂ ਬੋਲਦਾ ਰਹੇਗਾ? ਆਖਿਰ ਤੇ ਇੱਕ ਦਿਨ ਬੋਲਣਾ ਹੀ ਪਏਗਾ ਨਾ, ਪੁੱਤ ਕਿਉਂ ਵਿਗਾੜਦਾ, ਤੇਰੇ ਮਨ 'ਚ ਗੱਲ ਕੀ ਹੈ, ਤੂੰ ਆਖੇ ਕਿਉਂ ਨਹੀਂ ਲੱਗਦਾ, ਕਿਉਂ ਢੀਠ ਹੋਇਆ, ਕੀ ਬਿਮਾਰੀ ਹੈ ਤੈਨੂੰ, ਤੈਨੂੰ ਪਾਲਿਆ ਆ, ਪੜ੍ਹਾਇਆ ਆ, ਤੈਨੂੰ ਵਿਆਹਿਆ ਆ, ਤੇ ਅੱਜ ਆਖੇ ਲੱਗਣ ਦੀ ਗੱਲ ਆਈ ਤੇ ਤੂੰ ਮੂੰਹ ਫੇਰਦਾ ਆ, ਤੂੰ ਮੇਰੇ ਆਖੇ ਨਹੀਂ ਲੱਗਦਾ, ਤੂੰ ਗੱਲ ਹੀ ਨਹੀਂ ਸੁਣਦਾ, ਤੂੰ ਰਾਤ ਨੂੰ 12-12 ਇੱਕ ਇੱਕ ਵਜੇ ਤੂੰ ਘਰ ਆਉਂਦਾ ਆ, ਕਿੱਥੇ ਜਾਂਦਾ ਆ, ਤੂੰ ਮੈਨੂੰ ਦੱਸਦਾ ਕਿਉਂ ਨਹੀਂ, ਤੇਰੇ ਮਨ 'ਚ ਕੀ ਹੈ, ਤੂੰ ਕਰਦਾ ਕੀ ਹੈ, ਪੁੱਛਣਾ ਪਏਗਾ ਨਾ। ਇੱਕ ਮਹੀਨੇ ਬਾਅਦ, ਦੋ ਮਹੀਨੇ ਬਾਅਦ, ਛੇ ਮਹੀਨੇ ਬਾਅਦ, ਆਖਿਰ ਸਾਡੇ ਅੰਦਰਲਾ ਲਾਡ ਇੱਕ ਪਾਸੇ ਹੋਏਗਾ, ਮਾਂ ਬਾਪ ਵਾਲਾ ਫਰਜ਼ ਉੱਤੇ ਆ ਜਾਏਗਾ, ਪੁੱਛਣ ਦੀ ਜ਼ੁਰਤ ਬਣ ਜਾਏਗੀ, ਪੁੱਤਰ ਦੱਸ ਕੀ ਗੱਲ ਹੈ। ਓਏ ਭਲਿਓ, ਸਿੱਖ ਹੋਣ ਦੇ ਨਾਤੇ ਸੁਰਤ ਨੂੰ ਉੱਚਾ ਕਰਕੇ ਵੇਖਿਓ, ਤੁਹਾਡਾ ਗੁਰੂ ਰੋਜ਼ ਤੁਹਾਨੂੰ ਸਵੇਰੇ ਆਵਾਜ਼ਾਂ ਮਾਰਦਾ, ਉਡੀਕਦਾ ਆ, ਨੀਚ ਲਾ ਕੇ ਬੈਠਾ ਆ, ਗੁਰੂ ਘੰਟਿਆਂ ਬੱਧੀ ਉਡੀਕਦਾ ਹੈ, ਆਵਾਜ਼ਾਂ ਮਾਰਦਾ ਹੈ, ਉਡੀਕਦਾ ਹੈ, ਮਹਾਰਾਜ ਤੁਰੇ ਜਾਂਦੇ ਨੂੰ ਆਵਾਜ਼ਾਂ ਮਾਰਦਾ ਹੈ।
ਸੁਣਦਾ ਨਹੀਂ, ਮਰਦਾ ਨਹੀਂ ਮਰਦਾ। ਗੁਰੂ ਅਮਰਦਾਸ ਵਰਗੀ ਮਹਾਨ ਪਵਿੱਤਰ ਸ਼ਖਸੀਅਤ ਤੁਰੇ ਜਾਂਦੇ ਸਿੱਖ ਨੂੰ ਆਵਾਜ਼ ਮਾਰਦੀ ਹੈ, ਘਰ ਬੈਠੇ ਸਿੱਖ ਨੂੰ ਆਵਾਜ਼ ਮਾਰਦੀ ਹੈ, ਕਬਰਾਂ ਤੇ ਬੈਠੇ ਠੇਕਿਆਂ ਵੱਲ ਤੁਰੇ ਜਾਂਦੇ ਸਿੱਖ ਨੂੰ ਆਵਾਜ਼ ਮਾਰਦੇ ਨੇ ਮਹਾਰਾਜ। ਉਹ ਪਵਿੱਤਰ ਸ਼ਖਸੀਅਤ ਆਵਾਜ਼ਾਂ ਮਾਰਦੀ ਮਾਰਦੀ ਅੱਜ ਤੱਕ ਉਡੀਕ ਰਹੀ ਆ, ਰੋਜ਼ ਆਵਾਜ਼ਾਂ ਮਾਰਦੀ ਹੈ, ਆਵੋ ਸਿੱਖ। ਚੇਤਾ ਭੁੱਲ ਜਾਂਦਾ, ਫਿਰ ਕਹਾਂ ਆਓ ਆਪਾਂ ਰਲ ਕੇ ਪੜ੍ਹੀਏ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ। ਜ਼ਬਾਨ ਨਾਲ ਨਾ ਪੜਿਓ, ਦਿਲੋਂ ਇੱਕ ਵਾਰੀ ਸੋਚ ਕੇ ਪੜਿਓ। ਕਿੰਨੀ ਪਿਆਰੀ ਆਵਾਜ਼ ਹੈ, ਕਿੰਨੇ ਪਿਆਰ ਨਾਲ, ਮੇਰਾ ਖਿਆਲ ਇੰਨੇ ਪਿਆਰ ਨਾਲ ਤਾਂ ਅਸੀਂ ਕਦੀ ਸ਼ਾਇਦ ਆਪਣੇ ਪੁੱਤ ਨੂੰ ਵੀ ਆਵਾਜ਼ ਨਾ ਮਾਰੀਏ। ਅਸੀਂ ਵੱਧ ਤੋਂ ਵੱਧ ਪਿਆਰ ਨਾਲ ਇੰਨਾ ਕਰਦੇ ਪੁੱਤਰ ਉਹਨਾਂ ਮੇਰੇ ਲਾਡਲੀ ਗੱਲ ਸੁਣੀ ਮਹਾਰਾਜ, ਕਿੰਨੇ ਪਿਆਰ ਨਾਲ ਦੇਖੋ ਸ਼ਬਦ ਕਿੰਨੇ ਵਰਤਦੇ ਨੇ। ਆਵੋ ਪਹਿਲਾਂ ਕਹਿੰਦੇ ਸਿੱਖ, ਫਿਰ ਕਹਿੰਦੇ ਸਤਿਗੁਰੂ ਕੇ ਪਿਆਰਿਓ, ਸਤਿਗੁਰੂ ਦੇ ਪਿਆਰਿਓ ਸਿੱਖੋ ਆਓ। ਕੀ ਭੇਟਾ ਪੂਜਾ ਰੱਖ ਕੇ ਚਲੇ ਜਾਓ, ਮੱਥਾ ਟੇਕ ਕੇ ਮੁੜ ਜਾਓ, ਕੜਾ ਪ੍ਰਸ਼ਾਦ ਲੈ ਕੇ ਮੁੜ ਜਾਓ, ਗੱਲਾਂ ਬਾਤਾਂ ਕਰਕੇ ਟਾਈਮ ਪਾਸ ਕਰਕੇ ਚਲੇ ਜਾਓ? ਨਹੀਂ ਨਹੀਂ, ਉਹ ਇਹ ਵੀ ਨਹੀਂ ਕਹਿੰਦੇ ਮੇਰੇ ਪੈਰੀ ਹੱਥ ਲਾ ਕੇ ਮੁੜ ਜਾਓ, ਮੇਰਾ ਪਾਪੜਾ ਲੈ ਕੇ ਮੁੜ ਜਾਓ। ਨਹੀਂ 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 ਨਹੀਂ, ਸਾਰਿਆਂ ਬਾਪਾਂ ਨੂੰ ਯਾਦ ਹੈ ਮਹਾਰਾਜ ਨੇ ਕਿੰਨੀ ਪਿਆਰੀ ਸੇਧ ਦਿੱਤੀ ਹੈ ਆਵਾਜ਼ ਮਾਰ ਕੇ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਓ ਸੱਚੀ ਬਾਣੀ, ਗਾਓ ਸੱਚੀ ਬਾਣੀ, ਗਾਓ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ, ਬਾਣੀ ਤਾਂ ਗਾਓ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਬਾਣੀਆਂ ਸਿਰ ਬਾਣੀ। ਬਾਣੀਆਂ ਚੋਂ ਵੱਡੀ ਬਾਣੀ ਹੈ ਸ਼੍ਰੋਮਣੀ ਬਾਣੀ, ਬਾਣੀਆਂ ਬੜੀਆਂ ਹੋਣਗੀਆਂ, ਇੱਥੇ ਬੜਾ ਕੁਝ ਲਿਖਿਆ ਪਿਆ ਹੋਏਗਾ, ਬੜੀਆਂ ਰਚਨਾਵਾਂ ਹੋਣਗੀਆਂ, ਬੜੇ ਕਵੀ ਹੋਣਗੇ, ਬੜੇ ਗ੍ਰੰਥ ਹੋਣਗੇ, ਬਹੁਤ ਕੁਝ ਹੋਏਗਾ। ਪਰ ਜਿਹੜੀ ਬਾਣੀ ਤੁਹਾਨੂੰ ਗਾਉਣ ਲਈ ਮੈਂ ਕਹਿ ਰਿਹਾ, ਬਾਣੀਆਂ ਸਿਰ ਬਾਣੀ, ਇਹ ਬਾਣੀਆਂ ਦੇ ਸਿਰ, ਬਾਣੀਆਂ ਵਿੱਚੋਂ ਸ਼੍ਰੋਮਣੀ, ਬਾਣੀਆਂ ਚੋਂ ਸਿਰ ਕੱਢ ਬਾਣੀ ਹੈ ਜਿਹੜੀ ਤੁਹਾਨੂੰ ਗਾਉਣ ਲਈ ਕਹਿ ਰਿਹਾ। ਕੀ ਗੁਰੂ ਅਮਰਦਾਸ ਜੀ ਦੀ ਆਖੇ ਨਹੀਂ ਲੱਗਣਾ ਚਾਹੀਦਾ? ਕੀ ਗੁਰੂ ਅਮਰਦਾਸ ਜੀ ਦੀ ਸੁਣ ਨਹੀਂ ਲੈਣੀ ਚਾਹੀਦੀ? ਮੈਂ ਕਹਿੰਦਾ ਚਲੋ ਕੰਮਾਂ ਕਾਰਾਂ ਦਾ ਵੀ ਝਮੇਲਾ ਇੰਨਾ ਆ, ਉਹਦੇ ਵਾਸਤੇ ਵੀ ਸਮਾਂ ਚਾਹੀਦਾ। ਜੇ ਅਸੀਂ ਪਾਠ ਲਈ ਸਮਾਂ ਕੱਢਣਾ ਹੋਵੇ, ਅਸੀਂ ਇੱਦਾਂ ਦਾ ਢੰਗ ਤਰੀਕਾ ਬਣਾ ਲਈਏ ਵੀ ਇੱਕ ਵਾਰੀ ਅਸੀਂ ਇਕੱਠਿਆਂ ਹੋ ਕੇ ਬਹਿਣਾ, ਸਮਾਂ ਘੱਟ ਕਰ ਲਓ, ਜ਼ਰੂਰੀ ਨਹੀਂ 2 ਘੰਟੇ ਬਹਿਣਾ, ਤੁਸੀਂ ਅੱਧਾ ਘੰਟਾ ਕਰ ਲਓ। ਕੀ ਰਲ ਕੇ ਅਸੀਂ ਸਾਰੇ ਇੱਕ ਦਿਨ ਹਫ਼ਤੇ ਵਿੱਚੋਂ ਇੱਕ ਦਿਨ ਕੱਢ ਲਈਏ, ਕਿ ਸਾਰੇ ਰਲ ਕੇ ਇੱਕ ਸ਼ਬਦ ਪੜ੍ਹ ਕੇ ਉਹਦੇ 'ਤੇ ਵਿਚਾਰ ਨਹੀਂ ਕਰ ਸਕਦੇ ਵੀ ਆਹ ਸ਼ਬਦ ਦੇ ਅਰਥ ਬਣਦੇ ਆ ਬਈ? ਕੀ ਸ਼ਬਦ ਦੀ ਤਿਆਰੀ ਘਰੋਂ ਕਰਕੇ ਆਣ ਕੇ ਇੱਥੇ ਅਸੀਂ ਆਪਸ ਵਿੱਚ ਵਿਚਾਰ ਚਰਚਾ ਸਵਾਲ ਜਵਾਬ ਨਹੀਂ ਇੱਕ ਦੂਜੇ ਨਾਲ ਕਰ ਸਕਦੇ? ਬਾਣੀ ਆ ਕਹਿੰਦੀ, ਆਪਾਂ ਇੱਦਾਂ ਕਿਉਂ ਕਰਦੇ? ਹੋ ਸਕਦਾ ਹੈ ਨਾ, ਬੱਚੇ ਨਹੀਂ ਆਖੇ ਲੱਗਦੇ, ਨੌਜਵਾਨ ਨਹੀਂ ਆਖੇ ਲੱਗਦੇ, ਧੀਆਂ ਨਹੀਂ ਆਖੇ ਲੱਗਦੀਆਂ, ਇਹ ਸਿੱਖੀ ਨਹੀਂ ਮੰਨਦੇ, ਇਹ ਬਾਣੀ ਨਹੀਂ ਪੜ੍ਹਦੇ। ਜੇ ਕੋਈ ਪੁੱਛੇ ਵੀ ਬਾਪੂ ਜੀ ਤੁਹਾਡੀ ਉਮਰ 70 ਸਾਲ ਹੋ ਗਈ, ਤੁਸੀਂ ਆਖੇ ਲੱਗਦੇ ਹੋ?
ਤੁਸੀਂ ਆਖੇ ਲੱਗਦੇ ਹੋ। ਤੁਹਾਨੂੰ ਪੰਥ ਦੀ ਮਰਿਆਦਾ ਕਹਿੰਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਕੋਈ ਘੜਾ ਕੁੰਭ ਦੀ ਲੋੜ ਨਹੀਂ, ਤੁਸੀਂ ਆਖੇ ਲੱਗੇ ਹੋ ਅਜੇ ਤੱਕ, ਤੁਸੀਂ ਵੀ ਤਾਂ ਸਾਧਨ ਦੀ ਆਖੇ ਲੱਗਦੇ ਹੋ, ਲੱਗਦੇ ਹਾਂ ਨਾ। ਸ਼ਨਿੰਦਰਵਾਸ ਛੋਲਿਆਂ ਦਾ ਪ੍ਰਸ਼ਾਦ ਚੜ੍ਹਾਉਣ ਦੀ ਆਗਿਆ ਕਿਹਨੇ ਦਿੱਤੀ ਹੈ, ਲੱਗੇ ਗੁਰੂ ਦੇ ਆਖੇ। ਕੋਈ ਸੁਣੀ ਪੰਥਕ ਮਰਿਆਦਾ ਦੀ ਗੱਲ, ਕੋਈ ਪੰਥ ਦੀ ਬਾਤ ਮੰਨੀ ਆ, ਅਸੀਂ ਆਖੇ ਲੱਗਦੇ ਹਾਂ। ਛੋਟਿਆਂ ਦਾ ਦੋਸ਼ ਬਾਅਦ ਵਿੱਚ ਦਈਏ, ਪਹਿਲਾਂ ਵੱਡਿਆਂ ਵੱਲ ਤੇ ਵੇਖ ਲਈਏ ਖੜੇ ਅਸੀਂ ਕਿੱਥੇ ਹਾਂ, ਸਾਨੂੰ ਕੌਣ ਸਮਝਾਏ। ਘਰੇ ਪਾਠੀ ਸਿੰਘ ਆ ਜਾਣ, ਘਰੇ ਪਾਠੀ ਸਿੰਘ ਆ ਜਾਣ, ਪਾਠ ਕਰਦੇ ਆ। ਅਗਲੀ ਗੱਲ ਕਰਦਾ, ਪਾਠ ਕਰਨ ਜਾਓ, ਇਹਦੇ ਕੋਈ ਸ਼ੱਕ ਨਹੀਂ, ਸੇਵਾ ਕਰੋ। ਭਾਈ ਸਾਹਿਬ ਆਏ, ਪਾਠ ਕਰਨ ਆਏ, ਪਾਠ ਸੁਣਾਉਣ ਆਏ, ਸੇਵਾ ਕਰੋ, ਯੋਗ ਸੇਵਾ ਕਰੋ। ਭੁੱਖੇ ਨਹੀਂ ਮਾਰਨੇ ਭਾਈ, ਪਰ ਤੁਸੀਂ ਪਾਠ ਸੁਣੋ ਨਾ, ਪਾਠ ਦੇ ਬਾਬਤ ਕੋਈ ਸਵਾਲ ਨਾ ਕਰੋ, ਕੁਝ ਸਮਝੋ ਨਾ, ਕੁਝ ਸਿੱਖੋ ਨਾ, ਕੋਈ ਤਬਦੀਲੀ ਘਰ 'ਚ ਆਵੇ ਹੀ ਨਾ, ਕੋਈ ਰਤਾ ਪਰ ਫਰਕ ਪਵੇ ਹੀ ਨਾ। ਅਤੇ ਜਦੋਂ ਭਾਈ ਕੋਈ ਰੌਲ ਤੋਂ ਉੱਠੇ, ਦੋ ਘੰਟਿਆਂ ਬਾਅਦ ਜਦੋਂ ਭਾਈ ਉੱਠੇ, ਹੱਥ ਜੋੜ ਕੇ ਕਹੋ, ਭਾਈ ਸਾਹਿਬ ਫੁਲਕਾ ਸਭ ਨਹੀਂ ਜੀ, ਇਹਦੇ ਲੋੜ ਨਹੀਂ, ਨਹੀਂ ਇੱਕ ਛੱਕ ਨਹੀਂ ਜੀ, ਲੋੜ ਨਹੀਂ, ਨਹੀਂ ਨਹੀਂ, ਭਾਵੇਂ ਇੱਕ ਹੀ ਛੱਕ ਲਓ, ਸਬਜ਼ੀ ਬੜੀ ਸਵਾਦ ਬਣਾਈ। ਭਾਈ ਬਹਿ ਜਾਂਦਾ, ਇੱਕ ਫੁਲਕਾ ਰੱਖਿਆ, ਭਾਈ ਜੀ ਨੇ ਇੱਕ ਫੁਲਕਾ ਛੱਕਣ ਦੀ ਸਮਾਪਤੀ ਕਰ ਰਿਹਾ, ਫਿਰ ਆ ਗਿਆ ਇੱਕ ਹੋਰ, ਥੋੜ੍ਹਾ ਜਿਹਾ ਹੀ ਪਤਲਾ ਜਿਹਾ, ਇੱਕ ਲੈ ਲਓ ਤੁਸੀਂ ਭਾਈ, ਮਾਰਨਾ ਹੈ ਜਿੰਨੀ ਉਹਨੂੰ ਲੋੜ ਨੇ ਖਾ ਲਈ, ਉਹ ਸੰਗ ਦਾ ਥੋੜ੍ਹੀ ਹੈ, ਉਹ ਬੱਚਾ ਕੋਈ, ਜੇ ਉਹ ਰੋਟੀ ਕਿਉਂ ਨਾ ਕਰ ਦੇਵੇ, ਚੀਰ ਦੇ ਕੇ ਥੋੜ੍ਹੀ ਜਿਹੀ। ਉਹ ਕਹਿੰਦਾ ਜੀ ਲੋੜ ਨਹੀਂ, ਮੈਂ ਰਾਤ ਨੂੰ ਖਾ ਲਾਂਗਾ, ਮੈਂ ਤੁਹਾਡੇ ਕੋਲ ਰਾਤ ਨੂੰ ਛਕਾਂਗਾ, ਹੁਣ ਨਹੀਂ ਮੈਨੂੰ ਲੋੜ, ਅਜੇ ਭੁੱਖ ਨਹੀਂ ਆ। ਕਈ ਵਾਰੀ ਖਰੀਦ ਦੀ ਵੀ ਮੁਸ਼ਕਲ ਆਪਣੀ ਹੁੰਦੀ, ਅਜੇ ਥੋੜ੍ਹੀ ਥੋੜ੍ਹੀ ਖੀਰ, ਦੋ ਚਮਚੇ। ਉਹ ਕਹਿੰਦਾ ਜੀ ਦੁੱਧ ਲਿਆਵਾਂ, ਜਾਣੇ ਹੁਣ ਹਿੱਲਣ ਨਹੀਂ ਦੇਣਾ, ਜੇ ਦੁੱਧ ਤੋਂ ਮਨਾ ਤਾਂ ਥੋੜ੍ਹੀ ਚਾਹ ਬਣੀ ਪਈ ਹੈ, ਪਾਣੀ ਪੀ ਲਓ ਕਿਤੇ। ਉਹ ਕਹਿੰਦਾ ਵੀ ਨਹੀਂ ਮੈਨੂੰ ਕੁਛ ਲੋੜ ਨਹੀਂ, ਮੈਂ ਰਾਤ ਨੂੰ। ਮਤਲਬ ਅਸੀਂ ਚਾਹੁੰਦੇ ਹਾਂ ਵੀ ਭਾਈ ਰੱਜ ਕੇ ਢਿੱਡ 'ਤੇ ਐਂ ਹੱਥ ਫੇਰੇ ਅਤੇ ਸਾਡੇ ਵਰਕਰਾਂ ਝੋਲੇ 'ਚੋਂ, ਇਹ ਮਤਲਬ ਸਾਡਾ ਬਣਨਾ ਨਹੀਂ ਆ, ਇੱਦਾਂ ਸਾਡਾ ਗੁਜ਼ਾਰਾ ਹੋਣਾ ਨਹੀਂ ਆ। ਬੱਚਾ ਸਕੂਲ ਜਾ ਕੇ ਮਾਸਟਰ ਨੂੰ ਪਰੌਂਠੇ ਖਵਾ ਆਵੇ, ਬੱਚਾ ਸਕੂਲ ਜਾ ਕੇ ਮਾਸਟਰ ਦੇ ਕੁਰਸੀ ਦੀਆਂ ਪਰਿਕਰਮਾ ਕਰਕੇ ਮੁੜ ਆਵੇ, ਉਹਦੇ ਪੈਰੀਂ ਹੱਥ ਚਾਰ ਪੰਜ ਵਾਰੀ ਲਾ ਆਵੇ, ਪਰ ਬਵੇ ਨਾ ਉੱਥੇ, ਉਹਦੀ ਸੁਣੇ ਨਾ, ਹੋਮਵਰਕ ਲਵੇ ਨਾ, ਉਹਦੇ ਕੋਲ ਸਬਕ ਸਿੱਖੇ ਨਾ, ਕੀ ਬੱਚਾ ਪੜ੍ਹ ਲਿਖ ਜਾਏ? ਅਤੇ ਦੁਨਿਆਵੀ ਪੱਖ ਤੋਂ ਅਸੀਂ ਇੰਨੇ ਸਿਆਣੇ ਹੋ ਗਏ, ਅਤੇ ਧਰਮ ਵਾਲੇ ਪਾਸੋਂ ਅਸੀਂ ਇੰਨੇ ਕਮਲੇ ਹੋ ਗਏ, ਅਸੀਂ ਇੱਥੇ ਕੁਝ ਵੀ ਨਾ ਨਾ ਸੁਣਿਆ, ਨਾ ਮੰਨਿਆ, ਨਾ ਟੀਚਰ ਕੋਲ ਵੇਖੇ, ਕੀ ਗੁਰੂ ਸਾਡਾ ਟੀਚਰ ਨਹੀਂ, ਕੀ ਬਹਿਣਾ ਨਹੀਂ ਚਾਹੀਦਾ? ਸਾਰੇ ਭੱਜੇ ਫਿਰਨਗੇ, ਸਾਰੇ ਕਿਤੇ ਸਮਾਗਮ 'ਤੇ ਚਲੇ ਜਾਓ, ਭੱਜੇ ਫਿਰਨਗੇ, ਸਭ ਆਪੋ ਆਪਣੇ ਕੰਮੇ ਲੱਗੇ ਹੋਏ, ਕੋਈ ਨਹੀਂ ਕਿਸੇ ਨੂੰ ਸੁਣਦਾ। ਕਈ ਵਾਰੀ ਤਾਂ ਦੀਵਾਨਾਂ ਦੇ ਅੰਦਰ ਤੁਹਾਡੇ 'ਤੇ ਇੱਥੇ ਸ਼ਾਂਤੀ ਹੈ, ਸ਼ਾਂਤ ਮਾਹੌਲ ਹੈ, ਤੁਸੀਂ ਆਮ ਦੀਵਾਨਾਂ ਵਿੱਚ ਪਿੰਡਾਂ ਥਾਵਾਂ 'ਤੇ ਜਾ ਕੇ ਵੇਖੋ, ਨਿਆਣੇ ਪਕਾਨੇ ਲੈ ਕੇ ਤਗੜ ਤਗੜ ਕਰਦੇ ਭੱਜੇ, ਕੋਈ ਨਹੀਂ ਕਿਸੇ ਨੂੰ ਪੜ੍ਹ ਰਿਹਾ। ਇੱਕ 50 ਰੁਪਈਆਂ ਦੇ ਪਕਾਨੇ ਨੇ, ਲੱਖਾਂ ਰੁਪਈਆਂ ਦੇ ਸਮਾਗਮ ਦੇ ਅੰਦਰ ਜਿੱਥੇ ਉਹਨਾਂ ਨੇ ਟੈਂਟ ਲਾਇਆ, ਸਾਊਂਡ ਲਾਇਆ, ਲਾਈਟਾਂ ਲਾਈਆਂ, ਉਹ 50 ਰੁਪਈਆਂ ਦਾ ਪਕਾਨਾ ਸਭ ਸੱਤਿਆਨਾਸ਼ ਮਾਰਦਾ, ਕੋਈ ਨਹੀਂ ਫੜਦਾ, ਕੋਈ ਨਹੀਂ ਉਹਨੂੰ ਰੋਕਦਾ, ਕੋਈ ਪ੍ਰਬੰਧ ਨਹੀਂ ਸਾਡੇ ਕੋਲ, ਰੌਲਾ ਰੱਪਾ ਪੈ ਰਿਹਾ, ਗੱਲਾਂ ਬਾਤਾਂ ਹੋ ਰਹੀਆਂ। ਮੈਂ ਬੇਨਤੀ ਕਰ ਰਿਹਾ ਵੀ ਵੇਖੋ ਸਾਡਾ ਹਾਲ ਕੀ ਹੈ, ਕੀ ਸਾਨੂੰ
ਇਹ ਧਿਆਨ 'ਚ ਨਹੀਂ ਰੱਖਣਾ ਚਾਹੀਦਾ ਕਿ ਅਸੀਂ ਗੁਰੂ ਕੋਲ ਆਏ, ਗੁਰੂ ਦੀ ਬਾਤ ਸੁਣੀਏ। ਜੇ ਬੱਚਾ ਸਕੂਲੇ ਨਾ ਸੁਣੇ, ਬੱਚਾ ਸਕੂਲ ਵਿੱਚ ਜੋ ਪੜ੍ਹਿਆ ਉਹਨੇ ਜੋ ਸਿੱਖਿਆ ਹੈ, ਜੋ ਅਸੀਂ ਉਮੀਦਾਂ ਰੱਖਦੇ ਹਾਂ ਉਹ ਘਰ ਵਿੱਚ ਦਿਖਾਈ ਨਾ ਦੇਵੇ। ਉਲਾਂਭਾ ਦੇਣ ਜਾਂਦੇ ਹਾਂ ਨਾ ਸਕੂਲ ਨੂੰ, ਇਹ ਘਰ ਆ ਕੇ ਇੱਦਾਂ ਬੋਲਦਾ, ਇਹ ਮੰਮੀ ਦੇ ਆਖੇ ਨਹੀਂ ਲੱਗਦਾ, ਇਹ ਪਾਪਾ ਨੂੰ ਅੱਗੋਂ ਬੋਲਦਾ ਹੈ, ਇਹ ਆਪਣਾ ਬੈਗ ਨਹੀਂ ਸੰਭਾਲਦਾ, ਇਹ ਕਾਪੀਆਂ ਨਹੀਂ ਸੰਭਾਲਦਾ, ਇਹ ਬੂਟ ਆਪਣਾ ਇੱਕ ਉੱਥੇ ਲਾਹ ਦਿੰਦਾ, ਇੱਕ ਉੱਥੇ ਲਾਹ ਦਿੰਦਾ, ਇਹ ਸਮਾਨ ਭੁੱਲ ਜਾਂਦਾ ਸਕੂਲ ਵਿੱਚ, ਇਹ ਬੱਚਿਆਂ ਨਾਲ ਲੜਦਾ ਹੈ। ਕੋਈ ਵੀ ਉਹਦੇ 'ਚ ਔਗਣ ਦੇਖਾਂਗੇ, ਝੱਟ ਸਕੂਲ ਨੂੰ ਉਲਾਂਭਾ ਦਿੰਦੇ। ਤੁਸੀਂ ਕੀ ਸਿਖਾਉਂਦੇ ਹੋ, ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ? ਇੱਥੇ ਅਸੀਂ ਕੈਸੇ ਵਿਦਿਆਰਥੀ ਹਾਂ? ਬਹਿ ਕੇ ਖਲੋ ਕੇ ਚਲੇ ਗਏ। ਔਰ ਜਿੰਨੀ ਦੇਰ ਤੱਕ ਇਹ ਹਾਲਤ ਰੱਖਾਂਗੇ, ਫਿਰ ਮੈਂ ਉੱਥੇ ਆ ਜਾਵਾਂ। ਗੁਰੂ ਰਾਮਦਾਸ ਜੀ ਦੇ ਬੋਲ ਬੜੇ ਪਿਆਰੇ ਨੇ, ਮਹਾਰਾਜ ਕਹਿੰਦੇ, ਜਿਨ ਕੇ ਚਿੱਤ ਕਠੋਰ ਹੈ ਸੇ ਪਹੇ ਨਾ ਸਤਿਗੁਰ ਪਾਸ। ਕੌਣ ਨੀ ਬਹਿੰਦੇ? ਜਿਨ ਕੇ ਚਿੱਤ ਕਠੋਰ ਹੈ। ਕੌਣ ਨੀ ਬਹਿੰਦੇ? ਜਿਨ ਕੇ ਚਿੱਤ ਕਠੋਰ ਹੈ, ਜਿਹੜੇ ਪੱਥਰ ਚੇਤੇ ਆ, ਜਿਹੜੇ ਦਿਲੋਂ ਪੱਥਰ ਹੋ ਗਏ ਆ, ਸੇ ਬਹੇ ਨਾ ਸਤਿਗੁਰ ਪਾਸ, ਸੇ ਬਹੇ ਨਾ ਸਤਿਗੁਰ ਪਾਸ, ਇਹ ਨੀ ਬਹਿੰਦੇ। ਹੁਣ ਇਸ ਮੁਖਵਾਕ ਨੂੰ ਲਾ ਕੇ ਦੇਖੋ ਆਪਣੀ ਜ਼ਿੰਦਗੀ 'ਚ, ਕਦੋਂ ਕਦੋਂ ਭੱਜੇ ਆ ਬਲਾ, ਕਦੋਂ ਕਦੋਂ ਸਤਿਗੁਰੂ ਕੋਲੋਂ ਉੱਠੇ ਆ, ਕਦੋਂ ਕਦੋਂ ਸਤਿਗੁਰੂ ਕੋਲੋਂ ਬਹਿਣ ਤੋਂ ਕਿਨਾਰਾ ਕਰ ਗਏ ਆ, ਤੇ ਚਿੱਤ ਕਠੋਰ ਨਹੀਂ, ਪੱਥਰ ਦਿਲ ਨਹੀਂ ਹੋ ਗਏ? ਪੱਥਰ ਦੇ ਵੀ ਕੀ ਆ, ਤਾਈਓ ਤੇ ਮੁੰਡੇ ਦੇ ਵਿਆਹ ਵੇਲੇ ਸੌਦਾ ਕਰਦੇ ਹਾਂ, ਇੰਨਾ ਫੜਿਆ ਬਾਹਰੋਂ ਆਇਆ, ਇੰਨੀ ਸਾਡੇ ਕੋਲ ਪ੍ਰੋਪਰਟੀ, ਦੋ ਕੋਠੀਆਂ, ਦੱਸੋ ਤੁਸੀਂ ਕੀ ਦਿਓਗੇ? ਲੱਗਦਾ ਨਾ ਸੌਦਾ। ਮਾਂ ਮੁੰਡੇ ਦੇ ਵਿਆਹ ਤੋਂ 2 ਮਹੀਨੇ ਪਹਿਲਾਂ ਗੁੱਟ ਨੂੰ ਸਾਬਣ ਲਾ ਲਾ ਕੇ ਲਿਸ਼ਕਾਉਣਾ ਸ਼ੁਰੂ ਕਰਦੀ ਆ, ਕਿਉਂਕਿ ਵਿਚੋਲੇ ਨੂੰ ਸੁਨੇਹਾ ਦੇ ਕੇ ਤੋਰ ਦਿੱਤਾ ਸੀ ਉਹਨੇ, ਵੀ ਚੂੜੀਆਂ ਤੇ ਵੱਡਿਆਂ ਨੇ ਵੀ ਪਾਈਆਂ ਸੀ, ਵੱਡੇ ਦੇ ਸਹੁਰਿਆਂ ਨੇ ਵੀ ਪਾਈਆਂ ਸੀ। ਹੁੰਦਾ ਨਾ ਕੁਛ, ਦੋਗਲੀਆਂ ਦਿੱਤੀਆਂ ਘਰਾਂ 'ਚ ਬੜੀਆਂ ਨਾ। ਮਾਂ ਮੇਰੀ ਧੀ ਨੂੰ ਫੋਨ ਕਰਦੀ ਆ, ਹਾਲ ਚਾਲ ਪੁੱਛਦੀ ਆ, ਪੁੱਤ ਕੀ ਕਰਦੀ ਆ? ਕੁਛ ਨਹੀਂ ਮਾਂ ਜੀ, ਭਾਂਡੇ ਮਾਂਜਣ ਦੇ ਸਨ, ਕੱਪੜੇ ਧੋਂਦੀ ਸਨ, ਸਫਾਈ ਕਰਦੀ ਸਨ। ਹਾਏ ਹਾਏ, ਜਦੋਂ ਫੋਨ ਕਰਦੀ ਆ ਤੂੰ ਕੰਮ 'ਚ ਹੀ ਲੱਗੀ ਹੁੰਦੀ ਆ, ਜਦੋਂ ਵੇਖ ਕੰਮ ਹੀ ਕੰਮ, ਕੰਮ ਹੀ ਕੰਮ, ਕਿਤੇ ਬਹਿ ਜਿਆ ਕਰ, ਤੂੰ ਵੀ ਆਰਾਮ ਕਰ ਲਿਆ ਕਰ, ਤੇਰੇ ਕੋਲ ਬਹਿਣ ਨੂੰ ਥਾਂ ਨਹੀਂ, ਤੂੰ ਤੇਰੇ ਕਰਮਾਂ 'ਚ ਟਿਕਾ ਨਹੀਂ, ਧੀਏ ਬਹਿ ਲਿਆ ਕਰ, ਘੜੀ ਆਰਾਮ ਕਰ ਲਿਆ ਕਰ, ਤੇਰੀ ਸੱਸ ਨਹੀਂ ਤੇਰੇ 'ਤੇ ਤਰਸ ਕਰਦੀ? ਨਹੀਂ ਮੰਮੀ, ਕੰਮ ਹੀ ਬੜਾ ਆ, ਬੈਠਾ ਨਹੀਂ ਜਾਂਦਾ, ਸਾਰਾ ਦਿਨ ਚੱਲ ਸੋ ਚੱਲ, ਇੱਕ ਨਿਬੜਦਾ ਦੂਜਾ, ਦੂਜਾ ਨਿਬੜਦਾ ਤੀਜਾ, ਚੱਲ ਸੋ ਚੱਲ। ਛੱਡ ਪੁੱਤ, ਕੰਮ ਮੁੱਕਦੇ ਹੈ, ਬੰਦਾ ਮੁੱਕ ਜਾਂਦਾ ਹੈ, ਕੰਮ ਨਹੀਂ ਮੁੱਕਦੇ, ਕੰਮ ਤੇ ਉਦਣ ਮੁੱਕਦੇ ਜਿੱਦਣ ਬੰਦਾ ਮੁੱਕ ਜਾਏ। ਛੱਡ ਤੂੰ ਕੋਈ ਨਹੀਂ ਗਾ, ਰਹਿੰਦੇ ਰਹਿ ਜਾਣ ਖਸਮਾਂ ਨੂੰ ਖਾਣ, ਤੂੰ ਬਹਿ ਜਿਆ ਕਰ, ਘੜੀ
ਕਰਦੀਆਂ ਨਾ ਮਾਂ ਦਾ ਧੀ ਨਾਲ ਪਿਆਰ, ਔਲਾਦ ਨਾਲ ਮਾਪਿਆਂ ਦਾ ਪਿਆਰ ਹੁੰਦਾ, ਚਾਹੁੰਦੇ ਨੇ ਮਾਪੇ ਆਪਣੇ ਘਰ ਵਿੱਚ ਨੂੰਹ ਕਦੀ ਪੱਖੇ ਥੱਲੇ ਬੈਠੀ ਮਿਲ ਜਾਏ, ਹਾਏ ਹਾਏ ਜਦੋਂ ਵੇਖ ਮੰਜੇ 'ਤੇ ਚੜ੍ਹੀ, ਹਾਏ ਹਾਏ ਭਾਂਡੇ ਪਏ ਆ, ਹਾਏ ਹਾਏ ਕੱਪੜਿਆਂ ਦਾ ਢੇਰ ਲੱਗਾ, ਇਹ ਸੁੱਤੀ ਰਹਿੰਦੀ ਆ, ਇਹ ਜਦੋਂ ਵੇਖ ਚਾਹ ਪੀ ਜਾ। ਧੀ ਨੂੰ ਤੂੰ ਇੱਦਾਂ ਕਹਿੰਦੀ ਹੈ ਅਤੇ ਨੂੰਹ ਨੂੰ ਇੱਦਾਂ ਇਸ ਬਾਰੇ ਇੱਦਾਂ ਕਿਉਂ ਨਹੀਂ ਕਹਿੰਦੀ? ਨੂੰਹ ਬਾਰੇ ਵੀ ਤਾਂ ਸੋਚ ਲੈ, ਨਹੀਂ ਧੋਂਦੀ ਕੱਪੜੇ ਕੱਲ੍ਹ ਨੂੰ ਧੋ ਲੂ, ਉਹਨੇ ਹੀ ਧੋਣੇ ਆ, ਤੈਨੂੰ ਕੀ ਉਹਦਾ ਘਰ ਹੈ। ਜਿੱਦਣ ਤੂੰ ਲਿਆਂਦੀ ਉੱਦਣ ਤੂੰ ਪਾਣੀ ਵਾਰਦੀ ਨਹੀਂ ਸੀ ਥੱਕਦੀ, ਉੱਦਣ ਕਹਿੰਦੀ ਸਾਂ ਉੱਥੇ ਕੁੜਮਣੀਆਂ ਨੂੰ, ਫਿਕਰ ਨਾ ਕਰਿਓ ਤੁਹਾਡੀ ਧੀ ਨਹੀਂ ਇਹ ਸਾਡੀ ਵੀ ਧੀ ਹੈ। ਅਤੇ ਹੁਣ ਕੀ ਹੋਇਆ, ਹੁਣ ਮੂੰਹ ਕਿਉਂ ਫਿਰ ਗਿਆ? ਵਾਪਰ ਰਿਹਾ ਨਾ ਸਾਡੇ, ਅਸੀਂ ਕਈ ਵਾਰ ਇੱਕ ਪਾਸੜ ਬਾਤ ਕਰਦੇ ਹਾਂ ਕਿ ਬਜ਼ੁਰਗਾਂ ਦਾ ਪੁੱਤਰ ਧੀਆਂ ਸਤਿਕਾਰ ਨਹੀਂ ਕਰਦੇ, ਦੂਜੇ ਪਾਸੇ ਧਿਆਨ ਮਾਰੋਗੇ ਤੇ ਮੈਂ ਇਹ ਵੀ ਕਹਿਣ ਨੂੰ ਤਿਆਰ ਹਾਂ ਬਜ਼ੁਰਗਾਂ ਨੂੰ ਸਤਿਕਾਰ ਕਰਾਉਣ ਦੇ ਯੋਗ ਵੀ ਬਣਨਾ ਚਾਹੀਦਾ। ਪੁੱਤਰ ਧੀਆਂ ਵੀ ਸਤਿਕਾਰ ਕਰਨ, ਉਹਨਾਂ ਦਾ ਫਰਜ਼ ਹੈ, ਡਿਊਟੀ ਹੈ, ਉਹ ਤੋਂ ਕੁਤਾਹੀ ਨਾ ਕਰਨ, ਪਰ ਬਜ਼ੁਰਗ ਵੀ ਆਪਣੀ ਬਜ਼ੁਰਗੀ ਨੂੰ ਇੰਨਾ ਉੱਚਾ ਸੁੱਚਾ ਰੱਖਣ ਤਾਂ ਕਿ ਬੱਚੇ ਉਹਨਾਂ ਦਾ ਸਤਿਕਾਰ ਆਪੇ ਕਰਨ, ਉਹਨਾਂ ਨੂੰ ਸਤਿਕਾਰ ਕਰਾਉਣ ਦੇ ਯੋਗ ਬਣਨਾ ਚਾਹੀਦਾ। ਇਸ ਵੇਲੇ ਸਾਡੇ ਘਰਾਂ ਦਾ ਮਾਹੌਲ ਇੱਦਾਂ ਨਹੀਂ ਹੈ, ਹਰ ਵਕਤ ਕਿਤੇ ਨਾ ਕਿਤੇ ਅਸੀਂ ਕਿਸੇ ਨਾ ਕਿਸੇ ਕਾਰਨ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਤੋਂ ਖੁੱਝੇ ਹਾਂ, ਇਹ ਤਾਂ ਮਾਹੌਲ ਬਣਿਆ। ਧੀ ਨੂੰ ਫੋਨ ਕਰਦੀ ਕਹਿੰਦੀ ਆਉਣਾ ਨਹੀਂ, ਮਿਲ ਜਾ ਭਤੀਜੇ ਯਾਦ ਕਰਦੇ, ਤੇਰਾ ਭਰਾ ਆਉਂਦਾ ਸੀ ਕਿੰਨਾ ਚਿਰ ਹੋ ਗਿਆ ਛੋਟੀ ਆਈ ਨਹੀਂ, ਉਹ ਕਹਿੰਦਾ ਸੀ ਕਿਸੇ ਦਿਨ ਆ ਕੇ ਮਿਲ ਹੀ ਜਾ, ਸਵੇਰੇ ਆਈ ਸ਼ਾਮੀ ਚਲੇ ਜਾਏ, ਮਿਲਦੀ ਨਹੀਂ ਛੁੱਟੀ, ਆ ਜਾ ਪੁੱਤ ਮਿਲ ਜਾ ਕਿਸੇ ਨਾਲ, ਉਹਨੂੰ ਧੀ ਨੂੰ ਇੱਦਾਂ ਕਹਿੰਦੀ ਹੈ। ਜਦੋਂ ਨੂੰਹ ਘਰੇ ਕਹਿੰਦੀ ਬੀਬੀ ਮੈਂ ਮੰਮੀ ਨੂੰ ਮਿਲਣਾ ਵਾ, ਲੈ ਮਹੀਨਾ ਹੋਇਆ ਉਦੋਂ ਗਈ ਸੀਗੀ, ਹੁਣ ਕੀ ਹੋ ਗਿਆ ਉੱਥੇ ਹੁੰਦਾ ਨਾ, ਜਾਂ ਤਾਂ ਦੋਵੇਂ ਪਾਸੇ ਇੱਕੋ ਜਿਹਾ ਰੱਖੀਏ ਵੀ ਪੁੱਤ ਠੀਕ ਹੈ ਤੇਰੀ ਮਾਂ ਇਹੋ ਹੀ ਹੈ ਜੋ ਕਹਿੰਦੀ ਤੈਨੂੰ ਬਰਦਾਸ਼ਤ ਕਰਨਾ ਪੈਣਾ, ਕੋਈ ਗੱਲ ਨਹੀਂ, ਕੋਈ ਕੌੜਾ ਬੋਲਦੀ ਤੱਤਾ ਬੋਲਦੀ ਵੱਧ ਘੱਟ ਬੋਲਦੀ ਕੋਈ ਗੱਲ ਨਹੀਂ, ਮੈਂ ਵੀ ਤੇਰੀ ਮਾਂ ਤੈਨੂੰ ਝਿੜਕਦੀ ਰਹੀ ਹਾਂ, ਕੋਈ ਗੱਲ ਨਹੀਂ ਮਾਵਾਂ ਝਿੜਕਦੀਆਂ, ਕੋਈ ਗੱਲ ਨਹੀਂ ਬਰਦਾਸ਼ਤ ਕਰ ਇਹ ਤੇਰਾ ਘਰ ਹੈ, ਜਾਂ ਤਾਂ ਫਿਰ ਉੱਧਰ ਵੀ ਇੱਦਾਂ ਕਰ, ਧੀ ਵੱਲ ਹੋਰ ਅਤੇ ਨੂੰਹ ਵੱਲ ਹੋਰ। ਇਹ ਸਾਡੇ ਘਰਾਂ ਦਾ ਮਾਹੌਲ ਵਿਗੜਿਆ ਹੈ, ਇਹਨੂੰ ਸਵਾਰਨਾ ਚਾਹੁੰਦੇ ਹਾਂ ਗੁਰੂ ਕੋਲ ਬਹਿਣਾ ਪਿਆ, ਇਹਦਾ ਇੱਕੋ ਹੀ ਹੱਲ ਹੈ, ਬਿਸਰ ਗਈ ਸਭ ਤਾਤ ਪਰਾਈ ਜਦ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ। ਅਸੀਂ ਤੇ ਘਰਾਂ 'ਚ ਹੀ ਬੈਰੀ ਇੱਕ ਦੂਜੇ ਦੇ ਬਣ ਕੇ ਬਹਿ ਗਏ ਹਾਂ, ਅਸੀਂ ਤੇ ਖਿਸਕਦੇ ਖਿਸਕਦੇ ਇੱਥੇ ਤੱਕ ਆ ਗਏ ਹਾਂ ਗੁਰੂ ਪਿਆਰਿਓ, ਕਦੀ ਤੇ ਅਸੀਂ ਗੁਰੂ ਕੀ ਹਜ਼ੂਰੀ 'ਚ ਬਹਿ ਕੇ ਮਾਣ ਮਹਿਸੂਸ ਕਰਦੇ ਹਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਇੰਦਵਾਲ ਰਹਿੰਦੇ ਨੇ, ਦੇਸ਼ ਦਾ ਬਾਦਸ਼ਾਹ ਅਕਬਰ ਇੰਨਾ ਪ੍ਰਭਾਵਿਤ ਹੋਇਆ ਗੁਰੂ ਕਿਆਂ ਤੋਂ, ਲਾਹੌਰ ਤੋਂ ਚੱਲਦਾ ਹੋਇਆ ਉਹ ਗੋਇੰਦਵਾਲ ਪੰਗਤ ਵਿੱਚ ਬਹਿ ਕੇ ਗੁਰੂ ਕੀਆਂ ਸੰਗਤਾਂ ਦੇ ਨਾਲ ਲੰਗਰ ਛਕ ਰਿਹਾ, ਸੁਣਦੇ ਹਾਂ ਕਿ ਅਤੇ ਸਾਨੂੰ ਕੀ ਹੋ ਗਿਆ ਦੋ ਭਰਾ ਇਕੱਠੇ ਬਹਿ ਕੇ ਰੋਟੀ ਨਹੀਂ ਖਾਂਦੇ, ਸਾਨੂੰ ਕੀ ਹੋ ਗਿਆ ਪਿਓ ਪੁੱਤ ਦੋਵੇਂ ਇਕੱਠੇ ਬਹਿ ਕੇ ਪਾਣੀ ਨਹੀਂ ਪੀਂਦੇ। ਅਕਬਰ ਦੇ ਦੇਸ਼ ਦਾ ਬਾਦਸ਼ਾਹ
ਕਿਸੇ ਵੀ ਕਾਰਨ ਗੁਰੂ ਘਰ ਦੇ ਲੰਗਰ ਜਾ ਕੇ ਉਹ ਪ੍ਰਸ਼ਾਦਾ ਛੱਡਦਾ ਮਾਣ ਮਹਿਸੂਸ ਕਰਦੇ ਹਾਂ, ਪਰ ਸਾਨੂੰ ਕੀ ਹੋ ਗਿਆ ਗੁਰੂ ਘਰ ਵਿੱਚ ਬੈਠਿਆਂ ਬੈਠਿਆਂ ਨੂੰ ਅਸੀਂ ਪਿਓ ਦਾ ਮੂੰਹ ਕਿਤੇ ਤੇ ਉੱਥ ਤੱਕ ਕਿਤੇ ਕੀ ਬਿਮਾਰੀ ਪਈ ਤੇ ਇਹਦਾ ਇਲਾਜ ਸਾਧਾਂ ਦੇ ਡੇਰਿਆਂ 'ਚ ਨਹੀਂ ਹੈ, ਇਹਦਾ ਇਲਾਜ ਸਵਾਹ ਦੀਆਂ ਕੁੜੀਆਂ ਨਹੀਂ, ਧਾਗਿਆਂ 'ਤੇ ਬੰਨੇ ਡੌਲਿਆਂ 'ਤੇ ਬੰਨੇ ਧਾਗੇ ਇਹਦਾ ਇਲਾਜ ਨਹੀਂ ਹੈ, ਨਹੀਂ ਹੈ। ਬੰਦੇ ਦਾ ਸਿਰ ਦੁਖਦਾ ਹੋਵੇ ਤੇ ਚੁਰਸਤੇ 'ਚ ਜਾ ਕੇ ਪਾਣੀ ਡੋਲੇ, ਕੋਈ ਇਲਾਜ ਹੈ ਦੱਸੋ? ਇੱਕ ਬੱਚੇ ਦੇ ਗਲ 'ਚ ਕੈਪਸੂਲ ਜਿਹਾ ਪਾਇਆ, ਉਹਨੂੰ ਪੁੱਛਿਆ ਪੁੱਤ ਇਹ ਕੀ ਹੈ? ਕਹਿੰਦਾ 1100 ਦਾ ਲਿਆਂਦਾ ਮੇਰੀ ਮੰਮੀ ਨੇ ਗਲ 'ਚ ਪਾਇਆ, ਮੈਨੂੰ ਪੜ੍ਹਾਈ ਨਹੀਂ ਸੀ ਆਉਂਦੀ। ਦੱਸੋ ਯੂਨੀਵਰਸਿਟੀ ਗਲ 'ਚ ਬੱਧੀ ਹੈ। ਉਹ ਕੈਪਸੂਲ ਬੰਦ, ਜਾਂ ਤਾਂ ਉਹਨੂੰ ਖੋਲ ਕੇ ਉਹਦੇ ਨੂੰ ਪੜ੍ਹਿਆ ਕਰ, ਤੈਨੂੰ ਕੋਈ ਅਕਲ ਆਵੇ, ਤੈਨੂੰ ਕੋਈ ਅੱਖਰ ਆਉਣ, ਉਡਾੜਾ ਲਿਖਿਆ ਪੜ੍ਹ ਉਹਦੇ 'ਚ ਲਿਖਿਆ, ਤੇ ਉਹਦੇ 'ਚ ਕੁਛ ਵੀ ਨਹੀਂ। ਉਹਨੂੰ ਬੰਦ ਕੀਤਾ ਘੁੱਟ ਕੇ, ਨਾ ਕਦੀ ਖੋਲਿਆ ਨਾ ਕਦੀ ਵੇਖਿਆ, ਗਲ 'ਚ ਪਾਇਆ, ਅਖੇ ਪੜ੍ਹਾਈ ਨਹੀਂ ਸੀ ਆਉਂਦੀ। ਆ ਪਿਛਲੇ ਦਿਨੀ ਇੱਕ ਮਹੀਨਾ ਹੋਇਆ ਸਾਡੇ ਕੋਲ ਨਵਾਂ ਬੈਚ ਕਾਲਜ ਵਿੱਚ ਭਰਤੀ ਹੋਇਆ ਪ੍ਰਚਾਰਕਾਂ ਦਾ, ਉਹਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਮੇਰੇ ਖਿਆਲ 16-17 ਸਾਲ ਦਾ ਹੋਏਗਾ, ਉਹ ਭਰਤੀ ਹੋਇਆ, ਏਡਾ ਹੀ ਮੋਟਾ ਕੜਾ ਉਹਦੇ ਕੋਲ ਗੁੱਟ 'ਤੇ ਪਾਇਆ ਹੋਇਆ। ਇਹ ਕੜਾ 70 ਰੁਪਏ ਦਾ, 75 ਦਾ, 80 ਦਾ, ਇੰਨੇ ਕੁ ਕੀਮਤ ਦਾ ਹੋਇਆ। ਉਹ ਜਦੋਂ ਹਫ਼ਤਾ ਕੁ ਲਾਉਂਦਾ ਅਤੇ ਹਫ਼ਤੇ ਕੁ ਬਾਅਦ ਉਹ ਆਪੇ ਕਹਿੰਦਾ, ਕਹਿੰਦਾ ਆਹ ਕੜਾ 2000 ਦਾ ਆ, 2000 ਦਾ ਕੜਾ, ਇਹਦੇ 'ਚ ਕੀ ਪਿਆ? ਆਹ ਕੜਾ ਸਾਡਾ 70 ਦਾ, ਤੇਰਾ 2000 ਦਾ, ਤੂੰ ਇਹਨੂੰ ਕੀ ਲਵਾਇਆ? ਕਹਿੰਦਾ ਮਾਤਾ ਕੋਲ ਕਰਾ ਕੇ ਜਾਂਦਾ। ਮੈਂ ਉਹਨੂੰ ਸੱਦ ਕੇ ਪੁੱਛਿਆ, ਮੈਂ ਕਿਹਾ ਪੁੱਤ ਇਹ ਮਾਤਾ ਕੋਲੋਂ ਕਰਾਇਆ, ਇਹ ਮਾਤਾ ਨੇ ਕੀ ਕਰਕੇ ਦਿੱਤਾ, ਤੈਨੂੰ ਕੀ ਹੁੰਦਾ ਸੀ? ਕਹਿੰਦਾ ਜੀ ਮੈਨੂੰ ਰਾਤ ਨੂੰ ਡਰ ਬੜਾ ਲੱਗਦਾ ਸੀਗਾ। ਮੈਂ ਕਿਹਾ ਲੈ ਮਾਤਾ ਨੇ ਤੈਨੂੰ ਤੋਪਖਾਨਾ ਦੇ ਦਿੱਤਾ ਹੈ ਨਾ, ਇਹ ਕੜਾ ਗੁਰੂ ਦਾ ਕਰਤਾਰ ਸੀ ਤੇ ਉਹ ਮਾਤਾ ਪਤਾ ਨਹੀਂ ਕਿੱਥੇ ਬੈਠੀ, ਕਿਹੜੇ ਕਿਹੜੇ ਉਹ ਝਮੇਲੇ ਛੇੜ ਕੇ ਬੈਠੀ ਹੈ, ਉਹ ਮਾਤਾ ਕੱਢੀ ਲਾਉਂਦੀ ਲਾਉਂਦੀ 2000 ਦਾ ਕੜਾ ਹੀ ਕਰਕੇ ਦੇ ਦਈ। ਠੀਕ ਹੈ, ਉਹਨੇ ਲਾਹ ਦਿੱਤਾ, ਵੱਖਰੀ ਬਾਤ ਹੈ, ਉਹਨੂੰ ਸਮਝਾਇਆ 2000 ਦਾ ਕੜਾ ਪਾ ਕੇ ਬੈਠਾ। ਦੱਸੋ ਕੋ ਹੈ ਹਾਲ, ਹੋਰ ਦੱਸੋ। ਉਹ ਗੁਰਦੁਆਰੇ ਦਾ ਸੇਵਾਦਾਰ ਦਾ ਬੱਚਾ ਸੀ, ਸੇਵਾਦਾਰ ਗੁਰਦੁਆਰੇ 'ਚ ਰਹਿੰਦੇ ਆ ਤੇ ਬੱਚੇ ਨੂੰ ਡਰ ਆਉਂਦਾ, ਡਰਾਇਆ ਕਿੰਨੇ ਹੈ, ਨਿੱਕਾ ਜਿਹਾ ਨਿਆਣਾ ਤੁਸੀਂ ਵੇਖੋ, ਉਹ ਜੇ ਮਾੜੀ ਜਿਹੀ ਸ਼ਰਾਬ ਹਨੇਰੇ ਦੇ ਵਿੱਚ ਨਾ, ਮਾਵਾਂ ਨੂੰ ਬਿੱਲੀ ਆ ਗਈ, ਮਾਊ ਆ ਗਿਆ, ਤੁਸੀਂ ਉਹਨੂੰ ਆਪੇ ਹੀ ਉਹਦੇ ਬੀਜ ਬੀਜ ਰਹੇ ਹੋ ਤੇ ਉਹਨਾਂ ਨੇ ਡਰਨਾ ਹੀ ਮੁੜ ਕੇ ਮਾਤਾ ਕੋਲ ਨਹੀਂ ਫਿਰਦੇ, ਕੜੇ 2000 ਦੇ ਲਿਆ ਕੇ ਉਹਨੂੰ ਰੱਖਾਂ ਪਾ ਰਹੇ ਆ। ਜੇ ਉਹ ਦਿਨੇ ਸ਼ਰਾਬ ਕਰਦਾ ਹਟ ਜਾ, ਉਹ ਬਾਬਾ ਤੇ ਆਉਂਦਾ ਮੈਂ ਫੜਾ ਦੇਣਾ। ਉਹ ਜਦੋਂ ਹੁਣ ਬਾਬੇ ਵਾਲੀ ਕਹਾਣੀ ਉਹਨੂੰ ਸੁਣਾਤੀ, ਨਿੱਕੇ ਹੁੰਦੇ ਉਹਦੇ ਖੂਨ 'ਚ ਪਾਤੀ ਆ, ਜਦੋਂ ਉਹਨੂੰ ਕਹਿੰਦੀ ਆ ਗੁਰਦੁਆਰੇ ਜਾ ਕੇ ਮੱਥਾ ਟੇਕ ਗਿਆ, ਉਹ ਕਹਿੰਦਾ ਗੁਰਦੁਆਰੇ ਵੀ ਤੇ ਬਾਬਾ ਹੀ ਕਹਿੰਦਾ, ਕਿਤੇ ਫੜ ਨਾ ਲਵੇ, ਡਰਾਇਆ ਕਿੰਨੇ। ਜੇ ਉਹ ਸਕੂਲ ਨੂੰ ਜਾਂਦਾ ਸ਼ਮਸ਼ਾਨ ਘਾਟ ਆਉਂਦੀ ਨਾ ਲੰਘੀ, ਐਵੇਂ 12 ਤਰਿਆ ਫਿਰ ਕੌਣ ਡਰਾ ਰਿਹਾ ਉਹਨੂੰ? ਅਸੀਂ ਸਾਰਾ ਕੁਝ ਆਪੇ ਹੀ ਕਰਦੇ ਹਾਂ ਤੇ ਆਪੇ ਹੀ ਉਹ ਸਾਰਾ ਕੁਝ ਕਰਕੇ ਮੁੜ ਕੇ ਮੁਸੀਬਤਾਂ ਜਦੋਂ ਸਾਹਮਣੇ ਖਲੋਤੀਆਂ ਫਿਰ ਉਹਦੇ ਹੱਲ ਅਸੀਂ ਆਲੇ ਦੁਆਲੇ ਤੋਂ ਲੈਂਦੇ ਹਾਂ। ਆਓ ਮੁੜ ਆਈਏ, ਗੁਰੂ ਸਾਡਾ ਬੜਾ ਸਮਰੱਥ ਹੈ। ਗੁਰੂ ਸਾਹਿਬਾਨ ਨੇ ਲੰਬਾ ਸਮਾਂ ਲਾ ਕੇ
ਇਹ ਜਿਹੜਾ ਸਾਨੂੰ ਰਾਹ ਵਿਖਾਇਆ ਤੇ ਅਖੀਰਲੇ ਵੇਲੇ ਸਾਨੂੰ ਇਹ ਹੀ ਬੋਲ ਕਹਿ ਸਨ ਆਗਿਆ ਪਈ ਤਵੀ ਚਲਾਇਓ। ਜੇ ਬੰਦਿਆਂ ਦੀ ਗੱਲ ਸੀ ਨਾ ਵਿਚੋਲਿਆਂ ਦੀ, ਤੇ ਮਹਾਰਾਜ ਕੋਲ ਬੜੇ ਬੜੇ ਸਮਰੱਥ ਉਸ ਵਕਤ ਗੁਰਸਿੱਖ ਸਨ ਜਿਨ੍ਹਾਂ ਦੇ ਲੜ ਮਹਾਰਾਜ ਲਾ ਸਕਦੇ ਸੀ, ਮਹਾਰਾਜ ਕਹਿ ਸਕਦੇ ਸੀ ਇਹਨਾਂ ਦੀ ਪੂਜਾ ਕਰਿਓ, ਇਹਦੇ ਗੋਡੀਆਂ ਹੱਥ ਲਾਇਓ, ਇਹਨੂੰ ਪੁੱਛ ਲਿਓ, ਕਹਿ ਸਕਦੇ ਸੀ ਕਿ ਘਾਟ ਸੀ ਮਹਾਰਾਜ ਕੋਲ ਬੰਦਿਆਂ ਦੀ। ਜੇ ਬੰਦਿਆਂ ਦੀ ਪੂਜਾ ਕਰਾਉਣੀ ਹੁੰਦੀ ਤੇ ਮਹਾਰਾਜ ਸਾਨੂੰ ਕੋਈ ਨਾ ਕੋਈ ਰਾਹ ਉਹਦੇ ਵਿੱਚ ਵਿਖਾ ਜਾਂਦੇ। ਇਹ ਝੂਠ ਬੋਲਿਆ ਗਿਆ ਸਾਡੀ ਸੰਪਰਦਾ, ਗੁਰੂ ਗੋਬਿੰਦ ਸਿੰਘ ਦੇ ਵਰ ਨਾਲ ਚੱਲੀ, ਕੋਈ ਕਹਿੰਦਾ ਸਾਡੀ ਚੱਲੀ, ਕੋਈ ਕਹਿੰਦਾ ਸਾਡੀ ਚੱਲੀ, ਬਥੇਰੇ ਪੁੱਛਾਂ ਜੋੜਨ ਵਾਲੇ ਬੈਠੇ ਆ। ਮਹਾਰਾਜ ਨੇ ਪੰਥ ਬਣਾਇਆ ਸੀ, ਡੇਰੇ ਨਹੀਂ ਬਣਾਏ। ਆ ਰੋਜ਼ ਪੜ੍ਹੀ ਜਾਂਦੇ ਹਾਂ, ਆਗਿਆ ਪਈ ਅਕਾਲ ਕੀ ਤਵੀ ਚਲਾਇਓ। ਏਜੰਟੀ ਡੇਰਿਆਂ ਦੀ ਕਿਉਂ ਕਰਦੇ? ਗੁਣ ਬਾਬਿਆਂ ਦੇ ਗਾਈ ਜਾਂਦੇ, ਬਾਬਾ ਜੀ ਭਜਨ ਕਰਿਆ ਕਰਦੇ, ਬਾਬਾ ਜੀ ਭਜਨ ਕਰਦੇ, ਬਾਕੀ ਸਾਰੀ ਦੁਨੀਆਂ ਗੂੰਗੀ ਹੈ। ਗੁਰੂ ਨਾਨਕ ਨੇ ਕੋਈ ਭਜਨ ਨਹੀਂ ਕੀਤਾ। ਪਤਾ ਨਹੀਂ ਕਿਉਂ ਅਸੀਂ ਪੁਰਾਏ ਪੈ ਗਏ, ਕਿੱਦਾਂ ਪੈ ਗਏ, ਕਿੱਦਾਂ ਅਸੀਂ ਵੇਸਲੇ ਹੋ ਗਏ। ਗੁਰਦੁਆਰਿਆਂ ਦੇ ਬਰਾਬਰ ਕਬਰਾਂ ਉਸਰ ਗਈਆਂ, ਖੰਡੇ ਕੀ ਪੌਲ ਗੁਰੂ ਕੇ ਅੰਮ੍ਰਿਤ ਦੇ ਬਰਾਬਰ ਤੇ ਠੇਕਿਆਂ ਦਾ ਜੰਜਾਲ ਵਿਸ ਗਿਆ। ਕਕਾਰਾਂ ਦੀ ਜਗ੍ਹਾ ਤੇ ਧਾਗਿਆਂ ਤਵੀਤਾਂ ਨੇ ਸਾਡੇ ਆਲੇ ਦੁਆਲੇ ਝੁੰਮਟ ਪਾ ਲਿਆ, ਅਸੀਂ ਖੜ ਕਿੱਥੇ ਗਏ? ਆਗਿਆ ਪਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ। ਫਿਰ ਪੜਿਓ, ਗੁਰੂ ਮਾਨਿਓ ਮਾਨਿਓ ਕੇ ਪੁੱਜਿਓ, ਫਿਰ ਮੰਨਿਓ ਦਾ ਅਰਥ ਹੈ ਮੰਨਿਓ। ਅਸੀਂ ਤੇ ਪੂਜਾ ਦੇ ਜ਼ੋਰ ਦਿੱਤਾ ਹੋਇਆ, ਅਸੀਂ ਪੂਜੀ ਜਾ ਰਹੇ, ਮੰਨਣ ਤੇ ਲੱਗੇ ਹੀ ਨਹੀਂ ਗੇ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ, ਜੇ ਮੰਨਣਾ ਹੈ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ, ਵੀਰਵਾਰ ਹੱਥ ਤੇ ਸ਼ੀਸ਼ੀ ਰੱਖ ਕੇ ਕਬਰ ਤੇ ਨਹੀਂ ਜਾਣਾ। ਫਿਰ 100 ਦਾ ਨੋਟ ਏਦਾਂ ਘੁੱਟ ਕੇ ਕਿਸੇ ਬਾਬੇ ਦੇ ਪੈਰਾਂ ਤੇ ਮੱਥਾ ਟੇਕਣ ਨਹੀਂ ਜਾਣਾ। ਕਿੰਨੇ ਕੁ ਮੰਨਣੇ ਆ ਗੁਰਦੁਆਰੇ ਆਏ, ਗੁਰੂ ਮਾਨਿਓ ਗ੍ਰੰਥ। ਰੁਕਿਓ ਰੁਕਿਓ ਰੁਕਿਓ, ਕਿੱਧਰ ਚੱਲੇ? ਬਾਬਾ ਜੀ ਨੂੰ ਮੰਨਦੇ ਉੱਥੇ ਡੇਰੇ ਚੱਲੇ ਦਰਸ਼ਨ ਕਰਨ, ਤੁਸੀਂ ਗੁਰਦੁਆਰੇ ਦਰਸ਼ਨ ਕਰਨ ਦੀ ਗੱਲ ਕਰਦੇ ਹੋ, ਉੱਧਰ ਵੀ ਦਰਸ਼ਨ ਕਰ, ਕਿੰਨੇ ਕੁ ਦਰਸ਼ਨ ਕਰਦੇ ਹੋ? ਵੀਰਵਾਰ ਉਹ ਸ਼ੀਸ਼ੀ ਲੈ ਕੇ ਕਿੱਧਰ ਚੱਲੇ ਹੋ? ਕੀ ਗੱਲ, ਸ਼ੀਸ਼ੀ ਚੁੱਕੀ ਜਾਂਦੇ ਹੋ, ਦਵਾਈ ਲੈਣ ਚੱਲੇ? ਨਹੀਂ ਨਹੀਂ, ਰੋਡੇ ਨੂੰ ਮੰਨਦੇ ਹਾਂ, ਤੇਲ ਪਾਉਣ ਚੱਲੇ। ਤੁਹਾਡਾ ਬੇੜਾ ਕਰੇ, ਤੁਸੀਂ ਕਹਿੰਦੇ ਗੁਰੂ ਗ੍ਰੰਥ ਮੰਨਿਓ, ਤੁਸੀਂ ਹੁਣ ਬਾਬੇ ਦੀ ਮੰਨਣ ਦੀ ਗੱਲ, ਅੱਜ ਰੋਡੇ ਦੇ ਮੰਨਣ ਦੀ, ਕਿਹਨੂੰ ਮੰਨਦੇ ਹੋ ਤੁਸੀਂ? ਇਹ ਤਾਂ ਦੱਸ ਦਿਓ ਕਿਤੇ ਇੱਕ ਦੇ ਹੈ ਉਹ। ਇਹ ਸਵਾਲ ਸਾਨੂੰ ਕਰਨੇ ਪੈਣੇ ਆ, ਇਹ ਸਵਾਲ ਸਾਨੂੰ ਆਪਣੇ ਤੋਂ ਲੱਭਣੇ ਪੈਣੇ, ਔਰ ਖਹਿਰਾ ਛੱਡਣਾ ਪੈਣਾ। ਜੇ ਛੱਡ ਦਈਏ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਲਈ ਸੋਹਣਾ ਰਾਹ ਉਡੀਕਦੇ ਪਏ, ਤੁਸੀਂ ਕਦਮ ਧਰੋ, ਮੈਂ ਤੁਹਾਨੂੰ ਲੈਣ ਲਈ ਖੜਾ। ਮਹਾਰਾਜ ਉਡੀਕਦੇ ਪਏ, ਤੁਸੀਂ ਕਦਮ ਧਰੋ, ਮੈਂ ਤੁਹਾਨੂੰ ਲੈਣ ਲਈ ਖੜਾ। ਆਓ ਫਿਰ ਸ਼ੁਕਰਾਨੇ ਵਿੱਚ ਆ ਕੇ, ਬਲਿਹਾਰੀ ਗੋਰਿਆ ਆਪਣੇ, ਬਲਿਹਾਰੀ ਗੋਰਿਆ ਆਪਣੇ, ਬਲਿਹਾਰੀ ਗੋਰਿਆ ਆਪਣੇ, ਦਿਓਹਾੜੀ ਸਦਵਾਰ, ਦਿਓਹਾੜੀ ਸਦਵਾਰ, ਦਿਓਹਾੜੀ ਸਦਵਾਰ,
ਜਿਨ ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਕੀਏ, ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ, 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 ਭੁੱਲੇ ਸਿੱਖ ਗੁਰੂ ਸਮਝਾਏ, ਭੁੱਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ, 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 ਧਰ ਜੀਅੜੇ ਕਟੇਕ ਤੋਂ, ਧਰ ਜੀਅੜੇ ਕਟੇਕ ਤੋਂ, ਲਾ ਬਿਡਾਨੀ ਆਸ, ਲਾ ਬਿਡਾਨੀ ਆਸ, ਨਾਨਕ ਨਾਮ ਤੇ ਆਈਐ, ਨਾਨਕ ਨਾਮ ਤੇ ਆਈਐ, ਨਾਨਕ ਨਾਮ ਤੇ ਆਈਐ, ਨਾਨਕ ਨਾਮ ਤੇ ਆਈਐ, ਕਾਰਜ ਆਵੇ ਰਾਸ, ਕਾਰਜ ਆਵੇ ਰਾਸ, ਕਾਰਜ ਆਵੇ ਰਾਸ, ਕਾਰਜ ਆਵੇ ਰਾਸ, ਕਾਰਜ ਆਵੇ ਸਾਡੇ ਸਾਰੇ ਕੀਤੇ ਹੋਏ ਉਪਰਾਲੇ ਸਫਲ ਹੋਵਣ, ਜੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਆ, ਆਓ ਕਦਮ ਦਰ ਕਦਮ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਉਪਦੇਸ਼ਾਂ ਦੇ ਮੁਤਾਬਕ ਜ਼ਿੰਦਗੀ ਦਾ ਕੁੱਟੀਏ। ਜੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਕਰਦੇ ਆ, ਉਹਨੂੰ ਖਿੜੇ ਸਿਰ ਮੱਥੇ ਪ੍ਰਵਾਨ ਕਰੀਏ। ਗੁਰਦੁਆਰੇ ਆਉਂਦੇ ਹਾਂ, ਬਾਣੀ ਸੁਣੀਏ, ਘਰ ਵਿੱਚ ਅਖੰਡ ਪਾਠ ਕਰਵਾਉਂਦੇ ਹਾਂ, ਕੋਲ ਬਹਿ ਕੇ ਸੁਣੀਏ, ਆਪ ਪਾਠ ਕਰੀਏ, ਜੋ ਮਹਾਰਾਜ ਕਹਿੰਦੇ ਆ ਉਹਨੂੰ ਵਿਚਾਰ ਕੇ ਮਨਮਤ ਨੂੰ ਆਪਣਿਆਂ ਘਰਾਂ 'ਚੋਂ ਜ਼ਰੂਰ ਕੱਢੀਏ, ਜ਼ਰੂਰ ਕੱਢੀਏ। ਫਿਰ ਕਿਤੇ ਸਮਾਂ ਬਣਿਆ ਫਿਰ ਹੋਰ ਅਗਲੇਰੀਆਂ ਵਿਚਾਰਾਂ ਤੁਹਾਡੇ ਨਾਲ ਫਿਰ ਸਾਂਝੀਆਂ ਕਰਨ ਦੀ ਜ਼ਰੂਰ ਖੇਚਲ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੀਆਂ ਸਭ ਦੀਆਂ ਹਾਜ਼ਰੀਆਂ ਦਾ ਉੱਤੇ ਪ੍ਰਵਾਨ ਕਰਨ, ਫੁੱਲਾਂ ਚੁੱਕਾਂ ਦੀ ਖਿਮਾ ਜੀ, ਆਪ ਸਾਰੀ ਸੰਗਤ ਦਾ, ਸਾਰੇ ਪ੍ਰਬੰਧਕ ਵੀਰਾਂ ਦਾ, ਸਾਰਿਆਂ ਦਾ ਮੈਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ, ਜੋ ਤੁਸੀਂ ਬੜੇ ਪਿਆਰ ਨਾਲ ਇਕਾਗਰ ਮਨ ਹੋ ਕੇ ਸਤਿਗੁਰੂ ਦੀ ਭੈ ਭਾਵਨੀ ਵਿੱਚ ਰਹਿੰਦਿਆਂ ਹੋਇਆ ਸਤਿਗੁਰੂ ਦੀ ਅੰਮ੍ਰਿਤ ਬਾਣੀ ਔਰ ਵਿਚਾਰਾਂ ਨੂੰ ਸ਼ਰਵਣ ਕਰਨ ਦਾ ਯਤਨ ਕੀਤਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।